ਹੈਲੋ ਗਾਇਜ਼ ਵੈਲਕਮ ਟੂ ਯੂਨ ਹਾਈ ਫਾਈ ਜੀਕੇ ਗੁਰੂਜੀ YouTube ਚੈਨਲ ਸਾਡੇ ਇਸ ਚੱਲ ਰਹੇ ਤੁਸੀਂ ਮੇਰੇ ਨਾਲ ਕਵਰ ਕਰ ਰਹੇ ਹੋ 6th ਕਲਾਸ ਤੋਂ ਲੈ ਕੇ +2 ਕਲਾਸ ਤੱਕ ਦੀ ਹਿਸਟਰੀ ਇਹਦੇ ਵਿੱਚ ਆਪਾਂ ਅੱਜ +1 ਕਲਾਸ ਦਾ ਸੈਕਿੰਡ ਟੌਪਿਕ ਆ ਜਿਹੜਾ ਉਹ ਕਵਰ ਕਰਨ ਜਾ ਰਹੇ ਹਾਂ ਭਾਰਤੀ ਆਰੀਆ ਲੋਕ ਦੇਖੋ ਇਹ ਜਿੰਨੇ ਵੀ ਸਾਰੇ ਟੌਪਿਕ ਨੇ ਸਪੈਸ਼ਲੀ ਮੈਂ ਤੁਹਾਨੂੰ ਮਾਸਟਰ ਜੀ ਡਰ ਦੇ ਇਗਜ਼ਾਮ ਦੇ ਲਈ ਕਵਰ ਕਰਵਾ ਰਹੀਆਂ ਇਹ ਤੋਂ ਬਿਨਾਂ ਪੰਜਾਬ ਦੇ ਜਿਹੜੇ ਹੋਰ ਵੀ ਇਗਜ਼ਾਮ ਨੇ ਠੀਕ ਹੈ ਚਾਹੇ ਪੰਜ ਜਿਵੇਂ ਕਹਦੀਏ ਪੰਜਾਬ ਪੁਲਿਸ ਦਾ ਇਗਜ਼ਾਮ ਹੋ ਗਿਆ ਪਟਵਾਰੀ ਦਾ ਇਗਜ਼ਾਮ ਹੋ ਗਿਆ ਪੀਸੀਐਸ ਦਾ ਇਗਜ਼ਾਮ ਹੋ ਗਿਆ ਇਨਾਂ ਸਾਰਿਆਂ ਦੇ ਲਈ ਸਾਰੇ ਕੁਐਸਚਨ ਜਿਹੜੇ ਨੇ ਮੋਸਟ ਇੰਪੋਰਟੈਂਟ ਨੇ ਤੇ ਇਗਜ਼ਾਮ ਦੇ ਟਾਈਮ ਤੋਡਾ ਇੱਕ ਵੀ ਕੁਐਸਚਨ ਇਹਦੇ ਵਿੱਚੋਂ ਬਾਹਰ ਨਹੀਂ ਜਾਊਗਾ ਜਿਵੇਂ ਹੀ ਮੇਰੀ ਇੱਥੇ ਜਿਹੜੀਆਂ ਵੀਡੀਓਜ਼ ਨੇ ਸਾਰੀਆਂ ਕੰਪਲੀਟ ਹੁੰਦੀਆਂ ਨੇ ਸਾਰਾ ਸਿਲੇਬਸ ਆਪਣਾ ਕੰਪਲੀਟ ਹੁੰਦਾ ਵਾ ਤੇ ਮੈਂ ਤੁਹਾਨੂੰ ਇਹਦੇ ਨੋਟਸ ਆ ਜਿਹੜੇ ਉਹ ਵੀ ਪ੍ਰੋਵਾਈਡ ਕਰਵਾ ਦੂੰਗੀ ਠੀਕ ਹੈ ਤੁਸੀਂ ਸਾਡੇ ਚੈਨਲ ਦੇ ਅਬਾਊਟ ਵਿੱਚ ਜਾ ਕੇ ਸਾਡਾ ਨੰਬਰ ਦਿੱਤਾ ਹੋਇਆ ਵਾ ਉਹਦੇ ਉੱਪਰ ਮੈਨੂੰ ਵਟਸਐਪ ਮੈਸੇਜ ਕਰੋ ਜਿਹਨੂੰ ਵੀ ਨੋਟਸ ਚਾ ਤੇ ਤੁਸੀਂ ਨੋਟਸ ਆ ਜਿਹੜੇ ਉੱਥੋਂ ਬਾਈ ਕਰ ਸਕਦੇ ਹੋ ਤੇ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ ਭਾਰਤੀ ਆਰੀਆ ਲੋਕ ਦੇਖੋ ਆ ਕੀ ਹੋਇਆ ਸੀ ਕਿ ਜਿਹੜੇ ਆਰੀਆ ਸੀਗੇ ਲਗਭਗ 1500 ਇਸਵੀ ਪੂਰਵਨਾ ਮੱਧ ਦੇਸ਼ੀਆਂ ਤੋਂ ਅਫਗਾਨਿਸਤਾਨ ਦੇ ਰਸਤੇ ਹੁੰਦੇ ਹੋਏ ਭਾਰਤ ਆਏ ਸੀਗੇ ਤੇ ਉਹਨਾਂ ਨੇ ਕੀ ਸੀਗਾ ਕਿ ਭਾਰਤ ਵਿੱਚ ਇੱਕ ਛੋਟੀ ਦੀ ਸੱਭਿਤਾ ਦੀ ਸਥਾਪਨਾ ਕੀਤੀ ਸੀਗੀ ਠੀਕ ਆ ਉਹਨਾਂ ਦੇ ਰਾਜੇ ਜਿਹੜੇ ਸੀਗੇ ਸ਼ਾਸਨ ਕਿਵੇਂ ਕਰਦੇ ਸੀ ਪਰਜਾ ਦੀ ਇੱਛਾ ਦੇ ਨਾਲ ਸ਼ਾਸਨ ਕਰਦੇ ਸੀਗੇ ਉਹਨਾਂ ਦੇ ਟਾਈਮ ਵਿੱਚ ਇਸਤਰੀਆਂ ਦੀ ਕੰਡੀਸ਼ਨ ਵਧੀਆ ਸੀ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਪਰਸਨਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਸੀਗੇ ਉਹਨਾਂ ਨੂੰ ਫੇਰ ਉਸ ਟਾਈਮ ਦੇ ਵਿੱਚ ਜਾਤੀ ਪ੍ਰਥਾ ਤਾਂ ਨਹੀਂ ਸੀਗੀ ਬਟ ਕੀ ਸੀਗਾ ਕਿ ਜਿਹੜੇ ਜਿਹੜੇ ਲੋਕ ਕੰਮ ਕਰਦੇ ਸੀ ਉਹਨਾਂ ਨੇ ਧੰਦਿਆਂ ਦੇ ਅਕੋਰਡਿੰਗ ਹੀ ਉਹਨਾਂ ਦੀ ਵਰਗਵੰਡ ਕਰੀ ਹੋਈ ਸੀਗੀ ਠੀਕ ਹੈ ਸਾਦਾ ਤੇ ਪਵਿੱਤਰ ਜੀਵਨ ਬਤੀਤ ਕਰਦੇ ਸੀਗੇ ਉਹ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਦੇ ਸੀਗੇ ਤੇ ਕਾਫੀ ਸਾਰੇ ਦੇਵੀ ਦੇਵਤੇ ਜਿਹੜੇ ਉਹਨਾਂ ਨੂੰ ਉਹਨਾਂ ਨੇ ਮਤਲਬ ਪੂਜਾ ਕਰਦੇ ਸੀ ਤੇ ਉਹਨਾਂ ਨੂੰ ਕੁਝ ਕਰਨ ਦੇ ਲਈ ਹਜੱਗ ਵਗੈਰਾ ਕਰਦੇ ਸੀਗੇ ਅੱਜ ਆਪਾਂ ਉਹਨਾਂ ਬਾਰੇ ਡਿਟੇਲ ਵਿੱਚ ਪੜ੍ਹਨਾ ਵਾ ਸ਼ੁਰੂ ਕਰਦੇ ਆਂ ਕਿ ਆਰੀਆ ਭਾਰਤ ਕਦੋਂ ਆਏ 1500 ਇਸਵੀ ਪੂਰਬ ਦੇ ਟਾਈਮ ਦੇ ਵਿੱਚ ਆਰੀਆ ਜਿਹੜੇ ਨੇ ਉਹ ਭਾਰਤ ਆਏ ਆਰੀਆ ਕਿਹੜੇ ਰਸਤੇ ਭਾਰਤ ਆਏ ਅਫਗਾਨਿਸਤਾਨ ਦੇ ਰਸਤੇ ਉਹ ਭਾਰਤ ਆਏ ਸੀਗੇ ਭਾਰਤ ਵਿੱਚ ਉੱਚ ਕੋਟੀ ਦੀ ਸੱਭਿਤਾ ਕਿੰਨਾਂ ਨੇ ਸਥਾਪਿਤ ਕੀਤੀ ਆਰੀਆ ਨੇ ਕਿਹੜੀ ਜਾਤੀ ਦੀ ਗਿਣਤੀ ਸੰਸਾਰ ਦੀਆਂ ਸਭ ਤੋਂ ਸੱਭਿਆ ਜਾਤੀਆਂ ਵਿੱਚੋਂ ਹੁੰਦੀ ਹੈ ਆਰੀਆ ਦੀ ਗਿਣਤੀ ਹੈ ਜਿਹੜੀ ਸੰਸਾਰ ਦੀਆਂ ਸਭ ਤੋਂ ਸੱਭਿਆ ਜਾਤੀਆਂ ਵਿੱਚੋਂ ਹੁੰਦੀ ਆ ਆਰੀਆ ਸ਼ਬਦ ਤੋਂ ਕੀ ਭਾਵ ਹੈ ਦੇਖੋ ਜੇ ਆਰੀਆ ਦਾ ਸ਼ਬਦੀਕਰਤ ਪੁੱਛਿਆ ਜਾਂਦਾ ਤਾਂ ਆਰੀਆ ਸ਼ਬਦ ਤੋਂ ਕੀ ਭਾਵ ਆ ਸ੍ਰੇਸ਼ਟ ਆਰੀਆ ਲੋਕਾਂ ਦੀ ਸਰੀਰਕ ਵਰਨਤਰ ਕਿਹੋ ਜਿਹੀ ਸੀਗੀ ਆਰੀਆ ਜਿਹੜੇ ਸੀਗੇ ਉਹ ਲੰਬੇ ਕੱਦ ਦੇ ਸੀਗੇ ਗੋਰੇ ਰੰਗ ਦੇ ਸੀਗੇ ਰਿਸਟ ਪੁਸਟ ਉਹਨਾਂ ਦਾ ਸਰੀਰ ਸੀ ਯਾਨੀ ਕਿ ਆਪਾਂ ਜਿਵੇਂ ਕਹਦੇ ਕਿ ਪੂਰਾ ਤੰਦਰੁਸਤ ਸਰੀਰ ਸੀ ਉਹਨਾਂ ਦਾ ਤੇ ਬਹੁਤ ਬਹਾਦਰ ਸੀਗੇ ਉਹ ਔਰ ਅੱਗੇ ਹੈ ਕਿ ਆਰੀਆ ਨੂੰ ਲੈ ਕੇ ਕਿ ਅਸਲ ਵਿੱਚ ਆਰੀਆ ਕਿੱਥੋਂ ਆਏ ਆ ਕਾਫੀ ਸਾਰੇ ਜਿਹੜੇ ਵਿਦਵਾਨ ਨੇ ਉਹਨਾਂ ਵਿੱਚ મતਭੇਦ ਨੇ ਸਾਰਿਆਂ ਨੇ ਆਪਣੇ ਅਲੱਗ-ਅਲੱਗ ਵਿਚਾਰ ਦਿੱਤੇ ਆ ਆਪਾਂ ਉਹਨਾਂ ਦੇ ਬਾਰੇ ਡਿਸਕਸ ਕਰਨਾ ਬਾ ਹੁਣ ਸप्त ਸਿੰਧੂ ਉਸੇ ਦਾ ਦਾ ਸਮਰਥਨ ਕਰਨ ਵਾਲੇ ਵਿਦਵਾਨਾਂ ਦੇ ਨਾਂ ਦੱਸੋ ਹੁਣ ਇਹ ਉਹ ਵਿਦਵਾਨ ਨੇ ਜਿਹੜੇ ਕਹਿੰਦੇ ਵੀ ਆਰੀਆ ਕਿੱਥੋਂ ਆਏ ਆ ਸप्त सिंधु ਪ੍ਰਦੇਸ਼ ਤੋਂ ਆਏ ਆ ਕੌਣ ਕਹਿੰਦਾ ਬਾ ਏਸੀ ਦਾਸ ਤੇ ਕੇਮ मुੰਚੀ ਤੇ ਡਾਕਟਰ ਸੰਪੂਰਨानंद ਤਿੰਨੇ ਜਣੇ ਕਹਿੰਦੇ ਆ ਕਿ ਆਰੀਆ ਕਿੱਥੋਂ ਆਏ ਆ ਸप्तसिंधੂ ਪਰਦੇਸ ਤੋਂ ਆਏ ਆ ਦੇਖੋ ਇਸ ਧਾਤ ਦਾ ਜਿਹੜਾ ਸਮਰਥਨ ਆ ਉਹਨਾਂ ਨੇ ਤਾਂ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਵਾ ਕਹਿੰਦੇ ਰਿਗਵੇਦ ਵਿੱਚ ਠੀਕ ਆ ਕੇਵਲ ਸप्तसिंधੂ ਪਰਦੇਸ ਆ ਜਿਹੜਾ ਸਿਰਫ ਉਹਦਾ ਹੀ ਵਰਣਨ ਮਿਲਦਾ ਵਾ ਹੋਰ ਕਿਸੇ ਦੇਸ਼ ਦਾ ਨਹੀਂ ਮਿਲਦਾ ਜੇ ਕਹਿੰਦੇ ਆਰੀਆ ਬਾਹਰੋਂ ਆਏ ਹੁੰਦੇ ਤਾਂ ਰਿਗਵੇਦ ਵਿੱਚ ਇਹਦਾ ਵਰਣਨ ਜ਼ਰੂਰ ਹੋਣਾ ਸੀਗਾ ਠੀਕ ਹੈ ਰਿਗਵੇਦ ਵਿੱਚ ਓਨਲੀ ਕਿਹਦਾ ਵਰਣਨ ਆ ਸप्तसिंधੂ ਪਰਦੇਸ ਦਾ ਫੇਰ ਉਹ ਕਹਿੰਦੇ ਰਿਗਵੇਦ ਵਿੱਚ ਜਿਹੜੀਆਂ ਨਦੀਆਂ ਬਾਹ ਰੁੱਖਾਂ ਬਾਪ ਅਸ਼ੋ ਪੰਛੀ ਆਦੇ ਠੀਕ ਹੈ ਤੇ ਜਾਂ ਜਿਹੜੀਆਂ ਉਪਜਾਂ ਦਾ ਵਰਣਨ ਕੀਤਾ ਹੋਇਆ ਨਾ ਇਹ ਸਾਰੀਆਂ ਕਿੱਥੇ ਮਿਲਦੀਆਂ ਨੇ ਸप्तसिंधੂ ਪ੍ਰਦੇਸ਼ ਵਿੱਚ ਹੀ ਮਿਲਦੀਆਂ ਨੇ ਪਰ ਬਹੁਤ ਸਾਰੇ ਵਿਦਵਾਨ ਨੇ ਜਿਹੜੇ ਇਹਨਾਂ ਦੇ ਇਸ ਸਿਧਾਂਤ ਦੇ ਨਾਲ ਸਹਿਮਤ ਨਹੀਂ ਹੈਗੇ ਠੀਕ ਆ ਉਹ ਕਿਉਂ ਨਹੀਂ ਸਹਿਮਤ ਹੈਗੇ ਉਹਨਾਂ ਨੇ ਆਪਣੀ ਦਲੀਲ ਦਿੱਤੀ ਆ ਕਹਿੰਦੇ ਰਿਗਵੇਦ ਵਿੱਚ ਕੀ ਆ ਆਰੀਆ ਤੇ ਦਾਸਾਂ ਦੀਆਂ ਹੋਈਆਂ ਲੜਾਈਆਂ ਤੋਂ ਪਤਾ ਲੱਗਦਾ ਵੀ ਆਰੀਆ ਵਾ ਜਿਹੜੇ ਬਾਹਰੋਂ ਆਏ ਆ ਕਿਉਂਕਿ ਦਾਸ ਆ ਜਿਹੜੇ ਭਾਰਤ ਦੇ ਉਦੋਂ ਮੂਲ ਨਿਵਾਸੀਆਂ ਨੂੰ ਆਰੀਆ ਕਹਿੰਦੇ ਸੀਗੇ ਠੀਕ ਆ ਤੇ ਆਪਣੇ ਆਪ ਨੂੰ ਸਰਬਸ਼੍ਰੇਸ਼ਟ ਮੰਨਦੇ ਸੀ ਜਿਹੜੇ ਭਾਰਤ ਵਿੱਚ ਰਹਿੰਦੇ ਸੀ ਉਦੋਂ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਕੀ ਕਹਿੰਦੇ ਸੀਗੇ ਦਾਸ ਕਹਿੰਦੇ ਸੀਗੇ ਕਹਿੰਦੇ ਜੇ ਆਰੀਆ ਸप्तसिंधੂ ਦੇ ਨਿਵਾਸੀ ਸੀ ਫਿਰ ਉਹਨਾਂ ਨੂੰ ਇੰਨਾ ਪਜਾਉ ਪ੍ਰਦੇਸ਼ ਛੱਡ ਕੇ ਹੋਰ ਕਿਤੇ ਜਾਣ ਦੀ ਕੀ ਲੋੜ ਸੀਗੀ ਠੀਕ ਆ ਇਹ ਤੋਂ ਬਿਨਾ ਕੀ ਆ ਕਹਿੰਦੇ ਮੁੱਢਲੇ ਆਰੀਆ ਜਿਹੜੇ ਸੀਗੇ ਉਹਨਾਂ ਨੂੰ ਸ਼ੇਰ ਬਾਰੇ ਤੇ ਹਾਥੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਿਹੜੇ ਕਿ ਕੀ ਆ ਭਾਰਤ ਵਿੱਚ ਆਮ ਪਾਏ ਜਾਂਦੇ ਸੀ ਤਾਂ ਕਰਕੇ ਇੰਨਾ ਕਰਕੇ ਜਿਹੜੇ ਹੈਗੇ ਆ ਕੁਝ ਵਿਦਵਾਨ ਨੇ ਉਹ ਮੰਨਦੇ ਆ ਕਿ ਆਰੀਆ ਵਾ ਜਿਹੜੇ ਵਿਦੇਸ਼ ਤੋਂ ਆਏ ਹੋਏ ਨੇ ਪਰ ਜੇ ਪੁੱਛਿਆ ਜਾਂਦਾ ਕਿ ਸੱਤ ਸਿੰਧੂ ਸਿਧਾਂਤ ਦਾ ਸਮਰਥਨ ਕਿਨੇ ਕੀਤਾ ਜਾਂ ਕਿੰਨਾ ਦੇ ਵਿਦਵਾਨਾਂ ਦੇ ਅਨੁਸਾਰ ਆ ਜਿਹੜੇ ਆਰੀਆ ਬਾ ਸੱਤ ਸਿੰਧੂ ਤੋਂ ਆਏ ਆ ਤਾਂ ਉਹ ਤਿੰਨੇ ਤੁਸੀਂ ਯਾਦ ਰੱਖਣੇ ਆ ਏਸੀ ਦਾ ਐਸ ਕੇ ਐਮ ਮੁੰਜੀ ਅਤੇ ਡਾਕਟਰ ਸੰਪੂਰਨ ਆਨੰਦ ਅੱਗੇ ਹੈ ਸੱਤ ਸਿੰਧੂ ਸਿਧਾਂਤ ਦਾ ਸਮਰਥਨ ਕਰਨ ਵਾਲੇ ਵਿਦਵਾਨਾਂ ਨੇ ਇਸ ਦੇ ਪੱਖ ਵਿੱਚ ਕੀ ਦਲੀਲ ਦਿੱਤੀ ਹੈ ਦੇਖੋ ਮੈਂ ਹੁਣੇ ਤੁਹਾਨੂੰ ਪੜਾ ਕੇ ਜਟੀਆਂ ਦੇ ਬਾਰੇ ਕਹਿੰਦੇ ਐਸੇ ਸਿਧਾਂਤ ਦੇ ਸਮਰਥਨ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਰਿਗਵੇਦ ਵਿੱਚ ਕੇਵਲ ਸप्तसिंधੂ ਪ੍ਰਦੇਸ਼ ਦਾ ਵਰਣਨ ਮਿਲਦਾ ਹੈ ਕਿਸੇ ਹੋਰ ਦੇਸ਼ ਦਾ ਨਹੀਂ ਜੇਕਰ ਆਰੀਆ ਬਾਹਰੋਂ ਆਏ ਹੁੰਦੇ ਤਾਂ ਰਿਗਵੇਦ ਵਿੱਚ ਇਸ ਦਾ ਵਰਣਨ ਜ਼ਰੂਰ ਹੋਣਾ ਸੀਗਾ ਸੈਕਿੰਡ ਤੇ ਉਹ ਕਹਿੰਦੇ ਕਿ ਰਿਗਵੇਦ ਵਿੱਚ ਜਿਹੜੀਆਂ ਨਦੀਆਂ ਰੁੱਖਾਂ ਪਸ਼ੂ ਪੰਛੀਆਂ ਤੇ ਉਪਜਾ ਦਾ ਜ਼ਿਕਰ ਹੁੰਦਾ ਵਾ ਉਹ ਸਾਰੇ ਕਿੱਥੇ ਮਿਲਦੇ ਆ ਸप्तसिंधੂ ਪ੍ਰਦੇਸ਼ ਦੇ ਵਿੱਚ ਹੀ ਮਿਲਦੇ ਆ ਕੁਝ ਵੀ ਵਿਦਵਾਨ ਸप्त ਸਿੰਧੂ ਸਿਧਾਂਤ ਨਾਲ ਕਿਉਂ ਸਹਿਮਤ ਨਹੀਂ ਹਨ ਫਿਰ ਕੁਝ ਵੀ ਵਿਦਵਾਨ ਨੇ ਜਿਹੜੇ ਉਹਨਾਂ ਦੇ ਸਿਧਾਂਤ ਨਾਲ ਨਹੀਂ ਸਹਿਮਤ ਹੈਗੇ ਉਹ ਕਿਉਂ ਨਹੀਂ ਹੈਗੇ ਉਹ ਵੀ ਮੈਂ ਤੁਹਾਨੂੰ ਦੱਸ ਕੇ ạtੀਆਂ ਕਿ ਰਿਗਵੇਦ ਵਿੱਚ ਆਰੀਆ ਤੇ ਦਾਸਾਂ ਦੀਆਂ ਹੋਈਆਂ ਲੜਾਈਆਂ ਤੋਂ ਪਤਾ ਲੱਗਦਾ ਕਿ ਆਰੀਆ ਵਾ ਜਿਹੜੇ ਵਿਦੇਸ਼ੀ ਨੇ ਜੇਕਰ ਕਹਿੰਦੇ ਆਰੀਆ ਸप्त ਸਿੰਧੂ ਦੇ ਵਾਸੀ ਸੀਗੇ ਤਾਂ ਫਿਰ ਉਹਨਾਂ ਨੂੰ ਇਹ ਪੰਜਾਬ ਉਪਰਦੇਸ਼ ਨੂੰ ਛੱਡ ਕੇ ਹੋਰ ਨਾਲ ਦੇਸ਼ਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ ਸੀਗੀ ਤੀਜਾ ਜਿਹੜਾ ਰੀਜ਼ਨ ਹੋ ਹੈਗਾ ਕਹਿੰਦੇ ਮੁੱਢਲੇ ਆਰੀਆ ਜਿਹੜੇ ਸੀਗੇ ਠੀਕ ਉਹਨਾਂ ਨੂੰ ਸ਼ੇਰ ਤੇ ਹਾਥੀ ਦੀ ਕੋਈ ਜਾਣਕਾਰੀ ਨਹੀਂ ਸੀ ਪਰ ਜੋ ਉਸ ਸਮੇਂ ਭਾਰਤ ਦੇ ਵਿੱਚ ਆਮ ਪਾਏ ਜਾਂਦੇ ਸੀਗੇ ਇਹ ਤਾਂ ਹੋ ਗਿਆ ਸप्तसिंधੂ ਸਿਧਾਂਤ ਅੱਗੇ ਹੈ ਆਰੀਆ ਦੇ ਮੂਲ ਨਿਵਾਸ ਸਥਾਨ ਸੰਬੰਧੀ ਤਿੱਬਤ ਦੇ ਸਿਧਾਂਤ ਜਿਹੜਾ ਉਹ ਕਿਨੇ ਦਿੱਤਾ ਵਾ Swami Dayanand ਰੇ ਹੁਣ ਜਿਹੜੇ Swami Dayanand ਨੇ ਉਹ ਕਹਿੰਦੇ ਨੇ ਕਿ ਜਿਹੜੇ ਆਰੀਆ ਨੇ ਕਿੱਥੋਂ ਆਏ ਨੇ ਤਿੱਬਤ ਤੋਂ ਆਏ ਨੇ ਕਾਹਦੇ ਵਿੱਚ ਕਹਿੰਦੇ ਆ ਉਹ ਉਹਨਾਂ ਨੇ ਆਪਣੀ ਇੱਕ ਪੁਸਤਕ ਲਿਖੀ ਆ ਉਹਦਾ ਨਾਂ ਹੈਗਾ ਸਤਿਆਰਥ ਪ੍ਰਕਾਸ਼ ਠੀਕ ਆ ਉਹਦੇ ਵਿੱਚ ਉਹ ਕਹਿੰਦੇ ਆਰੀਆ ਦਾ ਮੂਲ ਨਿਵਾਸ ਸਥਾਨ ਕਿਹੜਾ ਵਾ ਤਿੱਬਤ ਦੱਸਿਆ ਵਾ ਕਿਉਂਕਿ ਉਹਨਾਂ ਦੇ ਅਨੁਸਾਰ ਕੀ ਹੈ ਕਹਿੰਦੇ ਆਰੀਆ ਲੋਕ ਆ ਸੂਰਤ ਤੇ ਅਗਨੀ ਦੀ ਪੂਜਾ ਕਰਦੇ ਸੀ ਕਿਉਂਕਿ ਤਿੱਬਤ ਵਿੱਚ ਕਾਫੀ ਠੰਡ ਪੈਂਦੀ ਸੀਗੀ ਇਹ ਤੋਂ ਬਿਨਾ ਕਹਿੰਦੇ ਜਿੰਨਾ ਰੁੱਖਾਂ ਤੇ ਪੰਛੀਆਂ ਦਾ ਵਰਨਣ ਰਗਵੇਦ ਵਿੱਚ ਕੀਤਾ ਗਿਆ ਵਾ ਉਹ ਸਾਰੇ ਸਾਨੂੰ ਕਿੱਥੋਂ ਆਏ ਮਿਲਦੇ ਆ ਕਹਿੰਦੇ ਉਸ ਸਮੇਂ ਤਿੱਬਤ ਵਿੱਚ ਪਾਈ ਜਾਂਦੇ ਸੀਗੇ ਬਟ ਡਾਕਟਰ ਸੰਪੂਰਨ ਆਨੰਦ ਨੇ ਜਿਹੜੇ ਉਹਨਾਂ ਨੇ ਇਸ ਵਿਚਾਰ ਦਾ ਖੰਡਨ ਕੀਤਾ ਵਾ ਕਿਵੇਂ ਕੀਤਾ ਉਹ ਕਹਿੰਦੇ ਵੀ ਜੇ ਠੰਡ ਨੂੰ ਮੌਕ ਰੱਖਦੇ ਆ ਸਾਰੇ ਠੰਡੇ ਦੇਸ਼ਾਂ ਵਿੱਚ ਸੂਰਜ ਤੇ ਅੱਗ ਦੀ ਪੂਜਾ ਕੀਤੀ ਜਾਂਦੀ ਆ। ਮਤਲਬ ਕਹਿੰਦੇ ਇਹ ਵੀ ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਅੱਗ ਦੀ ਤੇ ਸੂਰਜ ਦੀ ਪੂਜਾ ਕਰਦੇ ਸੀ ਤਾਂ ਕਿ ਤਿੱਬਤ ਵਿੱਚ ਠੰਡ ਪੈਂਦੀ ਸੀ। ਕਹਿੰਦੇ ਫਿਰ ਤਾਂ ਸਾਰੇ ਠੰਡੇ ਦੇਸ਼ਾਂ ਨੂੰ ਹੀ ਮਤਲਬ ਅੱਗ ਤੇ ਸੂਰਜ ਦੀ ਪੂਜਾ ਕਰਨੀ ਚਾਹੀਦੀ ਸੀ ਪਰ ਸਾਰੇ ਠੰਡੇ ਦੇਸ਼ ਆ ਜਿਹੜੇ ਅੱਗ ਦੀ ਪੂਜਾ ਨਹੀਂ ਕਰਦੇ। ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਆ। ਕਹਿੰਦੇ ਉੱਤਰੀ ਧਰੋਬ ਵਿੱਚ ਭਾਵੇਂ ਕਿੰਨੀ ਠੰਡ ਪੈਂਦੀ ਆ ਠੀਕ ਆ ਪਰ ਉੱਥੋਂ ਦੇ ਜਿਹੜੇ ਸਕੀਮੋ ਲੋਕ ਨੇ ਉਹ ਅੱਗ ਦੀ ਪੂਜਾ ਨਹੀਂ ਕਰਦੇ। ਤੇ ਪੀਰੂ ਵਿੱਚ ਕਹਿੰਦੇ ਜਮਾ ਠੰਡ ਨਹੀਂ ਪੈਂਦੀ ਫਿਰ ਵੀ ਉੱਥੋਂ ਦੇ ਲੋਕ ਸੂਰਜ ਦੀ ਪੂਜਾ ਕਰਦੇ ਆ ਤਾਂ ਕਰਕੇ ਉਹਨਾਂ ਨੇ ਇਸ ਜਿਹੜਾ ਸਿਧਾਂਤ ਇਹਦਾ ਖੰਡਨ ਕੀਤਾ ਵਾ ਜੇ ਤੁਹਾਨੂੰ ਇਗਜ਼ਾਮ 'ਚ ਕੁਐਸਚਨ ਆਉਂਦਾ ਕਿ ਆਰੀਆ ਦੇ ਮੌਨ ਨਿਵਾਸ ਸਥਾਨ ਸੰਬੰਧੀ ਤਿੱਬਤ ਦਾ ਸਿਧਾਂਤ ਕਿਹਨੇ ਦੱਸਿਆ ਤੋਂ ਦੱਸਿਆ ਬਸ ਸਵਾਮੀ ਦਯਾਨੰਦ ਨੇ ਸਵਾਮੀ ਦਯਾਨੰਦ ਜੀ ਦੀ ਪੁਸਤਕ ਦਾ ਨਾਮ ਦੱਸੋ ਸਵਾਮੀ ਦਯਾਨੰਦ ਜੀ ਨੇ ਆਪਣੀ ਕਿਹੜੀ ਪੁਸਤਕ ਵਿੱਚ ਤਿੱਬਤ ਦਾ ਸਨਾਰ ਦਿੱਤਾ ਵਾ ਸਤਿਆਰਥ ਪ੍ਰਕਾਸ਼ ਸਵਾਮੀ ਦਯਾਨੰਦ ਜੀ ਨੇ ਸਤਿਆਰਥ ਪ੍ਰਕਾਸ਼ ਵਿੱਚ ਆਰੀਆ ਦਾ ਮੂਲ ਨਿਵਾਸ ਸਥਾਨ ਕਿਹੜਾ ਦੱਸਿਆ ਹੈ ਤਿੱਬਤ ਸਵਾਮੀ ਦਯਾਨੰਦ ਜੀ ਨੇ ਆਰੀਆ ਦੇ ਮੂਲ ਨਿਵਾਸ ਸਥਾਨ ਸੰਬੰਧੀ ਤਿੱਬਤ ਦੇ ਸਿਧਾਂਤ ਦਾ ਸਮਰਥਨ ਕਰਨ ਲਈ ਕੀ ਦਲੀਲਾਂ ਦਿੱਤੀਆਂ ਹਨ ਉਹਨਾਂ ਅਨੁਸਾਰ ਆਰੀਆ ਲੋਕ ਕਹਿੰਦੇ ਸੂਰਤ ਤੇ ਅਗਨੀ ਦੀ ਪੂਜਾ ਕਰਦੇ ਸਨ ਕਿਉਂਕਿ ਤਿੱਬਤ ਵਿੱਚ ਕਾਫੀ ਠੰਡ ਪੈਂਦੀ ਸੀਗੀ ਕਹਿੰਦੇ ਜਿੰਨਾ ਰੁੱਖਾਂ ਤੇ ਪੰਛੀਆਂ ਦਾ ਰਗਵੇਲ ਵਿੱਚ ਜ਼ਿਕਰ ਕੀਤਾ ਗਿਆ ਵਾ ਉਹ ਤਿੱਬਤ ਵਿੱਚ ਮਿਲਦੇ ਸੀਗੇ ਠੀਕ ਆ ਤਿੱਬਤ ਦੇ ਸਿਧਾਂਤ ਦਾ ਖੰਡਨ ਕਿਸ ਨੇ ਕੀਤਾ ਵਾ ਡਾਕਟਰ ਸੰਪੂਰਨ ਆਨੰਦ ਨੇ ਕੀਤਾ ਵਾ ਡਾਕਟਰ ਸੰਪੂਰਨ ਆਨੰਦ ਨੇ ਤਿੱਬਤ ਦੇ ਸਿਧਾਂਤ ਦਾ ਖੰਡਨ ਕਰਦੇ ਹੋਏ ਕੀ ਵਿਚਾਰ ਪੇਸ਼ ਕੀਤੇ ਆ ਉਹ ਦੇਖਦੇ ਆ ਉਹ ਕਹਿੰਦੇ ਜੇ ਆਰੀਆ ਦੇ ਮਤਲਬ ਸੂਰਤ ਤੇ ਅਗਨੀ ਤੋਂ ਅੰਦਾਜ਼ਾ ਲਾਉਣਾ ਤਾਂ ਉਹਨਾਂ ਸਾਰੇ ਠੰਡ ਮਤਲਬ ਉਹਨਾਂ ਅਨਸਾਰ ਠੰਡ ਨੂੰ ਮੋਖ ਰੱਖਦੇ ਆ ਸਾਰੇ ਠੰਡੇ ਦੇਸ਼ਾਂ ਨੂੰ ਅੱਗ ਤੇ ਸੂਰਜ ਦੀ ਪੂਜਾ ਕਰਨੀ ਚਾਹੀਦੀ ਹੈ ਪਰ ਅਜੇ ਹਾਂ ਨਹੀਂ ਹੈਗਾ ਨਹੀਂ ਕਰਦੇ ਸਾਰੇ ਦੇਸ਼ ਕਹਿੰਦੇ ਉੱਤਰੀ ਭਾਰਤ ਵਿੱਚ ਭਾਵੇਂ ਠੰਡ ਬਹੁਤ ਮੈਂਦੀ ਆ ਪਰ ਉੱਥੇ ਜਿਹੜੇ ਆ ਸਕੀਮੋ ਲੋਕ ਨੇ ਉਹ ਅੱਗ ਦੀ ਪੂਜਾ ਨਹੀਂ ਕਰਦੇ ਤੀਜਾ ਰੀਜਨ ਉਹਨਾਂ ਨੇ ਦੱਸਿਆ ਕਹਿੰਦੇ ਪੀਰੂ ਵਿੱਚ ਭਾਵੇਂ ਠੰਡ ਨਹੀਂ ਪੈਂਦੀ ਪਰ ਫਿਰ ਵੀ ਉੱਥਾਂ ਦੇ ਲੋਕ ਆ ਜਿਹੜੇ ਸੂਰਤ ਦੀ ਪੂਜਾ ਕਰਦੇ ਨੇ ਇਹ ਉਹਨਾਂ ਨੇ ਦਲੀਲਾਂ ਦਿੱਤੀਆਂ ਨੇ ਹੁਣ ਅੱਗੇ ਹੈ ਆਰੀਆ ਦੇ ਸਬੰਧ ਵਿੱਚ ਉੱਤਰੀ ਤਰੁਪ ਦਾ ਸਿਧਾਂਤ ਕਿਸ ਨੇ ਦਿੱਤਾ ਬਾਲ ਗੰਗਾਦਰ ਤਿਲਕ ਨੇ ਹੁਣ ਦੇਖੋ ਅੱਗੇ ਅਗੇ ਬਾਲ ਗੰਗਾਦਰ ਤਿਲਕ ਉਹ ਕੀ ਕਹਿੰਦੇ ਆ ਕਿ ਆਰੀਆ ਕਿੱਥੋਂ ਆਏ ਆ ਉਹ ਕਹਿੰਦੇ ਆਰੀਆ ਨੇ ਜਿਹੜੇ ਉਹ ਉੱਤਰੀ ਤਰੁਪ ਤੋਂ ਆਏ ਆ ਬਾਲ ਗੰਗਾਧਰ ਤਿਲਕ ਦੀ ਪ੍ਰਸਿੱਧ ਪੁਸਤਕ ਆ ਉਹਦਾ ਨਾਮ ਹੈਗਾ ਆਰਕਟਿਕ ਹੋਮ ਇਨ ਦੀ ਬੇਦਾਦ ਆਰਕਟਿਕ ਹੋਮ ਇਨ ਦੀ ਬੇਦਾਦ ਠੀਕ ਆ ਉਹਨੇ ਵਿੱਚ ਉਹਨਾਂ ਨੇ ਇਹ ਸ਼ਰਧ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਆਰੀਆ ਵਾ ਜਿਹੜੇ ਉੱਤਰੀ ਧਰੋਪਰਦੇਸ਼ ਦੇ ਰਹਿਣ ਵਾਲੇ ਆ ਉੱਤਰ ਉੱਤਰੀ ਧਰੋਪਰਦੇਸ਼ ਦੇ ਹੁਣ ਇਹਨਾਂ ਨੇ ਕਿਵੇਂ ਕਿਹਾ ਕਹਿੰਦੇ ਇੱਥੇ ਹੀ ਉਹ ਕੀ ਆ ਭਾਰਤ ਈਰਾਨ ਤੇ ਯੂਰਪੀ ਦੇਸ਼ਾਂ ਵਿੱਚ ਗਏ ਆ ਕਹਿੰਦੇ ਉੱਤਰੀ ਧਰੋਪ ਤਾਈਂ ਉਹ ਭਾਰਤ ਆਏ ਉੱਤਰੀ ਧਰੋਪ ਤੋਂ ਈਰਾਨ ਗਏ ਤੇ ਉੱਤਰੀ ਧਰੋਪ ਤਾਈਂ ਯੂਰਪੀ ਦੇਸ਼ਾਂ ਵਿੱਚ ਗਏ ਆ ਠੀਕਾ ਕਹਿੰਦੇ ਰਿਗਵੇਦ ਵਿੱਚ ਇਹ ਵਰਨਨ ਮਿਲਦਾ ਵੀ ਆਰੀਆ ਦੇ ਮੂਲ নিবাস ਥਾਨ ਵਿੱਚ ਬਹੁਤ ਸਰਦੀ ਪੈਂਦੀ ਸੀਗੀ ਠੀਕ ਆ ਕਹਿੰਦੇ ਨਾਲ ਇਹ ਵੀ ਲਿਖਿਆ ਹੋਇਆ ਵੀ ਉੱਥੇ 6 ਮਹੀਨੇ ਦੇ ਦਿਨ ਤੇ 6 ਮਹੀਨੇ ਦੀ ਰਾਤ ਹੁੰਦੀ ਸੀਗੀ ਹੁਣ ਇਹ ਤਾਂ ਧਰੂਬਤ ਹੀ ਹੁੰਦੀ ਆ ਇਸੇ ਕਰਕੇ ਉਹ ਕਹਿੰਦੇ ਆ ਵੀ ਇਹ ਉੱਤਰੀ ਧਰੂਬਤੋਂ ਆਏ ਨੇ ਫੇਰ ਕਹਿੰਦੇ ਆਰੰਭਿਕ ਕਾਲ ਵਿੱਚ ਕੀ ਸੀਗਾ ਵੀ ਇਹ ਇਲਾਕੇ ਦਾ ਮੌਸਮ ਜਿਹੜਾ ਸੀਗਾ ਸੁਹਾਵਣਾ ਸੀਗਾ ਇੱਥੇ ਰਹਿਣਾ ਔਖਾ ਨਹੀਂ ਸੀਗਾ ਬਟ ਹੌਲੀ ਹੌਲੀ ਕੀ ਹੋਇਆ ਜਿਹੜੀਆਂ ਜੀਓਗ੍ਰਾਫੀਕਲ ਕੰਡੀਸ਼ਨਸ ਸੀਗੀਆਂ ਉਹਨਾਂ ਦੇ ਕਰਕੇ ਇਹ ਇਲਾਕਾ ਜ਼ਿਆਦਾ ਠੰਡਾ ਹੋਣ ਲੱਗ ਗਿਆ ਤੇ ਆਰਿਆ ਲੋਕ ਜਿਹੜੇ ਸੀ ਇਹਨਾਂ ਨੂੰ ਛੱਡ ਕੇ ਕੀ ਆ ਮੱਧ ਏਸ਼ੀਆ ਤੋਂ ਸੌਰੀ ਉੱਤਰੀ ਧਰੋਪ ਤੋਂ ਭਾਰਤ ਆ ਗਏ ਠੀਕ ਹੈ ਇਹਦੇ ਨਾਲ ਵੀ ਡਾਕਟਰ ਸੰਪੂਰਨ ਆਨੰਦ ਸਹਿਮਤ ਨਹੀਂ ਹੈਗੇ ਕਿਉਂਕਿ ਉਹਨਾਂ ਦਾ ਕਹਿਣਾ ਵੀ ਰਿਗਵੇਦ ਦੇ ਵਿੱਚ ਕਹਿੰਦੇ ਕਿਤੇ ਉੱਤਰੀ ਧਰੋਪ ਦਾ ਨਾਮ ਲਿਖਿਆ ਹੀ ਨਹੀਂ ਹੋਇਆ ਹੈਗਾ ਅੱਗੇ ਕੰਟੀਨਿਊ ਕਰਦੇ ਆ ਆਰਕਟਿਕ ਹੋਮ ਇਨ ਦੀ ਬੇਦਾਜ਼ ਆਰਕਟਿਕ ਹੋਮ ਇਨ ਦੀ ਬੇਦਾਜ਼ ਦਾ ਲੇਖਕ ਕੌਣ ਹੈ ਭਾਲ ਗੰਗਾਦਰ ਤਿਲਕ ਇਹਦੇ ਵਿੱਚ ਹੀ ਇਹਨਾਂ ਨੇ ਕਿਹਾ ਵਾ ਕਿ ਆਰੀਆ ਕਿੱਥੋਂ ਆਏ ਨੇ ਉੱਤਰੀ ਧਰੋਪ ਤੋਂ ਆਏ ਨੇ ਆਰੀਆ ਦੇ ਸੰਬੰਧ ਵਿੱਚ ਉੱਤਰੀ ਧਰੋਪ ਦਾ ਸੰਨਾਤ ਭਾਲ ਗੰਗਾਦਰ ਤਿਲਕ ਨੇ ਆਪਣੀ ਕਿਹੜੀ ਪੁਸਤਕ ਵਿੱਚ ਦਿੱਤਾ ਵਾ ਆਰਕਟਿਕ ਹੋਮ ਇਨ ਦੀ ਬੇਦਾਜ਼ ਪੁਸਤਕ ਦੇ ਵਿੱਚ ਫਿਰ ਹੈਗਾ ਆਰੀਆ ਉੱਤਰੀ ਧਰੋਪ ਤੋਂ ਕਿਹੜੇ ਦੇਸ਼ਾਂ ਵਿੱਚ ਆਏ ਭਾਰਤ, ਈਰਾਨ ਤੇ ਯੂਰਪੀ ਦੇਸ਼ਾਂ ਵਿੱਚ ਚਲੇ ਗਏ ਕਹਿੰਦੇ ਇਹ ਉੱਤਰੀ ਤਰੋਪ ਤੋਂ। ਰਿਗਵੇਦ ਵਿੱਚ ਆਰੀਆ ਬਾਰੇ ਕੀ ਵਰਣਨ ਮਿਲਦਾ ਹੈ ਕਿ ਆਰੀਆ ਦੇ ਮੂਲ ਨਿਵਾਸ ਸਥਾਨ ਵਿੱਚ ਸਰਦੀ ਬਹੁਤ ਪੈਂਦੀ ਸੀਗੀ, ਉੱਥੇ 6 ਮਹੀਨੇ ਦਾ ਦਿਨ ਤੇ 6 ਮਹੀਨੇ ਦੀ ਰਾਤ ਹੁੰਦੀ ਸੀਗੀ। ਆਰੀਆ ਦੇ ਉੱਤਰੀ ਤਰੋਪ ਦੇ ਨਿਵਾਸੀ ਹੋਣ ਦੇ ਸਿਧਾਂਤ ਦਾ ਖੰਡਨ ਕਿਹਨੇ ਕੀਤਾ ਵਾ? ਡਾਕਟਰ ਸੰਪੂਰਨ ਆਨੰਦ ਨੇ ਕੀਤਾ ਵਾ। ਕਿਉਂ ਕੀਤਾ? ਕਿਉਂਕਿ ਉਹਨਾਂ ਅਨੁਸਾਰ ਰਿਗਵੇਦ ਵਿੱਚ ਕਿਤੇ ਵੀ ਉੱਤਰੀ ਤਰੋਪ ਦਾ ਵਰਣਨ ਨਹੀਂ ਮਿਲਦਾ। ਅੱਗੇ ਹੈ ਆਰੀਆ ਭਾਰਤ ਵਿੱਚ ਕਿਹੜੇ ਖੇਤਰ ਤੋਂ ਆਏ ਸੀਗੇ afghanistan ਤੋਂ ਆਰੀਆ ਦੇ ਨਿਵਾਸ ਸਥਾਨ ਸੰਬੰਧੀ ਉੱਤਰੀ ਜਰਮਨੀ ਦਾ ਸਿਧਾਂਤ ਕਿਸ ਨੇ ਦਿੱਤਾ ਪੈਂਕੇ ਨੇ ਹੁਣ ਜਿਹੜਾ ਪੈਂਕੇ ਨਾਂ ਦਾ ਵਿਦਵਾਨ ਆ ਉਹ ਕਹਿੰਦਾ ਆਰੀਆ ਕਿੱਥੋਂ ਆਏ ਆ ਜਰਮਨੀ ਤੋਂ ਆਏ ਨੇ ਹੁਣ ਉਹਨੇ ਕਿਹੜੇ ਬੇਸ ਤੇ ਕਿਹਾ ਉਹ ਕਹਿੰਦਾ ਵਾ ਮਤਲਬ ਭਾਸ਼ਾ ਦੇ ਆਧਾਰ ਤੇ ਠੀਕ ਆ ਉਹਨੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਕਹਿੰਦਾ ਆਰੀਆ ਦਾ ਮੁਨ ਨਿਵਾਸ ਸਥਾਨ ਕੀ ਆ ਉੱਤਰੀ ਜਰਮਨੀ ਆ ਪਰ ਬਹੁਤੇ ਵਿਦਵਾਨ ਆ ਜਿਹੜਾ ਇਹਦੇ ਨਾਲ ਵੀ ਸਹਿਮਤ ਨਹੀਂ ਹੈਗੇ ਅਗੇ ਦਿੱਤਾ ਹੋਇਆ ਪੈਂਕੇ ਨੇ ਕਿਸ ਆਧਾਰ ਤੇ ਉੱਤਰੀ ਜਰਮਨੀ ਦਾ ਸਿਧਾਂਤ ਜਿਹੜਾ ਦਿੱਤਾ ਵਾ ਭਾਸ਼ਾ ਦੇ ਆਧਾਰ ਤੇ ਦਿੱਤਾ ਵਾ ਆਰੀਆ ਦੇ ਨਿਵਾਸ ਸਥਾਨ ਸੰਬੰਧੀ ਜੁਰਾਲ ਪਹਾੜ ਦਾ ਸਿਧਾਂਤ ਕਿਸ ਨੇ ਦਿੱਤਾ ਵਾ ਫਿਰ ਕਿਹਨੇ ਕਿਹਾ ਕਿ ਆਰੀਆ ਜਿਹੜੇ ਜੁਰਾਲ ਪਹਾੜ ਤੋਂ ਆਏ ਨੇ ਕੋਇਨੋ ਅਤੇ ਕੁਝ ਹੋਰ ਵਿਦੇਸ਼ੀ ਵਿਦਵਾਨ ਆ ਜਿਹੜੇ ਉਹ ਕਹਿੰਦੇ ਆ ਵੀ ਆਰੀਆ ਵਾ ਜਿਹੜੇ ਜੁਰਾਲ ਪਹਾੜ ਤੋਂ ਆਏ ਆ ਠੀਕ ਆ ਜੁਰਾਲ ਪਹਾੜ ਦੇ ਮੈਦਾਨੀ ਖੇਤਰਾ ਵਿੱਚੋਂ ਆਏ ਆ ਪਰ ਰਿਗਵੇਦ ਵਿੱਚ ਇਸ ਗੱਲ ਦਾ ਕੋਈ ਵਰਣਨ ਨਹੀਂ ਮਿਲਦਾ ਕਿ ਆਰੀਆ ਜੁਰਾਲ ਪਹਾੜੀ ਖੇਤਰ ਤੋਂ ਆਏ ਆ ਕਿਹੜੇ ਵਿਦਵਾਨ ਅਨੁਸਾਰ ਆਰੀਆ ਜਿਹੜੇ ਮੱਧ ਏਸ਼ੀਆ ਦੇ ਨਿਵਾਸੀ ਸਨ ਪ੍ਰੋਫੈਸਰ ਮੈਕਸ ਮੂਲਰ ਦੇ ਅਨੁਸਾਰ ਇਹ ਯਾਦ ਰੱਖਣ ਵਾਲੀ ਗੱਲ ਆ ਕਿ ਕਿਉਂਕਿ ਇਹ ਇੰਪੋਰਟੈਂਟ ਆ ਅਸਲ ਵਿੱਚ ਇਹ ਨੂੰ ਜਿਹੜਾ ਹੈਗਾ ਵਾ ਸਹੀ ਮੰਨਿਆ ਜਾਂਦਾ ਪ੍ਰੋਫੈਸਰ ਮੈਕਸ ਮੂਲਰ ਦੇ ਅਨੁਸਾਰ ਆਰੀਆ ਕਿੱਥੋਂ ਆਏ ਨੇ ਮੱਧ ਏਸ਼ੀਆ ਤੋਂ ਆਏ ਨੇ ਹੁਣ ਦੇਖੋ ਕਹਿੰਦੇ ਜਰਮਨੀ ਦੇ ਪ੍ਰਸਿੱਧ ਵਿਦਵਾਨ ਸੀਗਾ ਕੌਣ ਪ੍ਰੋਫੈਸਰ ਮੈਕਸ ਮੂਲਰ ਸੀਗਾ ਉਹਨਾਂ ਦਾ ਕਹਿਣਾ ਕੀ ਆ ਕਿ ਆਰੀਆ ਕਿੱਥੋਂ ਆਏ ਨੇ ਮੱਧ ਏਸ਼ੀਆ ਦੇ ਨਿਵਾਸੀ ਸੀਗੇ ਕਹਿੰਦੇ ਭਾਸ਼ਾ ਵਿਗਿਆਨ ਦੇ ਕਹਿੰਦਾ ਇਸ ਮਹਾਨ ਵਿਦਵਾਨ ਨੇ ਠੀਕ ਆ ਮੈਕਸ ਮੁਲਰ ਆਹੇ ਭਾਸ਼ਾ ਵਿਗਿਆਨ ਦਾ ਮਹਾਨ ਵਿਦਵਾਨ ਆ ਉਹਨੇ ਇਸ ਗੱਲ ਤੇ ਜ਼ੋਰ ਦਿੱਤਾ ਕਹਿੰਦੇ ਜਿਹੜੇ ਭਾਰਤੀਆ ਇਰਾਨੀਆ ਲਤੀਨੀ ਜਨਾਨੀ ਰੋਮਨ ਜਰਮਨ ਗਰੇਜ਼ ਇਹ ਸਾਰੀਆਂ ਜਾਤਾਂ ਦੇ ਕਹਿੰਦੇ ਵੱਡੇ-ਵਡੇਰੇ ਨਾ ਕਿਸੇ ਸਮੇਂ ਇੱਕ ਥਾਂ ਤੇ ਇਕੱਠੇ ਰਹਿੰਦੇ ਹੋਣਗੇ ਕਿਉਂਕਿ ਉਹਨਾਂ ਦੀ ਭਾਸ਼ਾ ਵਿੱਚ ਕਾਫੀ ਸਮਾਨਤਾ ਪਾਈ ਗਈ ਆ ਮੈਕਸ ਮੁਲਰ ਦਾ ਇਹ ਵਿਚਾਰ ਆ ਵੀ ਆਰੀਆ ਲੋਕ ਆ ਜਿਹੜੇ ਮੱਧ ਏਸ਼ੀਆ ਤੋਂ ਸੰਸਾਰ ਦੇ ਹੋਰ ਭਾਗਾਂ ਵਿੱਚ ਗਏ ਆ ਠੀਕ ਆ ਕਹਿੰਦੇ ਹੁਣ ਇਹ ਕਿਉਂ ਗਏ ਆ ਕਹਿੰਦੇ ਸੰਭਵ ਹੋ ਸਕਦਾ ਵੀ ਜਨਸੰਖਿਆ ਦੇ ਵਾਧੇ ਕਰਕੇ ਕੀ ਆ ਪਾਧ ਪਦਾਰਥਾਂ ਵਿੱਚ ਕਮੀ ਆ ਗਈ ਹੋਊਗੀ ਤਾਂ ਹੋ ਗਏ ਆ ਠੀਕ ਆ ਨਵੇਂ ਇਲਾਕਿਆਂ ਦੀ ਖੋਜ ਵਿੱਚ ਨਿਕਲ ਗਏ ਤੇ ਆਰੀਆ ਦੀ ਜਿਹੜੀ ਸਖਾ ਭਾਰਤ ਵਿੱਚ ਆਈ ਆ ਉਹਨਾਂ ਨੂੰ ਕੀ ਆ ਉਹਨਾਂ ਦੀ ਜਿਹੜੀ ਔਲਾਦ ਆ ਉਹਨਾਂ ਨੂੰ ਹੀ ਆਰੀਆ ਕਿਹਾ ਜਾਂਦਾ ਵਾ ਅੱਗੇ ਦੇਖਦੇ ਆ ਮੈਕਸ ਮੂਲਰ ਕਿਸ ਵਿਸ਼ੇ ਦੇ ਕਿਸੇ ਕਿਸ ਵਿਸ਼ੇ ਦਾ ਮਹਾਨ ਵਿਦਵਾਨ ਹੈ ਭਾਸ਼ਾ ਵਿਗਿਆਨ ਦਾ ਮੈਕਸ ਮੂਲਰ ਨੇ ਆਰੀਆ ਦੇ ਨਿਵਾਸ ਸਥਾਨ ਸੰਬੰਧੀ ਕੀ ਵਿਚਾਰ ਪੇਸ਼ ਕੀਤੇ ਹਨ ਅਸਨਸਾਰ ਭਾਰਤੀ ইরਾਨੀ ਲਤੀਨੀ ਜਨਾਨੀ ਰੋਮਨ ਜਰਮਨ ਅੰਗਰੇਜ਼ ਆਦਿ ਜਾਤੀਆਂ ਦੇ ਵੱਡੇ-ਵੱਡੇ ਰੇਹੇ ਕਹਿੰਦਾ ਕਿਸੇ ਸਮੇਂ ਇਕੱਠਾਂ ਹੀ ਇਕੱਠੇ ਰਹੇ ਹੋਣਗੇ ਕਿਉਂਕਿ ਇਹਨਾਂ ਦੀ ਭਾਸ਼ਾ ਵਿੱਚ ਬਹੁਤ ਸਮਾਨਤਾ ਹੈ ਆਰੀਆ ਲੋਕ ਮੱਧ ਏਸ਼ੀਆ ਤੋਂ ਹੀ ਸੰਸਾਰ ਦੇ ਹੋਰ ਭਾਗਾਂ ਵੱਲ ਗਏ ਹੋਣਗੇ ਤੇ ਜਨਸੰਖਿਆ ਵਿੱਚ ਵਾਧੇ ਤੇ ਖਾਦ ਪਦਾਰਥਾਂ ਵਿੱਚ ਕਮੀ ਹੋਣ ਕਰਕੇ ਉਹ ਨਵੇਂ ਇਲਾਕਿਆਂ ਦੀ ਖੋਜ ਵਿੱਚ ਨਿਕਲ ਗਏ ਹੋਣਗੇ ਠੀਕ ਹੈ ਇਹ ਅੰਦਾਜ਼ੇ ਲਾਏ ਆ ਇਹਨੇ ਅਗੇ ਹੈ ਆਰੀਆ ਦੀ ਜਿਹੜੀ ਸਖਾ ਭਾਰਤ ਵਿੱਚ ਆਈ ਉਹਨਾਂ ਦੀ ਔਲਾਦ ਨੂੰ ਕੀ ਕਿਹਾ ਗਿਆ ਭਾਰਤੀ ਆਰੀਆ ਆਰੀਆ ਦੇ ਨਿਵਾਸ ਸਥਾਨ ਸੰਬੰਧੀ ਕਿਸ ਦੇ ਸਿਧਾਂਤ ਨੂੰ ਸਰਬ ਉੱਚਤ ਸਿਧਾਂਤ ਮੰਨਿਆ ਗਿਆ ਹੈ ਪ੍ਰੋਫੈਸਰ ਮੈਕਸ ਮੁਲਰ ਦੇ ਸਿਧਾਂਤ ਨੂੰ ਪ੍ਰੋਫੈਸਰ ਮੈਕਸ ਮੁਲਰ ਦੇ ਸਿਧਾਂਤ ਨੂੰ ਸਰਬ ਉੱਚਤ ਕਿਉਂ ਮੰਨਿਆ ਗਿਆ ਹੈ ਦੇਖਦੇ ਹਾਂ ਕਿਉਂਕਿ ਮੱਧ ਏਸ਼ੀਆ ਦੇ ਲੋਕ ਆ ਜਿਹੜੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸੀ ਉਹਨਾਂ ਵਿੱਚੋਂ ਬਹੁਤਿਆਂ ਦੀ ਆਰੀਆ ਵੀ ਪੂਜਾ ਕਰਦੇ ਸਨ ਸੈਕੰਡ ਨੰਬਰ ਤੇ ਕਹਿੰਦੇ ਆਰੀਆ ਦਾ ਮੁੱਖ ਪੇਸ਼ਾ ਕੀ ਸੀਗਾ ਪਸ਼ੂ ਪਾਲਣ ਸੀਗਾ ਪਸ਼ੂ ਚਾਰਾਂ ਲਈ ਢੋਕਮਾ ਸਥਾਨ ਮੱਧ ਏਸ਼ੀਆ ਦੀਆਂ ਵਿਸ਼ਾਲ ਚਾਰ ਗਾਹਾਂ ਹੀ ਹੋ ਸਕਦੀਆਂ ਸੀਗੀਆਂ ਫਿਰ ਉਹ ਕਹਿੰਦੇ ਆ ਕਿ ਆਰੀਆ ਦੇ ਵਿਦਾਂ ਤੋਂ ਇਰਾਨੀਆਂ ਦੀ ਪ੍ਰਸਿੱਧ ਜਿਹੜੀ ਧਾਰਮਿਕ ਪੁਸਤਕ ਆ ਜਿੰਦਾ ਵੇਸਤਾ ਤੋਂ ਕਿਉਂਕਿ ਇਹਨਾਂ ਦੋਨਾਂ ਵਿੱਚ ਵੀ ਸਮਾਨਤਾ ਪਾਈ ਗਈ ਆ ਇਸ ਤੋਂ ਬਿਨਾ ਕਹਿੰਦੇ ਆਰੀਆ ਤੇ ਮੱਧ ਏਸ਼ੀਆ ਦੀਆਂ ਪੁਸਤਕਾਂ ਵਿੱਚ ਵਰਣਿਤ ਭੂਗੋਲਿਕ ਅਵਸਥਾમાં ਕੁਦਰਤੀ ਦ੍ਰਿਸ਼ ਪਸ਼ੂ ਤੇ ਪੰਛੀ ਕੀ ਆ ਮਿਲਦੇ ਜੁਲਦੇ ਆ ਆਰੀਆ ਸ਼ੁਰੂ ਵਿੱਚ ਭਾਰਤ ਦੇ ਕਿਹੜੇ ਸਥਾਨ ਤੇ ਆ ਕੇ ਬਸੇ ਸਨ ਸप्तसिंधੂ ਪ੍ਰਦੇਸ਼ ਦੇ ਵਿੱਚ ਆਰੀਆ ਨੇ ਗੰਗਾ ਦੇ ਮੈਦਾਨਵਲ ਕਦੋਂ ਵਧਣਾ ਸ਼ੁਰੂ ਕੀਤਾ 9ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਉਹਨਾਂ ਨੇ ਗੰਗਾ ਦੇ ਮੈਦਾਨਵਲ ਵਧਣਾ ਸ਼ੁਰੂ ਕਰ ਦਿੱਤਾ ਬਾਲ ਗੰਗਾਦਾਰ ਤਿਲਕ ਅਨੁਸਾਰ ਆਰੀਆ ਭਾਰਤ ਕਦੋਂ ਆਏ ਹੁਣ ਜੇ ਬਾਲ ਗੰਗਾ ਤਰਕ ਦੇ ਅਨੁਸਾਰ ਦੇਖਿਆ ਜਾਵੇ ਤਾਂ ਆਰੀਆ ਭਾਰਤ ਕਦੋਂ ਆਏ ਆ ਇਹ ਕਹਿੰਦਾ 6000 ਈਸਵੀ ਪੂਰਵ ਆਰੀਆ ਭਾਰਤ ਆਏ ਆ ਇਸ ਤੋਂ ਬਾਅਦ ਆ ਗਿਆ ਜੇ ਕੋਬੀ ਜੇ ਕੋਬੀ ਅਨੁਸਾਰ ਆਰੀਆ ਭਾਰਤ ਕਦੋਂ ਆਏ ਆ ਇਹਦੇ ਅਨੁਸਾਰ ਆਰੀਆ ਜਿਹੜੇ ਕਹਿੰਦਾ 5000 ਇਸਵੀ ਪੂਰਬ ਭਾਰਤ ਆਏ ਆ ਏਸੀ ਦਾ ਅਨੁਸਾਰ ਆਰੀਆ ਭਾਰਤ ਕਦੋਂ ਆਏ ਆ ਤੇ ਜਿਹੜੇ ਏਸੀ ਦਾਸ ਨੇ ਇਹਨਾਂ ਦੇ ਅਨੁਸਾਰ ਆਰੀਆ 2500 ਇਸਵੀ ਪੂਰਬ ਭਾਰਤ ਆਏ ਆ ਮੈਕਸਮੂਲਰ ਅਨੁਸਾਰ ਆਰੀਆ ਭਾਰਤ ਕਦੋਂ ਆਏ ਆ 1200 ਤੋਂ ਲੈ ਕੇ 1000 ਇਸਵੀ ਪੂਰਬ ਦੇ ਦਰਮਿਆਨ ਆ ਜਿਹੜੇ ਆਰੀਆ ਭਾਰਤ ਆਏ ਆ ਹੁਣ ਅਗਿਆ ਗਿਆ ਜ਼ਿਆਦਾਤਰ ਇਤਿਹਾਸਕਾਰਾਂ ਨੇ ਆਰੀਆ ਦੇ ਭਾਰਤ ਆਉਣ ਦਾ ਸਮਾਂ ਕੀ ਦੱਸਿਆ ਵਾ ਇਹੀ ਜਿਹੜਾ ਹੈਗਾ ਵਾ ਕਰੈਕਟ ਆਨਸਰ ਮੰਨਿਆ ਜਾਂਦਾ ਵਾ 1500 ਇਸਵੀ ਪੂਰਬ ਤੋਂ ਲੈ ਕੇ 1000 ਇਸਵੀ ਪੂਰਬ ਦਾ ਸਮਾਂ ਵਾ ਜਦੋਂ ਆਰੀਆ ਵਾ ਜਿਹੜੇ ਭਾਰਤ ਵਿੱਚ ਆਏ ਸੀ ਜੇ ਠੀਕ ਆ ਅੱਗੇ ਹੈ ਭਾਰਤ ਆ ਕੇ ਆਰੀਆ ਨੂੰ ਕਿਹੜੇ ਕਬੀਲਿਆਂ ਨਾਲ ਯੁੱਧ ਕਰਨਾ ਪਿਆ ਦਰਾਵਿੜ ਜਾਂ ਦਸ਼ਯੂ ਅਤੇ ਪਣੀ ਕਬੀਲਿਆਂ ਦੇ ਨਾਲ ਆਰੀਆ ਦੀ ਭਾਰਤ ਵਿੱਚ ਜਿੱਤ ਦਾ ਕੀ ਕਾਰਨ ਸੀਗਾ ਚੰਗੇ ਹਥਿਆਰ ਅਤੇ ਤੇਜ਼ ਰਫ਼ਤਾਰ ਰੱਥ ਦੇਖੋ ਉਹਨਾਂ ਕੋਲ ਜਿਹੜੇ ਹਥਿਆਰ ਸੀ ਉਹ ਵੀ ਚੰਗੀ ਕਸਮ ਦੇ ਸੀਗੇ ਤੇ ਜਿਹੜੇ ਉਹਨਾਂ ਕੋਲੇ ਰੱਥ ਸੀਗੇ ਉਹ ਵੀ ਚੰਗੀ ਕਸਮ ਦੇ ਸੀਗੇ ਇਹੀ ਕਾਰਨ ਸੀਗਾ ਕਿ ਅੰਤ ਵਿੱਚ ਜਿਹੜੇ ਆਰੀਆ ਸੀਗੇ ਉਹ ਜੇਤੂ ਰਹੇ ਸੀ ਤੇ ਉਹ ਭਾਰਤ ਵਿੱਚ ਬਸ ਗਏ ਸੀਗੇ ਆਰੀਆ ਸ਼ੁਰੂ ਵਿੱਚ ਕਿੱਥੇ ਬਸੇ ਸਨ ਸप्त ਸਿੰਧੂ ਪ੍ਰਦੇਸ਼ ਦੇ ਵਿੱਚ ਹੁਣ ਆ ਗਿਆ ਕਿ ਸप्त ਸਿੰਧੂ ਤੋਂ ਕੀ ਭਾਵ ਹੈ ਸੱਤ ਨਦੀਆਂ ਦਾ ਪ੍ਰਦੇਸ਼ ਸੱਤ ਸਿੰਧੂ ਵਿੱਚ ਕਿਹੜੀਆਂ ਨਦੀਆਂ ਵਹਿਦੀਆਂ ਸਨ ਸੱਤ ਸਿੰਧੂ ਵਿੱਚ ਦੇਖੋ ਕਿਹੜੀਆਂ ਨਦੀਆਂ ਵਹਿਦੀਆਂ ਨੇ ਸਤਲੁਜ ਬਿਆਸ ਰਾਵੀ ਜੇਲਮ ਚਨਾਬ ਸਿੰਧ ਤੇ ਸਰਸਪਤੀ ਠੀਕ ਹੈ ਇਹ ਜਿਹੜੀਆਂ ਨਦੀਆਂ ਦੇ ਨਾਮ ਆ ਯਾਦ ਰੱਖਣੇ ਆ ਅੱਗੇ ਹੈ ਆਰੀਆ ਨੇ ਸੱਤ ਸਿੰਧੂ ਪ੍ਰਦੇਸ਼ ਦਾ ਨਾਮ ਕੀ ਰੱਖਿਆ ਹੈ ਬ੍ਰਹਮਵਰਤ ਹੁਣ ਆਰੀਆ ਜਦੋਂ ਭਾਰਤ ਵਿੱਚ ਆ ਗਏ ਤਾਂ ਉਹਨਾਂ ਨੇ ਸੱਤ ਸਿੰਧੂ ਪ੍ਰਦੇਸ਼ ਦਾ ਨਾਮ ਕੀ ਰੱਖਿਆ ਬ੍ਰਹਮਵਰਤ ਰੱਖਿਆ ਬ੍ਰਹਮਵਰਤ ਕਿਉਂ ਰੱਖਿਆ ਦੇਖੋ ਕਿਉਂਕਿ ਜਿਹੜੇ ਆਰੀਆ ਸੀ ਉਹਨਾਂ ਨੇ ਇਸ ਪ੍ਰਦੇਸ਼ ਦੇ ਵਿੱਚ ਗਵੈਦ ਦੀ ਰਚਨਾ ਕੀਤੀ ਸੀ ਇਸੇ ਲਈ ਉਹਨਾਂ ਨੇ ਭਾਰਤ ਦਾ ਨਾਮ ਆ ਜਿਹੜਾ ਉਸ ਸਮੇਂ ਬ੍ਰਹਮਵਰਤ ਰੱਖਦਾ ਸੀਗਾ ਸੌਰੀ ਭਾਰਤ ਦਾ ਨਹੀਂ ਆਪਾਂ ਕਹਿ ਸਕਦੇ ਸप्तसिंधੂ ਪ੍ਰਦੇਸ਼ ਦਾ ਨਾਮ ਅੱਗੇ ਹੈ ਸप्तसिंधੂ ਨੂੰ ਬ੍ਰਹਮਵਰਤ ਦਾ ਨਾਮ ਕਿਉਂ ਦਿੱਤਾ ਗਿਆ ਕਿਉਂਕਿ ਇੱਥੇ ਰਿਗਵੇਦ ਦੀ ਰਚਨਾ ਹੋਈ ਸੀਗੀ ਸप्तसिंधੂ ਤੋਂ ਬਾਅਦ ਆਰੀਆ ਕਿਹੜੇ ਮੈਦਾਨਾਂਵਲ ਬਦੇ ਗੰਗਾ ਦੇ ਮੈਦਾਨਾਂਵਲ ਆਰੀਆ ਗੰਗਾ ਦੇ ਮੈਦਾਨਾਂਵਲ ਕਿਉਂ ਬਦੇ ਆਬਾਦੀ ਦੇ ਵਧਣ ਕਾਰਨ ਆਰੀਆ ਨੇ ਗੰਗਾ ਦੇ ਮੈਦਾਨੀ ਇਲਾਕੇ ਨੂੰ ਕੀ ਨਾਂ ਦਿੱਤਾ ਗੰਗਾ ਦਾ ਜਿਹੜਾ ਮੈਦਾਨੀ ਇਲਾਕਾ ਸੀ ਉਹਨੂੰ ਆਰੀਆ ਨੇ ਆਰੀਆ ਵਰਤ ਦਾ ਨਾਂ ਦਿੱਤਾ ਉੱਤਰ ਵੈਦਿਕ ਕਾਲ ਵਿੱਚ ਆਰੀਆ ਦਾ ਪ੍ਰਸਾਰ ਕਿੱਥੋਂ ਤੱਕ ਹੋ ਗਿਆ ਹਿਮਾਲਾ ਪਰਬਤ ਤੋਂ ਲੈ ਕੇ ਨਰਮਦਾ ਨਦੀ ਤੱਕ ਤੇ ਸਿੰਧ ਨਦੀ ਤੋਂ ਲੈ ਕੇ ਬੰਗਾਲ ਤੱਕ ਜਿਹੜਾ ਸੀ ਆਰੀਆ ਦਾ ਪ੍ਰਸਾਰ ਹੋ ਗਿਆ ਸੀ ਆਰੀਆ ਦੇ ਸਮਾਜਿਕ ਰਾਜਨੀਤਿਕ ਆਰਥਿਕ ਅਤੇ ਧਾਰਮਿਕ ਜੀਵਨ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਵੈਦਿਕ ਸਾਹਿਤ ਤੋਂ ਵੈਦਿਕ ਸਾਹਿਤ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਗਈ ਹੈ ਸੰਸਕ੍ਰਿਤ ਵਿੱਚ ਆਰਿਆ ਨੇ ਸਭ ਤੋਂ ਪਹਿਲਾਂ ਕਿਸ ਦੀ ਰਚਨਾ ਕੀਤੀ ਚਾਰ ਵੇਦਾਂ ਦੀ ਚਾਰ ਵੇਦਾਂ ਦੇ ਨਾਂ ਦੱਸੋ ਰਿਗਵੇਦ ਸ਼ਾਮਵੇਦ ਜਜੁਰਵੇਦ ਅਤੇ ਅਥਰਵਵੇਦ ਆਰਿਆ ਦਾ ਸਭ ਤੋਂ ਪ੍ਰਾਚੀਨ ਵੇਦ ਕਿਹੜਾ ਸੀਗਾ ਰਿਗਵੇਦ ਰਿਗਵੇਦ ਵਿੱਚ ਕੁੱਲ ਕਿੰਨੇ ਸੂਕਤ ਦਿੱਤੇ ਗਏ ਹਨ 1028 ਸੂਕਤ ਦਿੱਤੇ ਗਏ ਨੇ ਰਿਗਵੇਦ ਦੇ ਵਿੱਚ ਰਿਗਵੇਦ ਵਿੱਚ ਕਿੰਨੇ ਮੰਤਰ ਲਿਖੇ ਗਏ ਹਨ 10552 ਰਿਗਵੇਦ ਕਿੰਨੇ ਮੰਡਲਾਂ ਵਿੱਚ ਵੰਡਿਆ ਗਿਆ ਹੈ 10 ਮੰਡਲਾਂ ਦੇ ਵਿੱਚ ਰਿਗਵੇਦ ਆਰਿਆ ਦੇ ਕਿਹੜੇ ਸਮੇਂ ਦੀ ਜਾਣਕਾਰੀ ਦਾ ਸਰੋਤ ਹੈ ਰਿਗਵੇਦ ਆ ਜਿਹੜਾ ਉਹ ਤੋਂ ਆਪਾਂ ਨੂੰ ਆਰਿਆ ਦੇ 1500 ਇਸਵੀ ਪੂਰਵ ਤੋਂ ਲੈ ਕੇ 1000 ਇਸਵੀ ਪੂਰਵ ਤੱਕ ਦੇ ਸਮੇਂ ਦੀ ਜਾਣਕਾਰੀ ਮਿਲਦੀ ਆ ਰਿਗਵੇਦ ਤੋਂ ਬਾਅਦ ਕਿਹੜੇ ਗ੍ਰੰਥਾਂ ਦੀ ਰਚਨਾ ਹੋਈ ਦੇਖੋ ਸਭ ਤੋਂ ਪਹਿਲਾਂ ਰਿਗਵੇਦ ਦੀ ਰਚਨਾ ਹੋਈ ਸੀ ਜਿਹੜੇ ਦੂਜੇ ਤਿੰਨ ਵੇਦ ਨੇ ਉਹਨਾਂ ਦੀ ਰਚਨਾ ਬਾਅਦ ਵਿੱਚ ਹੋਈ ਹੈ ਕਿਹੜੇ-ਕਿਹੜੇ ਨੇ ਉਹ ਸ਼ਾਮਵੇਦ ਜਗੁਰਵੇਦ ਤੇ ਅਥਰਵवेद ਬ੍ਰਾਹਮਣ ਅਤੇ ਉਪਨਿਸ਼ਦ ਗ੍ਰੰਥਾਂ ਦੀ ਰਚਨਾ ਕਦੋਂ ਹੋਈ 600 ਇਸਵੀ ਪੂਰਵ ਦੇ ਲਗਭਗ ਉਪਨਿਸ਼ਦਾਂ ਦੀ ਕੁੱਲ ਗਿਣਤੀ ਕਿੰਨੀ ਸੀ 108 ਦੋ ਮਹਾਕਾਵ ਕਿਹੜੇ ਹਨ ਰਮਾਇਣ ਅਤੇ ਮਹਾਭਾਰਤ 1000 ਇਸਵੀ ਤੋਂ 700 ਇਸਵੀ ਪੂਰਵ ਤੱਕ ਦੀਆਂ ਘਟਨਾਵਾਂ ਬਾਰੇ ਸਾਨੂੰ ਕਿਸ ਤੋਂ ਜਾਣਕਾਰੀ ਮਿਲਦੀ ਹੈ ਰਮਾਇਣ ਅਤੇ ਮਹਾਭਾਰਤ ਤੋਂ ਰਮਾਇਣ ਦੀ ਰਚਨਾ ਕਿਸ ਨੇ ਕੀਤੀ ઋષਿ ਵਾਲਮੀਕੀ ਜੀ ਨੇ ਮਹਾਭਾਰਤ ਦੀ ਰਚਨਾ ਕਿਸ ਨੇ ਕੀਤੀ ਰਿਸ਼ੀ ਵੇਦਵਿਆਸ ਜੀ ਨੇ ਭਾਰਤ ਦਾ ਸਭ ਤੋਂ ਵੱਡਾ ਕਾਵ ਗ੍ਰੰਥ ਕਿਹੜਾ ਹੈ ਮਹਾਭਾਰਤ ਮਹਾਭਾਰਤ ਵਿੱਚ ਕਿੰਨੇ ਸ਼ਲੋਕ ਹਨ 1 ਲੱਖ ਤੋਂ ਵੱਧ ਸ਼ਲੋਕ ਨੇ ਮਹਾਭਾਰਤ ਦੇ ਵਿੱਚ ਭਗਵਤ ਗੀਤਾ ਕਿਸ ਮਹਾਕਾਵ ਦਾ ਹਿੱਸਾ ਹੈ ਮਹਾਭਾਰਤ ਦਾ ਰਿਗਵੇਦ ਵਿੱਚ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਕੀ ਸੀ ਪਰਿਵਾਰ ਰਿਗਵੇਦਿਕ ਕਾਲ ਦਾ ਸਮਾਜ ਕਿਹੋ ਜਿਹਾ ਸੀ ਪਿਤਾ ਪ੍ਰਧਾਨ ਸੀ ਰਿਗਵੇਦਿਕ ਕਾਲ ਵਿੱਚ ਪਰਿਵਾਰ ਦਾ ਮੁਖੀ ਕੌਣ ਹੁੰਦਾ ਸੀ ਗ੍ਰਹਿਪਤੀ ਜਾਂ ਕੁਲਪਤੀ ਰਿਗਵੇਦਿਕ ਕਾਲ ਵਿੱਚ ਪਿੰਡ ਦਾ ਮੁਖੀ ਕੌਣ ਹੁੰਦਾ ਸੀ ਗ੍ਰਾਮੀਣੀ ਪਿੰਡਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਸੀ ਵਿਸ਼ਿਅ ਕਿਹਾ ਜਾਂਦਾ ਸੀ ਵਿਸ਼ਿ ਦਾ ਮੁਖੀ ਕੌਣ ਹੁੰਦਾ ਸੀ ਵਿਸ਼ਪਤੀ ਵਿਸ਼ਿਆਂ ਨੂੰ ਮਿਲਾ ਕੇ ਕੀ ਬਣਦਾ ਸੀ ਜਨ ਬਣਦਾ ਸੀਗਾ ਵਿਸ਼ਿਆਂ ਨੂੰ ਮਿਲਾ ਕੇ ਇਰੇਕ ਵੈਦਿਕ ਕਾਲ ਵਿੱਚ ਜਨ ਦੇ ਮੁਖੀ ਨੂੰ ਕੀ ਆਖਦੇ ਸਨ ਜਨ ਦਾ ਜਿਹੜਾ ਮੁਖੀ ਹੁੰਦਾ ਸੀ ਉਹਨੂੰ ਰਾਜਨ ਜਾਂ ਰਾਜਾ ਕਿਹਾ ਜਾਂਦਾ ਸੀਗਾ ਠੀਕ ਆ ਉਹ ਆਪਣੀ ਪਰਜਾ ਦੀ ਭਲਾਈ ਦੇ ਅਨੁਸਾਰ ਹੀ ਜਿਹੜਾ ਸੀ ਸ਼ਾਸਨ ਚਲਾਉਂਦਾ ਸੀਗਾ ਉਹਦੀ ਗੱਦੀ ਜਿਹੜੀ ਹੁੰਦੀ ਸੀ ਉਹੋ ਜੱਦੀ ਹੁੰਦੀ ਸੀ ਜੇ ਕੋਈ ਰਾਜਾ ਜਨਮ ਸੱਧ ਹੁੰਦਾ ਸੀ ਤਾਂ ਕੀ ਸੀਗਾ ਕਿ ਉਹਨੂੰ ਗੱਦੀ ਤੋਂ ਲਾਹ ਦਿੱਤਾ ਜਾਂਦਾ ਸੀਗਾ ਠੀਕ ਹੈ ਤੇ ਉਹਦੀ ਥਾਂ ਤੇ ਨਵੇਂ ਰਾਜੇ ਦੀ ਚੋਣ ਕੀਤੀ ਜਾਂਦੀ ਸੀ ਤੇ ਰਾਜੇ ਦੇ ਮੁੱਖ ਕਰਤੱਬ ਕੀ ਹੁੰਦੇ ਸੀਗੇ ਕਿ ਪਰਜਾ ਦੀ ਰੱਖਿਆ ਕਰਨਾ ਹੁੰਦਾ ਸੀਗਾ ਰਾਜ ਵਿੱਚ ਸ਼ਾਂਤੀ ਸਥਾਪਿਤ ਕਰਨਾ ਹੁੰਦਾ ਸੀ ਪਰਜਾ ਨਾਲ ਨਿਆਂ ਕਰਨਾ ਜੁੱਧ ਸਮੇਂ ਕੀ ਸੀਗਾ ਆਪਣੀ ਫੌਜ ਦੀ ਅਗਵਾਈ ਕਰਨਾ ਇਹ ਸਾਰੇ ਕੀ ਸੀਗੇ ਰਾਜਨ ਦੇ ਕੰਮ ਹੁੰਦੇ ਸੀਗੇ ਤੇ ਸ਼ਾਸਨ ਚਲਾਉਣ ਦੇ ਲਈ ਪਰਜਾ ਜਿਹੜੀ ਸੀਗੀ ਆਪਣੇ ਰਾਜਾ ਨੂੰ ਕਈ ਤਰ੍ਹਾਂ ਦੇ ਤੋਹਫੇ ਦਾ ਪਹਾੜ ਵੀ ਭੇਂਟ ਕਰਦੀ ਸੀਗੀ ਅੱਗੇ ਕੰਟੀਨਿਊ ਕਰਦੇ ਹਾਂ ਰਾਜਾ ਆਪਣਾ ਸ਼ਾਸਨ ਕਿਸ ਦੇ ਅਨੁਸਾਰ ਚਲਾਉਂਦਾ ਸੀ ਪਰਜਾ ਦੀ ਭਲਾਈ ਦੇ ਅਨੁਸਾਰ ਚਲਾਉਂਦਾ ਸੀਗਾ ਰਾਜਾ ਸ਼ਾਸਨ ਜੇਕਰ ਕੋਈ ਰਾਜਾ ਜ਼ਾਲਮ ਸਿੱਧ ਹੁੰਦਾ ਸੀ ਤਾਂ ਉਸ ਨਾਲ ਕੀ ਸਲੂਕ ਕੀਤਾ ਜਾਂਦਾ ਸੀ ਉਸ ਨੂੰ ਗੱਦੀ ਤੋਂ ਲਾ ਦਿੱਤਾ ਜਾਂਦਾ ਸੀ ਤੇ ਉਸ ਦੀ ਥਾਂ ਤੇ ਨਵੇਂ ਰਾਜੇ ਦੀ ਚੋਣ ਕੀਤੀ ਜਾਂਦੀ ਸੀ ਰਾਜੇ ਦਾ ਮੁੱਖ ਕੰਮ ਕੀ ਹੁੰਦਾ ਸੀ ਦੇਖੋ ਚਾਰ ਉਹਦੇ ਮੁੱਖ ਕੰਮ ਆਪਣੀ ਪਰਜਾ ਦੀ ਰੱਖਿਆ ਕਰਨਾ ਰਾਜ ਵਿੱਚ ਸ਼ਾਂਤੀ ਸਥਾਪਿਤ ਕਰਨਾ ਪਰਜਾ ਨਾਲ ਨਿਆਂ ਕਰਨਾ ਤੇ ਜੁੱਧ ਦੇ ਸਮੇਂ ਸੈਨਾ ਦੀ ਅਗਵਾਈ ਕਰਨਾ ਅਗੇ ਹੈ ਰਾਜਨ ਦੀ ਮਦਦ ਕਰਨ ਵਾਲੇ ਮੰਤਰੀ ਕੌਣ ਹੁੰਦੇ ਸਨ ਰਾਜਨ ਦੀ ਮਦਦ ਕਰਨ ਲਈ ਜਿਹੜੇ ਮੰਤਰੀ ਹੁੰਦੇ ਸੀ ਪ੍ਰੋਹੀਤ ਹੋ ਗਿਆ ਸਿਨਾਨੀ ਤੇ ਗ੍ਰਾਮਣੀ ਦੇਖੋ ਹੁਣ ਰਾਜਾ ਜਿਹੜਾ ਸੀ ਸ਼ਾਸਨ ਪ੍ਰਬੰਧ ਇਕੱਲਾ ਤਾਂ ਚਲਾ ਨਹੀਂ ਸਕਦਾ ਸੀਗਾ ਸ਼ਾਸਨ ਪ੍ਰਬੰਧ ਨੂੰ ਚਲਾਉਣ ਦੇ ਦੇਸ਼ ਨਾਲ ਕੀ ਸੀਗਾ ਉਹਨੇ ਕੁਝ ਮੰਤਰੀ ਨਿਯੁਕਤ ਕੀਤੇ ਹੋਏ ਸੀਗੇ ਠੀਕ ਆ ਉਹ ਮੰਤਰੀ ਕਿਹਨੂੰ ਨਿਯੁਕਤ ਕਰਦਾ ਸੀ ਜਿਹੜੇ ਯੋਗ ਤੇ ਉੱਚ ਜਰਿੱਤਰ ਦੇ ਵਿਅਕਤੀ ਹੁੰਦੇ ਸੀ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੇ ਲਗਾਇਆ ਜਾਂਦਾ ਸੀ ਮੰਤਰੀ ਉਹ ਤੇ ਕਿਹੜੇ ਹੁੰਦੇ ਸੀਗੇ ਪੁਰੋਹਿਤ ਸਨਾਨੀ ਤੇ ਗ੍ਰਾਮਨੀ ਜਿਹੜੇ ਸੀ ਉਹਦੇ ਪ੍ਰਸਿੱਧ ਮੰਤਰੀ ਸੀਗੇ ਪੁਰੋਹਿਤ ਜਿਹੜੇ ਹੁੰਦੇ ਸੀਗੇ ਉਹ ਰਾਜੇ ਨੂੰ ਧਾਰਮਿਕ ਤੇ ਰਾਜਨੀਤਿਕ ਮਾਮਲਿਆਂ ਬਾਰੇ ਸਲਾਹ ਦਿੰਦੇ ਸੀਗੇ ਤੇ ਯੁੱਧ ਦੇ ਸਮੇਂ ਰਾਜੰਦਨ ਮਤਲਬ ਨਾਲ ਜਾਂਦੇ ਸੀਗੇ ਉਹ ਠੀਕ ਆ ਤੇ ਉਹਦੇ ਜੱਤ ਦੇ ਲਈ ਪ੍ਰਾਰਥਨਾ ਕਰਦੇ ਸੀਗੇ ਪੁਰੋਹਿਤ ਜਿਹੜੇ ਹੁੰਦੇ ਸੀ ਤੇ ਜਿਹੜੇ ਸਨਾਨੀ ਹੁੰਦੇ ਸੀ ਉਹ ਸੈਨਾ ਦੀ ਅਗਵਾਈ ਕਰਦੇ ਸੀਗੇ ਤੇ ਰਾਜਾ ਨੂੰ ਕੀ ਸੀਗਾ ਜੁੱਧ ਸਬੰਧੀ ਸਲਾਹ ਦਿੰਦੇ ਸੀਗੇ ਗ੍ਰਾਮਨੀ ਜਿਹੜੇ ਹੁੰਦੇ ਸੀ ਉਹ ਪਿੰਡਾਂ ਦਾ ਸ਼ਾਸਨ ਪ੍ਰਬੰਧ ਚਲਾਉਂਦੇ ਸੀਗੇ ਤੇ ਇੱਕ ਗੱਲ ਹੋਰ ਆ ਕਿ ਇਹਨਾਂ ਦੇ ਜਿਹੜੇ ਰਾਜਨ ਸੋਰੀ ਜਿਹੜੇ ਗ੍ਰਾਮਨੀ ਕੰਮ ਕਰਦੇ ਸੀ ਨਾ ਪਿੰਡਾਂ ਦਾ ਸ਼ਾਸਨ ਚਲਾਉਂਦੇ ਸੀ ਉਹਦੇ ਵਿੱਚ ਰਾਜਨ ਵੱਲੋਂ ਕੋਈ ਦਖਲਅੰਦਾਜ਼ੀ ਨਹੀਂ ਦਿੱਤੀ ਜਾਂਦੀ ਸੀਗੀ ਅੱਗੇ ਕੰਟੀਨਿਊ ਕਰਦੇ ਆ ਪੁਜੋਹੀਤ ਦਾ ਕੰਮ ਕੀ ਹੁੰਦਾ ਸੀ ਰਾਜੇ ਨੂੰ ਧਾਰਮਿਕ ਤੇ ਰਾਜਨੀਤਿਕ ਮਾਮਲਿਆਂ ਵਿੱਚ ਸਲਾਹ ਦੇਣਾ ਯੁੱਧ ਸਮੇਂ ਰਾਜਨ ਦੇ ਨਾਲ ਜਾਣਾ ਤੇ ਰਾਜਨ ਦੀ ਜਤਲੀ ਪ੍ਰਾਰਥਨਾ ਕਰਨਾ ਅੱਗੇ ਹੈ ਸਨਾਨੀ ਕੀ ਕੰਮ ਕਰਦਾ ਸੀ ਸੇ ਨਾਨੀ ਸੈਨਾ ਦੀ ਗਵਾਹੀ ਕਰਦਾ ਸੀ ਰਾਜਾ ਨੂੰ ਜੁੱਧ ਸੰਬੰਧੀ ਸਲਾਹ ਦਿੰਦਾ ਸੀਗਾ ਫਿਰ ਇਹ ਪਿੰਡਾਂ ਦਾ ਸ਼ਾਸਨ ਪ੍ਰਬੰਧ ਕੌਣ ਚਲਾਉਂਦਾ ਸੀ ਗ੍ਰਾਮਣੀ ਚਲਾਉਂਦਾ ਸੀ ਤੇ ਜਿਹੜਾ ਰਾਜਨ ਹੁੰਦਾ ਸੀ ਉਹ ਇਹਦੇ ਸ਼ਾਸਨ ਪ੍ਰਬੰਧ ਵਿੱਚ ਕੋਈ ਇੰਟਰਫੇਅਰ ਨਹੀਂ ਕਰਦਾ ਸੀਗਾ ਰਿਗਵੇਦਿਕ ਕਾਲ ਵਿੱਚ ਰਾਜਾ ਦੀ ਮਦਦ ਕਰਨ ਵਾਲੀਆਂ ਦੋ ਮਹੱਤਵਪੂਰਨ ਸੰਸਥਾਵਾਂ ਕਿਹੜੀਆਂ ਹੁੰਦੀਆਂ ਸੀਗੀਆਂ ਉਹ ਸੀਗੀਆਂ ਸਭਾ ਤੇ ਸੰਮਤੀ ਹੁੰਦੀਆਂ ਸੀਗੀਆਂ ਠੀਕ ਆ ਇਹਨਾਂ ਦੋਹਾਂ ਵਿੱਚ ਫਰਕ ਪਤਾ ਕੀ ਸੀਗਾ ਪਰ ਹੈ ਤਾਂ ਬਸ ਇਤਿਹਾਸਕਾਰਾਂ ਵਿੱਚ ਇਹਦੇ ਬਾਰੇ ਮਤਭੇਦ ਪਰ ਜ਼ਿਆਦਾਤਰ ਇਤਿਹਾਸਕਾਰ ਜਿਹੜੀ ਗੱਲ ਮੰਨਦੇ ਹੋਏ ਆ ਕਿ ਜਿਹੜੀ ਸਭਾ ਹੁੰਦੀ ਸੀ ਉਹਦੇ ਵਿੱਚ ਬਜ਼ੁਰਗ ਵਿਅਕਤੀ ਸ਼ਾਮਿਲ ਹੁੰਦੇ ਸੀ ਜਦੋਂ ਕਿ ਜਿਹੜੀ ਸੰਮਤੀ ਹੁੰਦੀ ਸੀ ਉਹਦੇ ਵਿੱਚ ਕਬੀਲੇ ਦੇ ਸਾਰੇ ਮੈਂਬਰ ਸ਼ਾਮਿਲ ਹੁੰਦੇ ਸੀ ਫਿਰ ਇਹਨਾਂ ਸੰਸਥਾਵਾਂ ਕੋਲ ਕਹਿੰਦੇ ਸੀ ਅਸੀਮਤ ਸ਼ਕਤੀਆਂ ਹੁੰਦੀਆਂ ਸੀ ਉਹ ਕੀ ਸੀਗਾ ਸ਼ਾਸਨਪਨ ਦਾ ਪ੍ਰਬੰਧ ਚਲਾਉਣ ਦੇ ਵਿੱਚ ਨਾ ਰਾਜੇ ਦੀ ਸਹਾਇਤਾ ਕਰਦੇ ਸੀ ਠੀਕ ਆ ਤੇ ਰਾਜਾ ਵੀ ਕੀ ਸੀਗਾ ਉਹਨਾਂ ਦੀ ਮਰਜ਼ੀ ਦੇ ਅਨਸਾਰ ਸ਼ਾਸਨ ਪ੍ਰਬੰਧ ਚਲਾਉਂਦਾ ਸੀ ਜੇ ਕੋਈ ਰਾਜਾ ਜਿਹੜਾ ਸੀ ਜ਼ਾਲਮ ਹੋ ਜਾਂਦਾ ਸੀਗਾ ਠੀਕ ਆ ਤਾਂ ਇਹ ਜਿਹੜੀਆਂ ਦੋਨੇ ਸੰਸਥਾਵਾਂ ਹੁੰਦੀਆਂ ਸੀ ਸਭਾ ਤੇ ਸੰਮਤੀ ਉਹਨੂੰ ਗੱਦੀ ਤੋਂ ਉਤਾਰ ਦਿੰਦੀਆਂ ਸੀ ਤੇ ਦੋਹਾਂ ਦੀ ਜਿਹੜੀ ਕਾਰਜ ਪ੍ਰਣਾਲੀ ਉਹ ਕਹੋ ਜੀ ਸੀਗੀ ਲੋਕਤੰਤਰੀ ਸੀ ਡੈਮੋਕਰੈਟਿਕ ਸੀ ਤੇ ਉਹਨਾਂ ਦੇ ਫੈਸਲੇ ਆ ਜਿਹੜੇ ਕਿਹਦੇ ਆਧਾਰ ਤੇ ਲਏ ਜਾਂਦੇ ਸੀ ਬਹੁਮਤ ਦੇ ਆਧਾਰ ਤੇ ਲਏ ਜਾਂਦੇ ਸੀਗੇ ਸਭਾ ਵਿੱਚ ਕਿਹੜੇ ਵਿਅਕਤੀ ਸ਼ਾਮਿਲ ਹੁੰਦੇ ਸਨ ਬਜ਼ੁਰਗ ਵਿਅਕਤੀ ਸਮਤੀ ਵਿੱਚ ਕਿਹੜੇ ਵਿਅਕਤੀ ਸ਼ਾਮਿਲ ਹੁੰਦੇ ਸਨ ਸਾਰੇ ਕਬੀਲੇ ਦੇ ਵਿਅਕਤੀ ਜਿਹੜੇ ਸੀ ਸਮਤੀ ਵਿੱਚ ਸ਼ਾਮਿਲ ਹੁੰਦੇ ਸੀ ਵੈਦਿਕ ਕਾਲ ਵਿੱਚ ਸਭ ਤੋਂ ਵੱਡਾ ਨਿਆਂधीश ਕੌਣ ਹੁੰਦਾ ਸੀ ਰਾਜਨ ਜਿਹੜਾ ਹੁੰਦਾ ਸੀ ਉਹ ਸਭ ਤੋਂ ਵੱਡਾ ਨਿਆਂधीश ਹੁੰਦਾ ਸੀਗਾ ਵੈਦਿਕ ਕਾਲ ਵਿੱਚ ਮੁੱਖ ਅਪਰਾਧ ਕਿਹੜੇ ਸਨ ਚੋਰੀ ਹੋ ਗਿਆ ਡਕੈਤੀ ਹੋ ਗਿਆ ਹੱਤਿਆ ਸਾਲਕਾਪਟ ਤੇ ਪਸ਼ੂਆਂ ਦੀ ਚੋਰੀ ਜਿਹੜੇ ਇਹ ਮੁੱਖ ਅਪਰਾਧ ਮੰਨੇ ਜਾਂਦੇ ਸੀਗੇ ਵੈਦਿਕ ਕਾਲ ਦੇ ਵਿੱਚ ਆਰੀਆ ਕਿਹੜੀ ਕਲਾ ਵਿੱਚ ਬਹੁਤ ਨੇਪੁੰਸਨ? ਯੁੱਧ ਕਲਾ ਦੇ ਵਿੱਚ ਆਰੀਆ ਪੂਰੀ ਤਰ੍ਹਾਂ ਨੇਪੁੰਨ ਹੁੰਦੇ ਸੀਗੇ। ਆਰੀਆ ਕਿਹੜੇ ਹਥਿਆਰਾਂ ਦੀ ਵਰਤੋਂ ਕਰਦੇ ਸੀ? ਤਲਵਾਰਾਂ, ਪਾਲਿਆਂ, ਕੁਹਾੜਿਆਂ ਤੇ ਵਰਟਿਆਂ ਦੀ ਜਿਹੜੀ ਸੀ ਉਹ ਵਰਤੋਂ ਕਰਦੇ ਸੀਗੇ। ਆਰੀਆ ਲੋਕ ਕਿੰਨਾ ਉੱਤੇ ਵਾਰ ਨਹੀਂ ਕਰਦੇ ਸਨ ਪਰ ਉਹਨਾਂ ਦੇ ਕੁਝ ਰੂਲ ਵੀ ਹੁੰਦੇ ਸੀ ਜਿਹੜੇ ਆਰੀਆ ਹੁੰਦੇ ਸੀਗੇ ਠੀਕ ਆ ਉਹ ਨਿਹੱਤੇ ਸੁੱਤੇ ਹੋਏ ਦੁਸ਼ਮਣਾਂ, ਇਸਤਰੀਆਂ, ਬੱਚਿਆਂ ਤੇ ਬਜ਼ੁਰਗਾਂ ਤੇ ਕਦੇ ਵੀ ਵਾਰ ਨਹੀਂ ਕਰਦੇ ਸੀਗੇ। ਰਿਗਵੇਦ ਵਿੱਚ ਮੰਤਰ ਲਿਖਣ ਵਾਲੀਆਂ ਵਿਦਵਾਨ ਇਸਤਰੀਆਂ ਦੇ ਨਾਂ ਦੱਸੋ ਅਪਾਲਾ ਕੋਸ਼ਾ ਵਿਸ਼ਵਬਰਾ ਅਤੇ ਮੁਦਗਾਲਣੀ ਇਹ ਚਾਰੇ ਜਿਹੜੀਆਂ ਇਸਤਰੀਆਂ ਸੀ ਇਹਨਾਂ ਦੇ ਮੰਤਰ ਆ ਜਿਹੜੇ ਰਿਗਵੇਦ ਦੇ ਵਿੱਚ ਦਰਜ ਕੀਤੇ ਹੋਏ ਆ ਰਿਗਵੇਦਿਕ ਕਾਲ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀਗੀ ਦੇਖੋ ਹੁਣ ਆਪਾਂ ਇਸਤਰੀਆਂ ਦੀ ਹਾਲਤ ਦੇਖਦੇ ਹਾਂ ਉਦੋਂ ਕਿਹੋ ਜੀ ਸੀ ਇਸਤਰੀਆਂ ਨੂੰ ਜਿਹੜੀ ਸੀਗੀ ਵਿਆਹ ਸੰਬੰਧੀ ਆਜ਼ਾਦੀ ਸੀਗੀ ਆਪਣਾ ਪਤੀ ਚ ਉਹਨਾਂ ਦੀ ਆਗਿਆ ਸੀਗੀ ਉਹਨਾਂ ਨੂੰ ਦੁਲਹਾਨ ਦਾ ਪਤੀ ਦੇ ਘਰ ਵਿੱਚ ਜਿਹੜਾ ਸੀ ਪੂਰਾ ਸਤਿਕਾਰ ਕੀਤਾ ਜਾਂਦਾ ਸੀ ਠੀਕ ਆ ਕਿਉਂ ਕੀਤਾ ਜਾਂਦਾ ਸੀ ਕਿਉਂਕਿ ਜਿਹੜਾ ਸੀਗਾ ਜਾਂ ਦੁਲਹਾਨ ਹੁੰਦੀ ਸੀ ਉਹ ਸ਼ੁਰੂ ਕਰਦਾ ਗਹਿਣਾ ਸਮਝਿਆ ਜਾਂਦਾ ਸੀਗਾ ਠੀਕ ਹੈ ਅੱਗੇ ਹੈ ਇਸਤਰੀਆਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਧਾਰਮਿਕ ਕੰਮ ਅਧੂਰਾ ਸਮਝਿਆ ਜਾਂਦਾ ਸੀਗਾ ਬਾਲ ਵਿਆਹ ਸਤੀ ਪ੍ਰਥਾ ਪਰਦਾ ਪ੍ਰਥਾ ਵਰਗੀਆਂ ਬਰਾਈਆਂ ਜਿਹੜੀਆਂ ਪਰ ਚਰਲਿਤ ਨਹੀਂ ਸੰਨ ਵਿਦਵਾਨ ਨੂੰ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਹੁੰਦੀ ਸੀਗੀ ਇਹ ਤਾਂ ਬਿਨਾ ਕੀ ਸੀ ਕਿ ਜਿਹੜੀਆਂ ਇਸਤਰੀਆਂ ਹੁੰਦੀਆਂ ਸੀ ਉਹ ਨਾਚ ਗਾਣਿਆਂ ਮਿਲਣਿਆਂ ਤੇ ਧਾਰਮਿਕ ਰਸਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਸਨ ਅੱਗੇ ਹੈ ਆਰੀਆ ਸਮਾਜ ਕਿਹੋ ਜਿਹਾ ਸੀ ਆਰੀਆ ਸਮਾਜ ਜਿਹੜਾ ਹੁੰਦਾ ਸੀ ਉਹ ਪਿਤਾ ਪ੍ਰਧਾਨ ਹੁੰਦਾ ਸੀਗਾ ਠੀਕ ਹੈ ਪਰਿਵਾਰ ਦਾ ਮੁਖੀ ਕੌਣ ਹੁੰਦਾ ਸੀ ਪਰਿਵਾਰ ਦਾ ਸਭ ਤੋਂ ਬਜ਼ੁਰਗ ਆਦਮੀ ਜਿਹੜਾ ਉਹ ਪਰਿਵਾਰ ਦਾ ਮੁਖੀ ਹੁੰਦਾ ਸੀਗਾ ਦੇਖੋ ਆਰੀਆ ਦਾ ਪਰਿਵਾਰਕ ਜੀਵਨ ਕਾਫੀ ਖੁਸ਼ਹਾਲ ਸੀਗਾ ਠੀਕ ਹੈ ਸਾਂਝੇ ਪਰਿਵਾਰ ਪਾਈ ਜਾਂਦੇ ਸੀਗੇ ਉਸ ਟਾਈਮ ਦੇ ਵਿੱਚ ਤੇ ਪਰਿਵਾਰ ਦਾ ਜਿਹੜਾ ਪਿਤਾ ਪ੍ਰਧਾਨ ਹੁੰਦਾ ਸੀਗਾ ਪਰਿਵਾਰ ਦਾ ਸਭ ਤੋਂ ਬਜ਼ੁਰਗ ਆਦਮੀ ਹੈ ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਸੀ ਉਹਨੂੰ ਗ੍ਰਹਿਪਤੀ ਜਾਂ ਕੁਲਪਤੀ ਵੀ ਕਹਿੰਦੇ ਸੀਗੇ ਉਹ ਸਾਰੇ ਪਰਿਵਾਰ ਦੀ ਦੇਖਭਾਲ ਕਰਦਾ ਸੀਗਾ ਤੇ ਨਾਲ ਹੀ ਨਾਲ ਦੂਜੇ ਪਾਸੇ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਸਾਰੇ ਕੀਤੇ ਉਹਦੀ ਆਗਿਆ ਦਾ ਪਾਲਣ ਕਰਦੇ ਸੀ ਉਹਦਾ ਸਤਿਕਾਰ ਕਰਦੇ ਸੀ ਮੈਂ ਇੱਕ ਗੱਲ ਹੋਰ ਵੀ ਆ ਕਿ ਪਰਿਵਾਰ ਦੇ ਵਿੱਚ ਲੜਕੇ ਦਾ ਹੋਣਾ ਵੀ ਬਹੁਤ ਜ਼ਰੂਰੀ ਸਮਝਿਆ ਜਾਂਦਾ ਸੀਗਾ ਪਰਿਵਾਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਕੁਲਪਤੀ ਜਾਂ ਗ੍ਰਹਿਪਤੀ। ਆਰੀਆ ਸਮਾਜ ਕਿਹੜੇ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀਗਾ? ਆਰੀਆ ਸਮਾਜ ਜਿਹੜਾ ਸੀਗਾ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਚਾਰ ਵਰਨਾ ਦੇ ਵਿੱਚ ਵੰਡਿਆ ਹੋਇਆ ਸੀ ਕਿਉਂਕਿ ਜਾਤੀ ਪ੍ਰਥਾ ਤਾਂ ਉਸ ਟਾਈਮ ਦੇ ਵਿੱਚ ਪਰਚਲਿਤ ਨਹੀਂ ਸੀਗੀ। ਸਮਾਜ ਦੀ ਵੰਡ ਆ ਜਿਹੜੀ ਇਹ ਕੀ ਆ ਲੋਕਾਂ ਦੇ ਵੱਖ-ਵੱਖ ਧੰਦਿਆਂ ਦੇ ਆਧਾਰ ਤੇ ਕੀਤੀ ਹੋਈ ਸੀਗੀ। ਠੀਕ ਹੈ। ਅੱਗੇ ਹੈ ਕੁੱਲ ਕਿੰਨੇ ਵਰਨ ਸਨ? ਚਾਰ ਵਰਨ ਸਨ। ਕਿਹੜੇ-ਕਿਹੜੇ ਆਪਾਂ ਪੜ੍ਹ ਕੇ ਆਟੀਆਂ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਵੈਦਿਕ ਕਾਲ ਵਿੱਚ ਸਿੱਖਿਆ ਕਿਵੇਂ ਦਿੱਤੀ ਜਾਂਦੀ ਸੀ? ਵੈਦਿਕ ਕਾਲ ਵਿੱਚ ਜਿਹੜੀ ਸਿੱਖਿਆ ਸੀਗੀ ਉਹ ਆਮ ਤੌਰ ਤੇ ਪ੍ਰਾਈਵੇਟ ਤੌਰ ਤੇ ਦਿੱਤੀ ਜਾਂਦੀ ਸੀ। ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਗੁਰੂਕੁਲਾ ਵਿੱਚ ਜਾਂਦੇ ਸੀਗੇ ਠੀਕ ਹੈ। ਗੁਰੂਕੁਲ ਕਿੱਥੇ ਹੁੰਦੇ ਸੀ? ਆਮ ਤੌਰ ਤੇ ਜੰਗਲਾਂ ਦੇ ਵਿੱਚ ਹੁੰਦੇ ਸੀਗੇ ਠੀਕ ਆ। ਇਹਨਾਂ ਵਿੱਚ ਕੀ ਸੀਗਾ ਕਿ ਬਹੁਤ ਹੀ ਪ੍ਰਸਿੱਧ ਜਿਹੜੇ ਵਿਦਵਾਨ ਹੁੰਦੇ ਸੀ ਵਿਦਵਾਨਾਂ ਦੁਆਰਾ ਸਿੱਖਿਆ ਦਿੱਤੀ ਜਾਂਦੀ ਸੀਗੀ। ਵਿਦਿਆਰਥੀ ਸਿੱਖਿਆ ਪੂਰੀ ਹੋਣ ਤੱਕ ਕੀ ਸੀਗਾ ਕਿ ਆਪਣੇ ਗੁਰੂ ਦੇ ਕੋਲ ਉੱਥੇ ਗੁਰੂਕੁਲਾ ਦੇ ਵਿੱਚ ਹੀ ਰਹਿੰਦੇ ਹੁੰਦੇ ਸੀਗੇ। ਠੀਕ ਆ ਆਪਦੇ ਗੁਰੂਆਂ ਦਾ ਬਹੁਤ ਸਤਿਕਾਰ ਕਰਦੇ ਸੀਗੇ ਉਹ। ਤੇ ਸਿੱਖਿਆ ਦਾ ਮੁੱਖ ਉਦੇਸ਼ ਕੀ ਹੁੰਦਾ ਸੀਗਾ ਕਿ ਵਿਦਿਆਰਥੀ ਦੇ ਵਿੱਚ ਉੱਚੇ ਆਦਰਸ਼ਾਂ ਨੂੰ ਪੈਦਾ ਕਰਨਾ ਤੇ ਉਹਨਾਂ ਨੂੰ ਆਉਣ ਵਾਲੇ ਜੀਵਨ ਦੇ ਜੋਗ ਬਣਾਉਣਾ ਹੁੰਦਾ ਸੀਗਾ ਤੇ ਸਿੱਖਿਆ ਦਾ ਜਿਹੜਾ ਮੁੱਖ ਵਿਸ਼ਾ ਹੁੰਦਾ ਸੀ ਵੈਦਿਕ ਸਾਹਿਤ ਹੁੰਦਾ ਸੀ ਇਹ ਤੋਂ ਬਿਨਾਂ ਕਿਸੇ ਇਹਨਾਂ ਨੂੰ ਹਿਸਾਬ ਹੋ ਗਿਆ ਜੋਤਿਸ਼ ਹੋ ਗਿਆ ਵਿਆਕਰਨ ਹੋ ਗਿਆ ਨੈਤਿਕ ਸਿੱਖਿਆ ਹੋ ਗਿਆ ਫੌਜੀ ਸਿੱਖਿਆ ਹੋ ਗਿਆ ਇਹਨਾਂ ਬਾਰੇ ਵੀ ਲੋੜਿੰਦੀ ਜਾਣਕਾਰੀ ਦਿੱਤੀ ਜਾਂਦੀ ਸੀਗੀ ਤੇ ਵਿਦਿਆਰਥੀਆਂ ਨੂੰ ਸਿੱਖਿਆ ਜਿਹੜੀ ਆ ਮੁਫਤ ਦਿੱਤੀ ਜਾਂਦੀ ਸੀ ਸਿੱਖਿਆ ਪੂਰੀ ਹੋਣ ਤੇ ਕੀ ਆ ਕਿ ਵਿਦਿਆਰਥੀ ਆਪਣੀ ਹੈਸੀਅਤ ਦੇ ਅਨਸਾਰ ਆਪਣੇ ਗੁਰੂ ਨੂੰ ਗੁਰੂ ਦਕਸ਼ਨਾ ਦਿੰਦੇ ਸੀਗੇ ਇਹ ਸੀ ਉਹਨਾਂ ਦਾ ਐਜੂਕੇਸ਼ਨ ਸਿਸਟਮ ਇਹਦੇ ਨਾਲ ਰਿਲੇਟਡ ਕੁਐਸਚਨ ਦੇਖ ਲੈਣੇ ਆ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਕਿੱਥੇ ਜਾਂਦੇ ਸਨ ਗੁਰੂਕੁਲਾ ਵਿੱਚ ਗੁਰੂਕੁਲਾ ਆਮ ਤੌਰ ਤੇ ਕਿੱਥੇ ਸਥਿਤ ਸਨ ਜੰਗਲਾ ਵਿੱਚ ਸਿੱਖਿਆ ਦਾ ਮੁੱਖ ਉਦੇਸ਼ ਕੀ ਹੁੰਦਾ ਸੀ ਵਿਦਿਆਰਥੀਆਂ ਵਿੱਚ ਉੱਚ ਆਦਰਸ਼ਾਂ ਨੂੰ ਪੈਦਾ ਕਰਨਾ ਵਾ ਜਿਹੜਾ ਸਿੱਖਿਆ ਦਾ ਮੁੱਖ ਉਦੇਸ਼ ਹੁੰਦਾ ਸੀ ਉਹਨਾਂ ਨੂੰ ਆਉਣ ਵਾਲੇ ਜੀਵਨ ਦੇ ਯੋਗ ਬਣਾਉਣਾ ਵੀ ਉਹਨਾਂ ਦਾ ਮੁੱਖ ਉਦੇਸ਼ ਹੁੰਦਾ ਸੀ ਸਿੱਖਿਆ ਦਾ ਮੁੱਖ ਵਿਸ਼ਾ ਕੀ ਹੁੰਦਾ ਸੀਗਾ ਉਹ ਦੇਖ ਲੈਣੇ ਆ ਕਵਿਸ਼ੇ ਵੈਦਿਕ ਸਾਹਿਤ ਇਸ ਤੋਂ ਇਲਾਵਾ ਹਿਸਾਬ ਜੋਤਿਸ਼ ਵਿਆਕਰਨ ਨੈਤਿਕ ਸਿੱਖਿਆ ਫੌਜੀ ਸਿੱਖਿਆ ਵੀ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਸੀ ਵਿਦਿਆਰਥੀਆਂ ਨੂੰ ਸਿੱਖਿਆ ਬਦਲੇ ਵਿਦਿਆਰਥੀ ਗੁਰੂ ਨੂੰ ਕੀ ਦਿੰਦੇ ਸਨ ਵਿਦਿਆਰਥੀਆਂ ਨੂੰ ਸਿੱਖਿਆ ਵਾ ਜਿਹੜੀ ਮੁਫਤ ਦਿੱਤੀ ਜਾਂਦੀ ਸੀ ਸਿੱਖਿਆ ਪੂਰੀ ਹੋਣ ਤੇ ਵਿਦਿਆਰਥੀ ਆਪਣੀ ਹੈਸੀਅਤ ਦੇ ਅਨਸਾਰ ਗੁਰੂ ਨੂੰ ਕੀ ਸੀਗਾ ਗੁਰੂ ਦਕਸ਼ਨਾ ਦਿੰਦੇ ਸਨ ਅਗੇ ਆਰਿਆ ਦਾ ਜਿਹੜਾ ਪਹਿਰਾਵਾ ਵਾ ਉਹ ਕੀ ਹੁੰਦਾ ਸੀ ਸਾਦੇ ਕੱਪੜੇ ਪਹਿਨਦੇ ਸੀ ਉਹ ਸੂਤੀ ਉਨੀ ਤੇ ਰੇਸ਼ਮੀ ਕੱਪੜੇ ਪਹਿਨਦੇ ਸੀਗੇ ਜਾਨਵਰਾਂ ਦੀਆਂ ਖੱਲਾਂ ਵੀ ਪਹਿਨਦੇ ਸੀ ਇਹ ਤਾਂ ਵੀ ਨਕੀ ਸੀ ਕਿ ਜਿਹੜੀਆਂ ਇਸਤਰੀਆਂ ਸੀ ਇਸਤਰੀਆਂ ਤੇ ਪੁਰਸ਼ ਹਾਰ ਸ਼ਿੰਗਾਰ ਅਤੇ ਗਹਿਣੇ ਪਾਉਣ ਦੇ ਸ਼ੌਕੀਨ ਸਨ ਆਰੀਆ ਲੋਕ ਕਿਹੋ ਜਿਹਾ ਭੋਜਨ ਕਰਦੇ ਸਨ ਆਰੀਆ ਲੋਕ ਜਿਹੜੇ ਸੀਗੇ ਸਾਦਾ ਪਰ ਸੰਤੁਲਿਤ ਭੋਜਨ ਕਰਦੇ ਸੀਗੇ ਕਣਕ, ਜੌਂ, ਚੌਲ, ਫਲ, ਸਬਜ਼ੀਆਂ, ਦੁੱਧ ਕਿਉਂ ਇਹਨਾਂ ਦੀ ਵਰਤੋਂ ਕਰਦੇ ਸੀਗੇ ਤੇ ਖਾਸ ਮੌਕਿਆਂ ਤੇ ਉਹ ਕੀ ਸੀ ਭੇਡਾਂ, ਬੱਕਰੀਆਂ ਤੇ ਘੋੜਿਆਂ ਦਾ ਮਾਸ ਵੀ ਖਾਂਦੇ ਸਨ ਅਗਿਆ ਗਿਆ ਆਰੀਆ ਲੋਕ ਕਿਹੜੇ ਦੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਸੀ ਤਾਂ ਉਹ ਸੀਗੇ ਸੋਮਰਾਸਤੇ ਸੂਰਾ ਇਹ ਦੋਨੇ ਨਸ਼ੀਲੇ ਪਦਾਰਥਾਂ ਦੀ ਉਹ ਵਰਤੋਂ ਕਰਦੇ ਸੀ ਆਰੀਆ ਲੋਕ ਕਿਸਦੇ ਸੇਵਨ ਨੂੰ ਚੰਗਾ ਨਹੀਂ ਸਮਝਦੇ ਸਨ ਸੂਰਾ ਜਿਹੜੀ ਸੀ ਉਹਦੇ ਸੇਵਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀਗਾ ਰਿਗਵੇਦਿਕ ਕਾਲ ਦੇ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਕੀ ਸੀਗਾ ਮੁੱਖ ਸਾਧਨ ਸੀਗਾ ਰੱਥ ਦੌੜ ਆਰੀਆ ਦੇ ਮਨੋਰੰਜਨ ਦੇ ਹੋਰ ਸਾਧਨ ਕਿਹੜੇ ਸਨ ਦੇਖੋ ਰੱਥ ਦੌੜ ਤਾਂ ਮੁੱਖ ਸੀਗਾ ਇਹ ਤੋਂ ਬਿਨਾ ਸੰਗੀਤ, ਨਾਚ, ਗਾਣੇ ਹੋਗੇ, ਸ਼ਿਕਾਰ, ਘੋੜ ਦੌੜ, ਜੂਆ, ਤਿਹਾਰ ਚ ਜਿਹੜੇ ਸੀਗੇ ਇਹਨਾਂ ਦੇ ਮਨੋਰੰਜਨ ਦੇ ਸਾਧਨ ਸੀਗੇ। ਆਰੀਆ ਲੋਕ ਕਿੰਨਾ ਨਾਲ ਸਖਤ ਨਫ਼ਰਤ ਕਰਦੇ ਸਨ? ਆਰੀਆ ਲੋਕ ਜਿਹੜੇ ਸੀਗੇ ਲਾਲਚੀ ਹੋਗੇ, ਠੀਕ ਆ, ਪਾਪੀ, ਝੂਠੇ ਤੇ ਚੋਰ-ਡਾਕੂਆਂ ਦੇ ਨਾਲ ਸਖਤ ਨਫ਼ਰਤ ਕਰਦੇ ਹੁੰਦੇ ਸੀਗੇ। ਫਿਰ ਹੈ ਆਰੀਆ ਲੋਕ ਕੋ ਕੈਹੋ ਜਿਹੜਾ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਆਰੀਆ ਜਿਹੜੇ ਸੀਗੇ ਉਹ ਪਵਿੱਤਰ ਜੀਵਨ ਤੇ ਸਾਦਾ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ ਰੱਖਦੇ ਸੀਗੇ ਪਤਾ ਕਿਉਂ ਕਿਉਂਕਿ ਉਹ ਕੁਦਰਤ ਦੀਆਂ ਸ਼ਕਤੀਆਂ ਨੂੰ ਦੇਵਤਾ ਮੰਨ ਕੇ ਉਹਨਾਂ ਦੀ ਪੂਜਾ ਕਰਦੇ ਸੀਗੇ ਠੀਕ ਆ ਤੇ ਕਈ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀਗੇ ਦੇਵੀਆਂ ਦੀ ਗਿਣਤੀ ਉਹਨਾਂ ਵਿੱਚ ਘੱਟ ਸੀ ਤੇ ਦੇਵਤਿਆਂ ਦੀ ਗਿਣਤੀ ਜਿਹੜੀ ਸੀ ਜ਼ਿਆਦਾ ਹੁੰਦੀ ਸੀ ਜਿਨ੍ਹਾਂ ਦੀ ਪੂਜਾ ਕਰਦੇ ਸੀਗੇ ਤੇ ਰਿਗਵੇਦ ਵਿੱਚ ਕਹਿੰਦੇ 33 ਦੇਵਤਿਆਂ ਦਾ ਵਰਣਨ ਕੀਤਾ ਗਿਆ ਵਾ ਜਿਨ੍ਹਾਂ ਦੀ ਉਹ ਪੂਜਾ ਕਰਦੇ ਸੀ ਉਹਨਾਂ ਦੇ ਵਿੱਚੋਂ ਜਿਹੜਾ ਵਰੁਣ ਸੀਗਾ ਉਹ ਉਹਨਾਂ ਦਾ ਸਭ ਤੋਂ ਵੱਡਾ ਦੇਵਤਾ ਮੰਨਿਆ ਜਾਂਦਾ ਸੀ ਠੀਕ ਆ ਤੇ ਸੰਸਾਰ ਦੇ ਸਾਰੇ ਭੇਦਾਂ ਨੂੰ ਜਾਣਨ ਵਾਲਾ ਦੇਵਤਾ ਕਹਿੰਦੇ ਸੀਗੇ ਉਹਨੂੰ ਤੇ ਉਸ ਤੋਂ ਬਿਨਾ ਆਕਾਸ਼ ਦੇਵਤਾ ਵਾ ਜਿਹੜਾ ਉਹਦੀ ਵੀ ਪੂਜਾ ਕਰਦੇ ਸੀਗੇ ਕਹਿੰਦੇ ਸੀ ਆਕਾਸ਼ ਦੇਵਤਾ ਵਾ ਜਿਹੜਾ ਉਹ ਪਾਪੀਆਂ ਨੂੰ ਸਜ਼ਾ ਦੇਣ ਦਾ ਕੰਮ ਕਰਦਾ ਵਾ ਆਰਿਆ ਲੋਕ ਪਾਸੋਂ ਜਿਹੜੇ ਕੀਆ ਕਹਿੰਦੇ ਆਪਣੇ ਉਹਨਾਂ ਮਤਲਬ ਜਿਹੜੇ ਦੇਵਤੇ ਸੀ ਉਹਨਾਂ ਕੋਲੋਂ ਆਪਦੇ ਜਿਹੜੇ ਵੀ ਮਤਲਬ ਉਹਨਾਂ ਤੋਂ ਗਲਤੀਆਂ ਹੋ ਜਾਂਦੀਆਂ ਸੀ ਕੋਈ ਕਸੂਰ ਹੋ ਜਾਂਦਾ ਸੀ ਉਹ ਤੋਂ ਮਾਫੀ ਮੰਗਦੇ ਸੀਗੇ ਆਕਾਸ਼ ਦੇਵਤੇ ਤੋਂ ਠੀਕ ਹੈ ਦੂਜਾ ਵੱਡਾ ਦੇਵਤਾ ਉਹਨਾਂ ਦਾ ਇੰਦਰ ਸੀਗਾ ਉਹਨੂੰ ਵਰਖਾ ਦਾ ਦੇਵਤਾ ਸਮਝਿਆ ਜਾਂਦਾ ਸੀਗਾ ਅੱਗੇ ਕੰਟੀਨਿਊ ਕਰਦੇ ਆਂ ਕੁਐਸਚਨ ਇਹਦੇ ਨਾਲ ਰਿਲੇਟਡ ਅੱਗੇ ਹੈ ਆਰਿਆ ਲੋਕ ਕਿਸ ਦੀ ਪੂਜਾ ਕਰਦੇ ਸਨ ਕੁਦਰਤ ਦੀਆਂ ਸ਼ਕਤੀਆਂ ਨੂੰ ਦੇਵਤਾ ਮੰਨ ਕੇ ਉਹਨਾਂ ਦੀ ਪੂਜਾ ਕਰਦੇ ਸਨ ਰਿਗਵੇਦ ਵਿੱਚ ਕਿੰਨੇ ਦੇਵਤਿਆਂ ਦਾ ਵਰਣਨ ਕੀਤਾ ਗਿਆ ਹੈ 33 ਦੇਵਤਿਆਂ ਦਾ ਰਿਗਵੇਦਿਕ ਕਾਲ ਦਾ ਸਭ ਤੋਂ ਵੱਡਾ ਦੇਵਤਾ ਕੌਣ ਸੀ ਵਰੁਣ ਜਿਹੜਾ ਸੀ ਰਿਗਵੇਦਿਕ ਕਾਲ ਦਾ ਸਭ ਤੋਂ ਵੱਡਾ ਦੇਵਤਾ ਸੀਗਾ ਵਰੁਣ ਦੇਵਤਾ ਬਾਰੇ ਆਰੀਆ ਦਾ ਕੀ ਵਿਚਾਰ ਸੀ ਵਰੁਣ ਦੇਵਤਾ ਬਾਰੇ ਆਰੀਆ ਮੰਨਦੇ ਸੀ ਕਿ ਸੰਸਾਰ ਦੇ ਸਾਰੇ ਭੈਦਾਂ ਨੂੰ ਜਾਣਦਾ ਸੀ ਉਹ ਠੀਕ ਆ ਤੇ ਆਕਾਸ਼ ਦਾ ਦੇਵਤਾ ਕਹਿੰਦੇ ਸੀਗੇ ਉਹਨੂੰ ਪਾਪੀਆਂ ਨੂੰ ਸਜ਼ਾ ਦਿੰਦਾ ਸੀਗਾ ਆਰੀਆ ਲੋਕ ਕੀ ਉਸ ਕੋਲੋਂ ਆਪਣੇ ਕਸੂਰਾਂ ਲਈ ਮਾਫੀ ਮੰਗਦੇ ਸਨ ਅੱਗੇ ਹੈ ਆਰੀਆ ਦਾ ਦੂਜਾ ਵੱਡਾ ਦੇਵਤਾ ਕੌਣ ਸੀ 인ਦਰ ਰਿਗਵੇਦਿਕ ਕਾਲ ਵਿੱਚ ਯੁੱਧ ਅਤੇ ਵਰਖਾ ਦਾ ਦੇਵਤਾ ਕੌਣ ਸੀਗਾ 인ਦਰ ਰਿਗਵੇਦ ਵਿੱਚ 인ਦਰ ਦੀ ਪ੍ਰਸੰਸਾ ਵਿੱਚ ਕਿੰਨੇ ਮੰਤਰ ਲਿਖੇ ਗਏ ਹਨ 250 ਮੰਤਰ ਕਿਹੜੇ ਦੇਵਤੇ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਸੀ ਅਗਨੀ ਦੇਵਤਾ ਜਿਹੜਾ ਸੀ ਉਹਨੂੰ ਸਾਰਿਆਂ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀਗਾ ਅਗਨੀ ਦੇਵਤੇ ਦਾ ਸਬੰਧ ਕਿਸ ਨਾਲ ਸੀਗਾ ਵਿਆਹ ਅਤੇ ਦਾ ਸੰਸਕਾਰਾਂ ਨਾਲ ਠੀਕ ਹੈ ਇੱਥੇ ਮਿਸਪ੍ਰਿੰਟ ਹੋਇਆ ਹੋਇਆ ਦਾ ਸੰਸਕਾਰ ਦੇ ਨਾਲ ਆਰੀਆ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸਨ ਦੇਖੋ ਇਹਨਾਂ ਤੋਂ ਬਿਨਾ ਆਰੀਆ ਜਿਹੜੇ ਸੀਗੇ ਸੂਰਜ ਹਨੇਰੀ ਤੂਫਾਨ ਦਾ ਦੇਵਤਾ ਰੁਦਰ ਜਿਹੜਾ ਹੁੰਦਾ ਸੀ ਉਹਦੀ ਪੂਜਾ ਕਰਦੇ ਸੀ ਮੌਤ ਦਾ ਦੇਵਤਾ ਯਮ ਹੁੰਦਾ ਸੀ ਉਹਦੀ ਪੂਜਾ ਕਰਦੇ ਸੀ ਪੌਣ ਦਾ ਦੇਵਤਾ ਵਾਜੂ ਤੇ ਸ਼ਿਲਪਕਾਰਾਂ ਦੇ ਦੇਵਤਾ ਤਵਸਤਰ ਦੀ ਪੂਜਾ ਕਰਦੇ ਸੀਗੇ ਆਰਿਆ ਲੋਕ ਕਿਹੜੀਆਂ ਦੇਵੀਆਂ ਦੀ ਪੂਜਾ ਕਰਦੇ ਸਨ ਦੇਖੋ ਦੇਵਤਿਆਂ ਦੇ ਨਾਲ ਹੁਣ ਕੁਝ ਦੇਵੀਆਂ ਦੀ ਵੀ ਪੂਜਾ ਕਰਦੇ ਸੀਗੇ ਕਿਹੜੀਆਂ ਦੇਵੀਆਂ ਦੀ ਪੂਜਾ ਕਰਦੇ ਸੀਗੇ ਸਵੇਰ ਦੀ ਦੇਵੀ ਊਸ਼ਾ ਦੀ ਪੂਜਾ ਕਰਦੇ ਸੀਗੇ ਰਾਤ ਦੀ ਦੇਵੀ ਰਾਤਰੀ ਦੀ ਪੂਜਾ ਕਰਦੇ ਸੀ ਧਰਤੀ ਦੀ ਦੇਵੀ ਪ੍ਰਿਥਵੀ ਦੀ ਪੂਜਾ ਕਰਦੇ ਸੀ ਤੇ ਵਨ ਦੀ ਦੇਵੀ ਆਰਣੇ ਦੀ ਪੂਜਾ ਕਰਦੇ ਸੀਗੇ ਮੌਤ ਦਾ ਦੇਵਤਾ ਕੌਣ ਹੁੰਦਾ ਸੀ ਯਮ ਜਿਹੜਾ ਹੁੰਦਾ ਸੀ ਮੌਤਾ ਦੇਵਤਾ ਹੁੰਦਾ ਸੀ ਹਨੇਰੀ ਤੂਫਾਨ ਦਾ ਦੇਵਤਾ ਕੌਣ ਸੀਗਾ ਰੁਦਰ ਜਿਹੜਾ ਸੀ ਹਨੇਰੀ ਤੂਫਾਨ ਦਾ ਦੇਵਤਾ ਸੀਗਾ आरनाई किस कुदरती शक्ति दी देवी सी वणा दी देवी सीगी जग ਲਈ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਸੀ ਅੱਗ ਬਾਲੀ ਜਾਂਦੀ ਸੀ ਦੇਖੋ ਉਸ ਟਾਈਮ ਦੇ ਵਿੱਚ ਜੱਗ ਵਾ ਜਿਹੜੇ ਉਹ ਵੀ ਕੀਤੇ ਜਾਂਦੇ ਸੀਗੇ ਤੇ ਇਹ ਜੈ ਬੈਦਿਕ ਕਾਲ ਵਿੱਚ ਤਾਂ ਜੱਗ ਜਿਹੜੇ ਸਿੰਪਲ ਤਰੀਕੇ ਨਾਲ ਕੀਤੇ ਜਾਂਦੇ ਸੀ ਪਰ ਉੱਤਰਵੈਦਿਕ ਕਾਲ ਵਿੱਚ ਕੀ ਹੋਇਆ ਸੀ ਕਿ ਇਹਨਾਂ ਜੱਗਾ ਤੇ ਬਹੁਤ ਖਰਚਾ ਕੀਤਾ ਜਾਣ ਲੱਗਿਆ ਸੀ ਸਪਤਵ ਦਿਨ ਜਾਗਨ ਲਈ ਅੱਗਬਾਰੀ ਜਾਂਦੀ ਸੀਗੀ ਠੀਕ ਆ ਫੇਰ ਕੀ ਹੁੰਦਾ ਸੀ ਉਹਦੇ ਵਿੱਚ ਦੁੱਧ ਘਿਓ ਚੌਲ ਸੋਮਰਸ ਪਾਇਆ ਜਾਂਦਾ ਸੀ ਇਹ ਤੋਂ ਵੀ ਨਾ ਜੱਗ ਦੇ ਦੌਰਾਨ ਕਈ ਜਾਨਵਰਾਂ ਦੀ ਬਲੀ ਵੀ ਦਿੱਤੀ ਜਾਂਦੀ ਸੀਗੀ ਠੀਕ ਆ ਜੱਗ ਵੀ ਕਈ ਕਿਸਮਾਂ ਦੇ ਹੁੰਦੇ ਸੀਗੇ ਛੋਟਾ ਜੱਗ ਜਿਹੜਾ ਹੁੰਦਾ ਸੀ ਉਹ ਪਰਿਵਾਰਕ ਪੱਧਰ ਤੇ ਹੁੰਦਾ ਸੀ ਫੇਰ ਵੱਡੇ ਵੱਡੇ ਜੱਗ ਜਿਹੜੇ ਉਹ ਵੀ ਕਰਵਾਏ ਜਾਂਦੇ ਸੀ ਜਿਹੜੇ ਵੱਡੇ ਜੱਗ ਹੁੰਦੇ ਸੀ ਉਹਨਾਂ ਦੀ ਤਿਆਰੀ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਸੀ ਅਮੀਰ ਲੋਕ ਜਿਹੜੇ ਸੀਗੇ ਇਹਨਾਂ ਜੱਗਾਂ ਤੇ ਕਾਫੀ ਪੈਸਾ ਜਿਹੜਾ ਵਾ ਦਾਨ ਕਰਦੇ ਹੁੰਦੇ ਸੀ ਠੀਕ ਆ ਇਹਨਾਂ ਜੱਗਾਂ ਵਿੱਚ ਕੀ ਸੀਗਾ ਕਿ ਵੱਡੀ ਗੰਤੀ ਵਿੱਚ ਜਿਹੜੇ ਪੁਰੀਤ ਹੁੰਦੇ ਸੀ ਉਹ ਸ਼ਾਮਿਲ ਹੁੰਦੇ ਸੀਗੇ ਜੱਗ ਵਿੱਚ ਕੀ ਸੀਗਾ ਬਲੀਆਂ ਦਾ ਮੁੱਖ ਮੰਤਵ ਸੀਗਾ ਦੇਵਤਿਆਂ ਨੂੰ ਖੁਸ਼ ਕਰਨਾ ਹੁੰਦਾ ਸੀਗਾ ਠੀਕ ਹੈ ਇਹਨਾਂ ਦੇ ਬਦਲੇ ਕੀ ਸੀਗਾ ਉਹ ਸਮਝਦੇ ਸੀ ਵੀ ਉਹਨਾਂ ਨੂੰ ਲੜਾਈ ਵਿੱਚ ਕਾਮਯਾਬੀ ਹਾਸਲ ਹੋਊਗੀ ਧਨ ਪ੍ਰਾਪਤ ਹੋਊਗਾ ਸੰਤਾਨ ਜਿਹੜੀ ਠੀਕ ਆ ਉਹਦੇ ਵਿੱਚ ਵਾਧਾ ਹੋਊਗਾ ਤੇ ਲੰਮਾ ਜੀਵਨ ਮਿਲੇਗਾ ਕੰਟੀਨਿਊ ਕਰਦੇ ਆ ਅੱਗੇ ਇਹ ਅੱਗ ਵਿੱਚ ਕੀ ਕੁਝ ਪਾਇਆ ਜਾਂਦਾ ਸੀ? ਕਿ ਆ ਦੁੱਧ, ਚੌਲ ਅਤੇ ਸੋਮਰਾਸ ਅਤੇ ਜਾਨਵਰਾਂ ਦੀ ਬਲੀ ਵੀ ਦਿੱਤੀ ਜਾਂਦੀ ਸੀਗੀ। ਸਭ ਤੋਂ ਛੋਟਾ ਜੱਗ ਕਿਸ ਪੱਧਰ ਤੇ ਹੁੰਦਾ ਸੀ? ਪਰਿਵਾਰਿਕ ਪੱਧਰ ਤੇ ਹੁੰਦਾ ਸੀਗਾ। ਰੱਗਾਂ ਤੇ ਬਲੀਆਂ ਦਾ ਮੁੱਖ ਮੰਤਵ ਕੀ ਹੁੰਦਾ ਸੀਗਾ? ਦੇਵਤਿਆਂ ਨੂੰ ਖੁਸ਼ ਕਰਨਾ। ਹੁਣ ਅੱਗੇ ਅਗੇ ਕੀ ਸਮਗ੍ਰਹਿਤਰੀ ਕੌਣ ਸੀਗਾ? ਸਮਗ੍ਰਹਿਤਰੀ ਹੁੰਦਾ ਜਿਹੜਾ ਸੀਗਾ ਉਹ ਸੀਗਾ ਖਜ਼ਾਨਚੀ ਹੁੰਦਾ ਸੀਗਾ ਠੀਕ ਆ ਉਹ ਹੁੰਦਾ ਸੀ ਉੱਤਰਵੈਦਿਕ ਕਾਲ ਦੇ ਵਿੱਚ। ਦੇਖੋ ਉੱਤਰਵੈਦੀ ਕਾਲ ਦੇ ਵਿੱਚ ਮੰਤਰੀ ਜਿਹੜੇ ਸੀਗੇ ਉਹਨਾਂ 'ਚ ਥੋੜਾ ਜਿਹਾ ਚੇਂਜਸ ਆ ਗਿਆ ਸੀਗਾ ਭਗਦੋ ਕਿਸ ਨੂੰ ਕਿਹਾ ਜਾਂਦਾ ਸੀ ਕਾਰ ਇਕੱਠਾ ਕਰਨ ਵਾਲੇ ਨੂੰ ਭਗਦੋ ਕਿਹਾ ਜਾਂਦਾ ਸੀਗਾ ਤੇ ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਸੀਗਾ ਰਾਜਾ ਕਰਦਾ ਸੀ ਦੇਖੋ ਉੱਤਰਵੈਦੀ ਕਾਲ ਦੇ ਵਿੱਚ ਕੀ ਹੋਇਆ ਕਿ ਆਰੀਆ ਨੇ ਜਿਹੜੇ ਸੀਗੇ ਰਾਜਾ ਜਿਹੜੇ ਸੀਗੇ ਉਹ ਸ਼ਕਤੀਸ਼ਾਲੀ ਹੋ ਗਏ ਸੀ ਤੇ ਉਹਨਾਂ ਨੇ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਕਰ ਲਈ ਸੀਗੀ ਠੀਕ ਆ ਰਾਜਾਂ ਦੀ ਸਥਿਤੀ ਜਾਂਤਰ ਆ ਗਿਆ ਉਹਨਾਂ ਦੀਆਂ ਸ਼ਕਤੀਆਂ ਵੱਧ ਗਈਆਂ ਤੇ ਰਾਜਿਆਂ ਨੂੰ ਕੀ ਆ ਇਹਦੇ ਵਿੱਚ ਏਕਰਾਟ ਸਰਬਪੌਮ ਵਿਸ਼ਵਜਨਨਾ ਰਾਜਾ ਤਿਰਾ ਅੱਤੇ ਚੱਕਰਵਰਤੀ ਦੀਆਂ ਜਿਹੜੀਆਂ ਸੀ ਉਪਾਦੀਆਂ ਧਾਰਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਤੇ ਨਾਲ ਹੀ ਕੀ ਆ ਵੀ ਰਾਜਾ ਦੇ दैवीय ਅਧਿਕਾਰਾ ਜਿਹੜੇ ਇਹ ਸਿਧਾਂਤ ਵਿੱਚ ਵੀ ਵਿਸ਼ਵਾਸ ਰੱਖਣ ਲੱਗ ਪਏ ਸੀਗੇ ਤੇ ਰਾਜੇ ਦੀ ਪਦਵੀ ਜਿਹੜੀ ਸੀਗੀ ਹੁਣ ਜੱਦੀ ਨਾ ਹੋ ਕੇ ਕੀ ਹੋ ਗਈ ਸੀ ਜੱਦੀ ਤੇ ਪੁਸ਼ਤੀ ਹੋ ਗਈ ਸੀ ਮੌਤ ਤੋਂ ਬਾਅਦ ਉਹ ਜਿਹੜਾ ਵੱਡਾ ਪੁੱਤਰ ਹੁੰਦਾ ਸੀ ਉਹ ਰਾਜਗਦੀ ਤੇ ਬਹਿ ਜਾਂਦਾ ਸੀਗਾ ਠੀਕ ਆ ਇਸ ਤਰ੍ਹਾਂ ਇਹਨਾਂ ਦੀਆਂ ਸ਼ਕਤੀਆਂ ਵਧਦੀਆਂ ਗਈਆਂ ਸੀਗੀਆਂ ਕਈ ਤਰ੍ਹਾਂ ਦੇ ਜੱਗ ਵੀ ਕਰਨ ਲੱਗ ਗਏ ਸੀਗੇ ਅੱਗੇ ਕੰਟੀਨਿਊ ਕਰਦੇ ਹਾਂ ਉੱਤਰਵਾਇਦਿਕ ਕਾਲ ਵਿੱਚ ਮੰਤਰੀਆਂ ਨੂੰ ਕੀ ਕਿਹਾ ਜਾਂਦਾ ਸੀ ਤੇ ਜਿਹੜੇ ਉੱਤਰਵਾਇਦਿਕ ਕਾਲ ਦੇ ਮੰਤਰੀ ਹੁੰਦੇ ਸੀ ਉਹਨਾਂ ਨੂੰ ਰਤਨਿੰਨ ਕਿਹਾ ਜਾਂਦਾ ਸੀਗਾ ਆਰੀਆ ਲੋਕ ਯੱਗ ਵਿੱਚ ਕਿਸ ਦੀ ਅਹੁੱਤੀ ਦਿੰਦੇ ਸਨ ਕਿਉਂ ਦੁੱਧ ਚੌਲ ਤੇ ਸੋਮਰਸ ਦੀ ਅਹੁੱਤੀ ਹੈ ਜਿਹੜੀ ਯੱਗ ਦੇ ਵਿੱਚ ਦਿੱਤੀ ਜਾਂਦੀ ਸੀਗੀ ਆਰੀਆ ਦਾ ਪਵਿੱਤਰ ਪਸ਼ੂ ਕਿਹੜਾ ਸੀਗਾ ਗਊ ਜਿਹੜਾ ਸੀਗਾ ਆਰੀਆ ਦਾ ਪਵਿੱਤਰ ਪਸ਼ੂ ਮੰਨਿਆ ਜਾਂਦਾ ਸੀਗਾ ਇਹ ਰਿਗਵੈਦਿਕਾਰੀਆਂ ਦਾ ਮੁੱਖ ਕੀਤਾ ਕੀ ਸੀਗਾ ਖੇਤੀਬਾੜੀ ਰਿਗਵੈਦਿਕਾਰੀਆਂ ਦਾ ਮੁੱਖ ਕੀਤਾ ਹੁੰਦਾ ਸੀਗਾ ਭੂਮੀ ਨੂੰ ਕਿਵੇਂ ਜੋਤਿਆ ਜਾਂਦਾ ਸੀ ਹਲਾ ਦੁਆਰਾ ਜਿਹੜਾ ਸੀਗਾ ਭੂਮੀ ਨੂੰ ਜੋਤਿਆ ਜਾਂਦਾ ਸੀਗਾ ਠੀਕ ਹੈ ਕਿਉਂਕਿ ਉਹਨਾਂ ਦਾ ਮੁੱਖ ਕੀਤਾ ਕੀ ਹੁੰਦਾ ਸੀਗਾ ਖੇਤੀਬਾੜੀ ਹੁੰਦਾ ਸੀਗਾ ਤੇ ਹਲਾ ਦੁਆਰਾ ਭੂਮੀ ਨੂੰ ਜੋਤਿਆ ਜਾਂਦਾ ਸੀਗਾ ਸਿੰਜਾਈ ਲਈ ਉਹ ਬਰਖਾ ਦੇ ਡਿਪੈਂਡ ਹੁੰਦੇ ਸੀ ਇਹ ਤੋਂ ਇਲਾਵਾ ਕੀ ਸੀ ਖੂਹ ਤੇ ਛੋਟੀਆਂ ਨਹਿਰਾਂ ਵੀ ਸਿੰਜਾਈ ਲਈ ਵਰਤੀਆਂ ਜਾਂਦੀਆਂ ਸੀਗੀਆਂ ਆਰੀਆ ਲੋਕ ਕਿਹੜੇ ਜਾਨਵਰ ਪਾਲਦੇ ਸਨ ਪੇਡਾਂ ਬੱਕਰੀਆਂ ਬਲਦ ਗਊਆਂ ਤੇ ਕੁੱਤੇ ਜਿਹੜੇ ਸੀਗੇ ਉਹ ਆਰੀਆ ਵੱਲੋਂ ਪਾਲੇ ਜਾਂਦੇ ਸੀਗੇ ਆਰੀਆ ਲੋਕ ਪਸ਼ੂਆਂ ਤੋਂ ਕਿਹੜੀਆਂ ਵਸਤਾਂ ਪ੍ਰਾਪਤ ਕਰਦੇ ਸਨ ਦੁੱਧ ਮਾਸ ਅਤੇ ਖੱਲਾਂ ਜਿਹੜੀਆਂ ਸੀਗੀਆਂ ਉਹ ਜਾਨਵਰਾਂ ਤੋਂ ਪ੍ਰਾਪਤ ਕਰਦੇ ਸੀਗੇ ਆਰੀਆ ਪਸ਼ੂਆਂ ਨੂੰ ਕਿਸ ਦਾ ਮਾਪ ਸਮਝਦੇ ਸਨ ਆਰੀਆ ਜਿਹੜੇ ਸੀਗੇ ਉਹ ਪਸ਼ੂ ਜਿੰਨੇ ਜ਼ਿਆਦਾ ਹੁੰਦੇ ਸੀ ਉਹਨਾਂ ਨੂੰ ਕੀ ਸੀ ਦੌਲਤ ਦਾ ਮਾਪ ਸਮਝਦੇ ਸੀਗੇ ਰਿਗਵੇਦਿਕ ਕਾਲ ਵਿੱਚ ਬਧੇਰੇ ਵਪਾਰ ਆ ਜਿਹੜਾ ਉਹ ਇਸ ਤਰ੍ਹਾਂ ਕੀਤਾ ਜਾਂਦਾ ਸੀ ਵਸਤੂ ਵਟਾਂਦਰਾ ਪ੍ਰਣਾਲੀ ਦੇ ਰਾਹੀਂ ਕੀਤਾ ਜਾਂਦਾ ਸੀਗਾ ਫਿਰ ਹੈ ਉੱਤਰਵੈਦਿਕ ਕਾਲ ਕਿਸ ਨੂੰ ਆਖਦੇ ਸਨ ਉਹ ਸਭਿਤਾ ਜਿਹੜੀ ਕਿ ਰਿਗਵੇਦ ਦੀ ਰਚਨਾ ਤੋਂ ਕਈ ਬਰੇ ਬਾਅਦ ਹੋਣ ਦੇ ਵਿੱਚ ਆਈ ਉਹਨੂੰ ਉੱਤਰਵੈਦਿਕ ਕਾਲ ਕਿਹਾ ਜਾਂਦਾ ਵਾ ਇਹਦਾ ਸਮਾਂ ਵਾ ਜਿਹੜਾ 1000 ਤੋਂ ਲੈ ਕੇ 600 ਬੀਸੀ ਆ ਜਿਹੜਾ ਉਹ ਮੰਨਿਆ ਗਿਆ ਵਾ ਉੱਤਰਵੈਦਿਕ ਕਾਲ ਦਾ ਸਮਾਂ ਉੱਤਰਵੈਦਿਕ ਕਾਲ ਦੀ ਜਾਣਕਾਰੀ ਸਾਨੂੰ ਕਿਸ ਤੋਂ ਮਿਲਦੀ ਆ ਰਿਗਵੇਦ ਤੋਂ ਬਾਅਦ ਦੇ ਜਿਹੜੇ ਗ੍ਰੰਥ ਲਿਖੇ ਗਏ ਨੇ ਇਹਨੇ ਸ਼ਾਮਵੇਦ ਹੋ ਗਿਆ ਅਥਰਵ ਵੇਦ ਹੋ ਗਿਆ ਜਜੁਰਵੇਦ ਹੋ ਗਿਆ ਬ੍ਰਾਹਮਣ ਹੋ ਗਏ ਠੀਕ ਆ ਉਪਨਿਸ਼ਦ ਹੋ ਗਏ ਇਹਨਾਂ ਸਾਰੇ ਗ੍ਰੰਥਾਂ ਤੋਂ ਉੱਤਰ ਵੈਦਿਕ ਕਾਲ ਦੀ ਇਨਫੋਰਮੇਸ਼ਨ ਮਿਲਦੀ ਆ ਉੱਤਰ ਵੈਦਿਕ ਕਾਲ ਵਿੱਚ ਰਾਜਿਆਂ ਨੇ ਕਿਹੜੀਆਂ ਉਪਾਦੀਆਂ ਧਾਰਨ ਕੀਤੀਆਂ ਉਪਰ ਵੈਦ ਉੱਤਰ ਵੈਦਿਕ ਕਾਲ ਵਿੱਚ ਕੀ ਸੀ ਕਿ ਰਾਜਿਆਂ ਨੇ ਏਕਰਾਟ ਸਰਬਪੌਮ ਵਿਸ਼ਵ ਜਾਨਨਾ ਰਾਜਾ ਤਿਰਾਜ ਤੇ ਚੱਕਰਵਰਤੀ ਦੀਆਂ ਉਪਾਦੀਆਂ ਜਿਹੜੀਆਂ ਸੀ ਧਾਰਨ ਕੀਤੀਆਂ ਹੋਈਆਂ ਸੀਗੀਆਂ ਉੱਤਰ ਵੈਦਿਕ ਕਾਲ ਦੇ ਰਾਜਾ ਦੀ ਕਿਸੇ ਇੱਕ ਉਪਾਦੀ ਦਾ ਨਾਮ ਦੱਸੋ ਸਰਵਪਾਉਮ ਉੱਤਰਵੈਦਿਕ ਕਾਲ ਦੇ ਜੱਗ ਕਿਹੜੇ ਸਨ ਉੱਤਰਵੈਦਿਕ ਕਾਲ ਵਿੱਚ ਰਾਜਸ਼ੂ ਜੱਗ ਕੀਤਾ ਜਾਂਦਾ ਸੀ ਬਾਜਪੇ ਤੇ ਅਸ਼ਵਮੇਦ ਜੱਗ ਕੀਤਾ ਜਾਂਦਾ ਸੀਗਾ ਉੱਤਰਵੈਦਿਕ ਕਾਲ ਦਾ ਸਭ ਤੋਂ ਮਹੱਤਵਪੂਰਨ ਜੱਗ ਕਿਹੜਾ ਸੀਗਾ ਅਸ਼ਵਮੇਦ ਹੁੰਦਾ ਸੀ ਜਿਹੜਾ ਸੀਗਾ ਜੱਗ ਇਹ ਉੱਤਰਵੈਦਿਕ ਕਾਲ ਦਾ ਸਭ ਤੋਂ ਮਹੱਤਵਪੂਰਨ ਜੱਗ ਮੰਨਿਆ ਜਾਂਦਾ ਸੀ ਅੱਗੇ ਹੈ ਉੱਤਰਵੈਦਿਕ ਕਾਲ ਵਿੱਚ ਕਾਰ ਇਕੱਠਾ ਕਰਨ ਵਾਲੇ ਅਧਿਕਾਰੀ ਨੂੰ ਕੀ ਕਹਿੰਦੇ ਸਨ ਪੰਗਦੋ ਕਿਹਾ ਜਾਂਦਾ ਸੀਗਾ ਕਾਰੇ ਇਕੱਠਾ ਕਰਨ ਵਾਲੇ ਅਧਿਕਾਰੀ ਨੂੰ ਉੱਤਰਵੈਦਿਕ ਕਾਲ ਵਿੱਚ ਮੰਤਰੀਆਂ ਨੂੰ ਕੀ ਕਹਿੰਦੇ ਸਨ ਰਤਨਿੰਨ ਕਿਹਾ ਜਾਂਦਾ ਸੀਗਾ ਉੱਤਰਵੈਦਿਕ ਕਾਲ ਵਿੱਚ ਖਜ਼ਾਨਚੀ ਨੂੰ ਕੀ ਕਿਹਾ ਜਾਂਦਾ ਸੀਗਾ ਸਮਗ੍ਰਹਿਤਰੀ ਕਿਹਾ ਜਾਂਦਾ ਸੀਗਾ ਉੱਤਰਵੈਦਿਕ ਕਾਲ ਵਿੱਚ ਰੱਥਵਾਨ ਨੂੰ ਕੀ ਆਖਦੇ ਸਨ ਸੂਤ ਕਿਹਾ ਜਾਂਦਾ ਸੀ ਰੱਥਵਾਨ ਨੂੰ ਵਰਣ ਆਸ਼ਰਾਮ ਪ੍ਰਥਾ ਦਾ ਪ੍ਰਚਲਨ ਕਿਹੜੇ ਕਾਲ ਵਿੱਚ ਹੋਇਆ ਸੀਗਾ ਉੱਤਰਵੈਦਿਕ ਕਾਲ ਦੇ ਵਿੱਚ ਉੱਤਰਵੈਦਿਕ ਕਾਲ ਦੇ ਸਮਾਜ ਵਿੱਚ ਸਭ ਤੋਂ ਵੱਧ ਸਨਮਾਨ ਕਿਸ ਦਾ ਕੀਤਾ ਜਾਂਦਾ ਸੀ ਬ੍ਰਾਹਮਣਾਂ ਦਾ ਕੀਤਾ ਜਾਂਦਾ ਸੀਗਾ ਉਤਰਵਾਇਦਿਕ ਕਾਲ ਵਿੱਚ ਬ੍ਰਾਹਮਣ क्षत्रिय ਤੇ ਵੈਸ਼ਨੂ ਕਿਹੜੀ ਉਪਾਧੀ ਦਿੱਤੀ ਜਾਂਦੀ ਸੀ ਦਵਿੱਜ ਦੀ ਉਪਾਧੀ ਦਿੱਤੀ ਜਾਂਦੀ ਸੀ ਉਤਰਵਾਇਦਿਕ ਕਾਲ ਦਾ ਸਭ ਤੋਂ ਵੱਡਾ ਦੇਵਤਾ ਕੌਣ ਸੀਗਾ ਬ੍ਰਹਮਾ ਜਿਹੜਾ ਸੀ ਉਹਨੂੰ ਉਤਰਵਾਇਦਿਕ ਕਾਲ ਦਾ ਸਭ ਤੋਂ ਵੱਡਾ ਦੇਵਤਾ ਮੰਨਿਆ ਜਾਂਦਾ ਸੀਗਾ ਤ੍ਰਿਦੇਵ ਸਿਧਾਂਤ ਦਾ ਪਰਚਲਨ ਕਦੋਂ ਹੋਇਆ ਸੀਗਾ ਉਤਰਵਾਇਦਿਕ ਕਾਲ ਦੇ ਵਿੱਚ ਉਤਰਵਾਇਦਿਕ ਕਾਲ ਵਿੱਚ ਕਿਹੜਾ ਸਿੱਕਾ ਪਰਚਲਿਤ ਸੀ ਉਤਰਵਾਇਦਿਕ ਕਾਲ ਦੇ ਵਿੱਚ ਨਿਸਕਨਾ ਦਾ ਸਿੱਕਾ ਜਿਹੜਾ ਸੀ ਉਹ ਪਰਚਲਿਤ ਸੀਗਾ ਰਿਗਵੇਦ ਨੂੰ ਕਿੰਨੇ ਮੰਡਲਾਂ ਵਿੱਚ ਵੰਡਿਆ ਗਿਆ ਸੀ 10 ਮੰਡਲਾਂ ਦੇ ਵਿੱਚ ਰਿਗਵੇਦ ਨੂੰ ਵੰਡਿਆ ਗਿਆ ਸੀਗਾ ਅੱਗੇ ਹੈ ਵਿਸ਼ ਕਿਸ ਨੂੰ ਕਹਿੰਦੇ ਸਨ ਪਿੰਡਾਂ ਦੇ ਸਮੂਹ ਨੂੰ ਵਿਸ਼ ਕਿਹਾ ਜਾਂਦਾ ਸੀਗਾ ਵਿਸ਼ ਦਾ ਮੁਖੀ ਕੌਣ ਹੁੰਦਾ ਸੀਗਾ ਵਿਸ਼ਪਤੀ ਹੁੰਦਾ ਸੀਗਾ ਰਿਗਵੇਦ ਵਿੱਚ ਕਿੰਨੇ ਮੰਤਰ ਅਤੇ ਸੂਕਤ ਹਨ 10552 ਮੰਤਰ ਤੇ 1028 ਜਿਹੜੇ ਉਹ ਸੂਕਤ ਨੇ ਰਿਗਵੇਦ ਦੇ ਵਿੱਚ ਰਿਗਵੇਦ ਨੂੰ ਕਿੰਨੇ ਮੰਡਲਾਂ ਦੇ ਵਿੱਚ ਵੰਡਿਆ ਗਿਆ ਵਾ 10 ਮੰਡਲਾਂ ਦੇ ਵਿੱਚ ਰਿਗਵੇਦ ਨੂੰ ਵੰਡਿਆ ਹੋਇਆ ਵਾ ਉਪਨਿਸ਼ਦਾਂ ਦੀ ਗਿਣਤੀ ਕਿੰਨੀ ਆ ਉਪਨਿਸ਼ਦਾਂ ਜਿਹੜੇ ਉਹਨਾਂ ਦੀ ਗਿਣਤੀ 108 ਨਿਸ਼ਚਿਤ ਕੀਤੀ ਗਈ ਆ ਅਗਨੀ ਦੇਵਤਾ ਦਾ ਸਬੰਧ ਕਿਸ ਨਾਲ ਹੈ ਵਿਆਹ ਅਤੇ ਅੰਤਿਮ ਸੰਸਕਾਰ ਨਾਲ ਕਿਹੜੇ ਕਾਲ ਵਿੱਚ ਇਸਤਰੀਆਂ ਦੀ ਸਥਿਤੀ ਬਿਗੜਨੀ ਆਰੰਭ ਹੋਈ ਸੀਗੀ ਉੱਤਰਵੈਦਿਕ ਕਾਲ ਵਿੱਚ ਇਸਤਰੀਆਂ ਜਿਹੜੀਆਂ ਸੀ ਉਹਨਾਂ ਦੀ ਕੰਡੀਸ਼ਨ ਵਿੱਚ ਕਾਫੀ ਗ੍ਰਾਵਟ ਆ ਗਈ ਸੀਗੀ ਦੇਖੋ ਕਿਵੇਂ ਆਈ ਸੀ ਕਿ ਲੜਕੀ ਦਾ ਜਨਮ ਲੈਣਾ ਵਾ ਜਿਹੜਾ ਦੁੱਖ ਦਾ ਕਾਰਨ ਸਮਝਿਆ ਜਾਂਦਾ ਸੀ ਠੀਕ ਆ ਉਹਨਾਂ ਨੂੰ ਹਣ ਕੀ ਆ ਕਿ ਆਪਣੇ ਪਿਤਾ ਦੀ ਜਾਇਦਾਦ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਸੀਗਾ ਇਸ ਤਰ੍ਹਾਂ ਕੀ ਸੀਗਾ ਕਿ ਇਸ ਕਾਲ ਵਿੱਚ ਬਾਲ ਵਿਆਹ ਪ੍ਰਥਾ ਵੀ ਪ੍ਰਚਲਿਤ ਹੋ ਗਈ ਸੀਗੀ ਇਸਤਰੀਆਂ ਰਾਜਨੀਤਿਕ ਮਾਮਲੇ ਵਿੱਚ ਵੀ ਹਿੱਸਾ ਨਹੀਂ ਲੈਂਦੀਆਂ ਸੀਗੀਆਂ ਜੱਗਾਂ ਵਿੱਚ ਵੀ ਉਹਨਾਂ ਦਾ ਹਿੱਸਾ ਲੈਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀਗਾ ਠੀਕ ਆ ਰਾਜੇ ਤੇ ਉੱਚ ਵਰਗ ਦੇ ਲੋਕ ਜਿਹੜੇ ਸੀ ਉਹ ਕਈ ਵਿਆਹ ਕਰਵਾਉਂਦੇ ਸੀਗੇ ਹੁਣ ਜਿਹੜੀਆਂ ਇਸਤਰੀਆਂ ਸੀ ਉਹਨਾਂ ਨੂੰ ਜੂਏ ਤੇ ਵੀ ਲਗਾ ਦਿੱਤਾ ਜਾਂਦਾ ਸੀਗਾ ਠੀਕ ਆ ਇੰਨੀਆਂ ਬੁਰਾਈਆਂ ਦੇ ਬਾਵਜੂਦ ਵੀ ਕਹਿੰਦੇ ਇਸ ਕਾਲ ਵਿੱਚ ਇਸਤਰੀਆਂ ਜਿਹੜੀਆਂ ਸੀ ਉਹ ਪੜੀਆਂ ਲਿਖੀਆਂ ਹੁੰਦੀਆਂ ਸੀਗੀਆਂ ਠੀਕ ਆ ਤੇ ਨਵਜੰਮੀਆਂ ਜਿਹੜੀਆਂ ਮਤਲਬ ਨਵੀਆਂ ਜੰਮੀਆਂ ਲੜਕੀਆਂ ਹੁੰਦੀਆਂ ਸੀ ਉਹਨਾਂ ਦੀ ਵੀ ਹੱਤਿਆ ਕਰ ਦਿੱਤੀ ਜਾਂਦੀ ਸੀ ਸਤੀ ਪ੍ਰਥਾ ਵਰਦਾ ਪ੍ਰਥਾ ਇਦਾਂ ਦੀਆਂ ਕ੍ਰਿਤੀਆਂ ਕਹਿੰਦੇ ਹਲੇ ਤੱਕ ਪ੍ਰਚਲਿਤ ਨਹੀਂ ਹੋਈਆਂ ਸੀ ਉੱਤਰਵੈਦਿਕ ਕਾਲ ਦੇ ਵਿੱਚ ਕਿ ਨਾਲੇ ਜਿਹੜੀ ਵਿਧਵਾ ਹੁੰਦੀ ਸੀ ਉਹਨੂੰ ਵੀ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਸੀਗੀ ਉੱਤਰਵੈਦਿਕ ਕਾਲ ਦੇ ਵਿੱਚ ਵਰਨ ਆਸ਼ਰਮ ਪ੍ਰਥਾ ਵਿੱਚ ਮਨੁੱਖ ਦੀ ਉਮਰ ਨੂੰ ਕਿੰਨੇ ਸਾਲ ਮੰਨਿਆ ਗਿਆ ਹੈ ਦੇਖੋ ਗਿਆ ਹੈ ਵਰਨ ਆਸ਼ਰਮ ਇਹਦੇ ਵਿੱਚ ਮਨੁੱਖ ਦੀ ਉਮਰ ਹੈ ਜਿਹੜੀ ਇਹਨੂੰ 100 ਸਾਲਾਂ ਵਿੱਚ ਮੰਨਿਆ ਗਿਆ ਕਿ ਮਨੁੱਖ ਦੀ ਉਮਰ 100 ਸਾਲ ਹੋਊਗੀ ਠੀਕ ਆ 25-25 ਸਾਲਾਂ ਦੇ ਚਾਰ ਭਾਗਾਂ ਵਿੱਚ ਉਹਨੂੰ ਵੰਡਤਾ ਪਹਿਲਾ ਕਾਲ ਹੋ ਗਿਆ ਬ੍ਰਹਮਚਾਰਿਆ ਹੁਣ ਬ੍ਰਹਮਚਾਰਿਆ ਦੇ ਵਿੱਚ ਕੀ ਆ ਕਿ ਇਸ ਵਿੱਚ 25 ਸਾਲ ਦੀ ਉਮਰ ਤੱਕ ਕੀ ਆ ਕਿ ਜਿਹੜਾ ਮਨੁੱਖ ਹੋਊਗਾ ਉਹ ਗੁਰੂਕੁਲਾਂ ਦੇ ਵਿੱਚ ਜਾ ਕੇ ਸਿੱਖਿਆ ਪ੍ਰਾਪਤ ਕਰਦੇ ਸੀਗੇ ਠੀਕ ਆ ਦੇ ਵਿਦਿਆਰਥੀ ਜਿਹੜੇ ਸੀ ਉਹਨਾਂ ਨੂੰ ਬ੍ਰਹਮਚਾਰੀ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਕਾਫੀ ਜਿਹੜੇ ਸੀਗੇ ਕਰਨੇ ਇਹਨੂੰ ਸ਼ਾਸਨ ਦਾ ਪਾਲਣ ਕਰਨਾ ਪੈਂਦਾ ਸੀਗਾ ਤੇ ਉਹ ਆਪਣੇ ਗੁਰੂਆਂ ਦਾ ਸਤਿਕਾਰ ਕਰਦੇ ਸੀ ਸਿੱਖਿਆ ਦਾ ਮਕਾਸ਼ੇਸ਼ ਸੇਮ ਉਹੀ ਹੁੰਦਾ ਸੀ ਚਰਿੱਤਰ ਨਿਰਮਾਣ ਕਰਨਾ ਤੇ ਜੀਵਨ ਦੇ ਜੋਗ ਬਣਾਉਣਾ ਹਨਾ ਤੇ ਵਿਦਿਆਰਥੀ ਜਿਹੜੇ ਸੀ ਇਹਨਾਂ ਨੂੰ ਧਰਮ ਸ਼ਾਸਤਰਾਂ ਤੋਂ ਇਲਾਵਾ ਹੁਣ ਮੈਥ ਹੋ ਗਿਆ ਜਿਵੇਂ ਜੋਤਿਸ਼ ਸ਼ਾਸਤਰ ਹੋ ਗਿਆ ਕਿੱਸਾ ਹੋ ਗਈ ਕਾਨੂੰਨ ਵਿਆਹ ਕਰਨ ਨੀਤੀ ਤੇ ਯੁੱਧ ਸੰਬੰਧੀ ਵਿਸ਼ਿਆਂ ਦੀ ਵੀ ਜਾਣਕਾਰੀ ਲੈਣ ਲੱਗੀ ਸੀਗੀ ਠੀਕ ਹੈ ਪਹਿਲੇ 25 ਸਾਲ ਇਹਨੂੰ ਬ੍ਰਹਮਚਾਰੀਆ ਕਹਿੰਦੇ ਸੀਗੇ ਦੂਜਾ ਕੀ ਹੋ ਗਿਆ ਗ੍ਰੈਸ਼ ਅਸਥਰਾਮ ਹੋ ਗਿਆ ਇਹਦੇ ਵਿੱਚ ਵਿਆਹ ਕਰਾ ਕੇ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਦਾ ਸੀ ਫੇਰ ਬਾਣ ਪ੍ਰਸਤ ਦਾ ਹੋ ਗਿਆ ਮਤਲਬ ਟਾਈਮ ਹੋ ਗਿਆ ਇਹਦੇ ਵਿੱਚ ਕੀ ਸੀਗਾ ਹੁਣ ਉਹ ਘਰ ਵਿਹਾਰ ਜਿਹੜਾ ਸੀ ਛੱਡ ਕੇ ਪ੍ਰਮਾਤਮਾ ਦੀ ਭਗਤੀ ਵੱਲ ਲੱਗ ਜਾਂਦਾ ਸੀ ਤੇ 25 ਸਾਲ ਦੀ ਉਮਰ ਵਿੱਚ ਕੀ ਸੀਗਾ ਸੌਰੀ ਲਾਸਟ ਵਾਲਾ 25 ਸਾਲ ਜਿਹੜਾ ਹੁੰਦਾ ਸੀ ਉਹਦੇ ਵਿੱਚ ਕੀ ਸੀ ਉਹ ਸਾਰਾ ਕੁਝ ਛੱਡ ਕੇ ਸੰਨਿਆਸੀ ਬਣ ਜਾਂਦਾ ਸੀਗਾ ਅੱਗੇ ਦੇਖਦੇ ਹਾਂ ਵਰਨਾ ਆਸ਼ਰਮ ਪ੍ਰਥਾ ਵਿੱਚ ਕਿੰਨੇ ਵਰਨ ਆਸ਼ਰਮ ਹੁੰਦੇ ਹਨ ਸਨ 4 ਆਸ਼ਰਮ ਹੁੰਦੇ ਸੀ ਕਿਹੜੇ ਕਿਹੜੇ ਬ੍ਰਹਮਚਾਰਿਆ ਗ੍ਰਿਹਸਤ ਵਾਨਪ੍ਰਸਤ ਤੇ ਸੰਨਿਆਸ ਪਹਿਲਾ ਆਸ਼ਰਮ ਕਿਹੜਾ ਮੰਨਿਆ ਜਾਂਦਾ ਸੀ ਬ੍ਰਹਮਚਾਰਿਆ ਆਸ਼ਰਮ ਦੂਜਾ ਆਸ਼ਰਮ ਕਿਹੜਾ ਮੰਨਿਆ ਜਾਂਦਾ ਸੀ ਗ੍ਰਿਹਸਤ ਆਸ਼ਰਮ ਉਦਿਆਰਥੀ ਕਿੰਨੇ ਸਾਲ ਦੀ ਉਮਰ ਤੱਕ ਵਿੱਦਿਆ ਪ੍ਰਾਪਤ ਕਰਦਾ ਸੀ 25 ਸਾਲ ਦੀ ਉਮਰ ਤੱਕ ਹਰੇਕ ਆਸ਼ਰਮ ਨੂੰ ਕਿੰਨੇ ਕਿੰਨੇ ਸਾਲਾਂ ਵਿੱਚ ਵੰਡਿਆ ਹੋਇਆ ਸੀ 25-25 ਸਾਲਾਂ ਵਿੱਚ ਵੰਡਿਆ ਹੋਇਆ ਸੀਗਾ ਤੀਜਾ ਆਸ਼ਰਮ ਕਿਹੜਾ ਸੀਗਾ ਬਾਣ ਪ੍ਰਸਤਾ ਆਸ਼ਰਮ ਬਾਣ ਪ੍ਰਸਤਾ ਆਸ਼ਰਮ ਵਿੱਚ ਕੀ ਕੀਤਾ ਜਾਂਦਾ ਸੀ ਇਸ ਵਿੱਚ ਮਨੁੱਖਾ ਜੰਗਲਾਂ ਵਿੱਚ ਜਾ ਕੇ ਅਧਿਆਤਮਕ ਤੇ ਦਾਰਸ਼ਨਿਕ ਸਿੱਖਿਆ ਪ੍ਰਾਪਤ ਕਰਦੇ ਸੀਗੇ ਚੌਥਾ ਤੇ ਆਖਰੀ ਆਸ਼ਰਮ ਕਿਹੜਾ ਹੁੰਦਾ ਸੀਗਾ ਸੰन्यास ਆਸ਼ਰਮ ਹੁੰਦਾ ਸੀਗਾ ਸੰन्यास ਆਸ਼ਰਮ ਵਿੱਚ ਕੀ ਕੀਤਾ ਜਾਂਦਾ ਸੀਗਾ ਮਨੁੱਖ ਕਹਿੰਦੇ ਹਮੇਸ਼ਾ ਲਈ ਆਪਣਾ ਘਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪ ਕਰਦੇ ਹੁੰਦੇ ਸੀਗੇ ਅੱਗੇ ਹੈ ਦਵਿੱਜ ਤੋਂ ਕੀ ਭਾਵ ਹੈ ਦੂਜਾ ਜਨਮ ਦਵਿੱਜ ਕਿਸ ਨੂੰ ਮੰਨਿਆ ਜਾਂਦਾ ਸੀ ब्राह्मण ਤੇ ક્ષત્રਿ ਤੇ ਵੈਸ਼ਿਆ ਨੂੰ ਦ੍ਰਿਜਜ ਮੰਨਿਆ ਜਾਂਦਾ ਸੀਗਾ ਬ੍ਰਾਹਮਣਾਂ ਦਾ ਕੰਮ ਕੀ ਹੁੰਦਾ ਸੀਗਾ ਪਾਠ ਪੂਜਾ ਕਰਨਾ ਕਸ਼ਤਰੀ ਦਾ ਕੰਮ ਕੀ ਹੁੰਦਾ ਸੀ ਲੜਾਈਆਂ ਵਿੱਚ ਹਿੱਸਾ ਲੈਣਾ ਤੇ ਵੈਸ਼ ਦਾ ਕੰਮ ਕੀ ਹੁੰਦਾ ਸੀਗਾ ਬਣਜਾ ਵਪਾਰ ਕਰਨਾ ਹੁਣ ਅੱਗੇ ਆ ਕੇ ਸ਼ੂਦਰ ਸ਼ੂਦਰ ਦਾ ਕੰਮ ਕੀ ਹੁੰਦਾ ਸੀ ਕਿ ਉੱਪਰ ਲੀਆਂ ਤਿੰਨੋਂ ਜਾਤੀਆਂ ਦੀ ਸੇਵਾ ਕਰਨਾ ਫਿਰ ਹੈ ਉਪਨयन ਦੀ ਰਸਮ ਕਦੋਂ ਕੀਤੀ ਜਾਂਦੀ ਸੀ ਵਿਦਿਆ ਪ੍ਰਾਪਤੀ ਆਰੰਭ ਕਰਨ ਦੇ ਸਮੇਂ ਜਿਹੜੀ ਰਸਮ ਕੀਤੀ ਜਾਂਦੀ ਸੀ ਉਹਨੂੰ ਉਪਨਯਨ ਦੀ ਰਸਮ ਕਿਹਾ ਜਾਂਦਾ ਸੀਗਾ ਉੱਤਰਵੈਦਿਕ ਕਾਲ ਵਿੱਚ ਵਿਦਿਆਰਥੀਆਂ ਨੂੰ ਕਿਹੜੀ ਸਿੱਖਿਆ ਦਿੱਤੀ ਜਾਂਦੀ ਸੀ ਉੱਤਰਵੈਦਿਕ ਕਾਲ ਵਿੱਚ ਉਹਨਾਂ ਨੂੰ ਹਿਸਾਬ ਹੋ ਗਿਆ ਜੋਤਿਸ਼ ਹੋ ਗਿਆ ਚਿਕੀਆ ਕਾਨੂੰਨ ਵਿਆਕਰਨ ਨੀਤੀ ਅਤੇ ਯੁੱਧ ਸੰਬੰਧੀ ਸਿੱਖਿਆ ਦਿੱਤੀ ਜਾਂਦੀ ਸੀ ਜੀ ਉੱਤਰਵੈਦਿਕ ਕਾਲ ਵਿੱਚ ਦੂਜੇ ਅਤੇ ਤੀਜੇ ਸਥਾਨ ਤੇ ਕਿਹੜਾ ਦੇਵਤਾ ਸੀਗਾ ਵਿਸ਼ਨੂੰ ਤੇ ਸ਼ਿਵ ਦੇਵਤਾ ਸੀਗਾ ਹੁਣ ਉੱਤਰਵੈਦਿਕ ਕਾਲ ਵਿੱਚ ਲੋਕਾਂ ਦਾ ਭੋਜਨ ਕੀ ਸੀਗਾ ਕਣਕ जौ ਤੇ ਚੌਲ ਜਿਹੜੇ ਸੀ ਖਾਂਦੇ ਸੀਗੇ ਉਹ ਸਬਜ਼ੀਆਂ ਦੁੱਧ ਤੇ ਫਲਾਂ ਦੀ ਵਰਤੋਂ ਕਰਦੇ ਸੀ ਮਾਸ ਦੀ ਵੱਤੋਂ ਜਿਹੜੀ ਕੱਟ ਕਰਦੇ ਸੀਗੇ ਸ਼ਰਾਬ ਪੀਣ ਦਾ ਰਵਾਜ ਆ ਜਿਹੜਾ ਉਹ ਵੱਧ ਗਿਆ ਸੀ ਇਸ ਟਾਈਮ ਦੇ ਵਿੱਚ ਉੱਤਰ ਵੈਦਿਕ ਕਾਲ ਵਿੱਚ ਆਰੀਆ ਦੇ ਮਨੋਰੰਜਨ ਦੇ ਸਾਧਨ ਕਿਹੜੇ ਸੀਗੇ ਹੁਣ ਇਹਨਾਂ ਦੇ ਇਸ ਟਾਈਮ ਦੇ ਵਿੱਚ ਮਨੋਰੰਜਨ ਦੇ ਸਾਧਨ ਜੇ ਦੇਖੇ ਜਾਣ ਤਾਂ ਰੱਥ ਦੌੜਾਂ ਨਾਚ ਗਾਣਾ ਘੋੜ ਦੌੜਾਂ ਸ਼ਿਕਾਰ ਅਤੇ ਜੂਆ ਖੇਡਣਾ ਜਿਹੜੇ ਸੀ ਮੌਖ ਇਹਨਾਂ ਦੇ ਮਨੋਰੰਜਨ ਦੇ ਸਾਧਨ ਹੋਗੇ ਸੀ ਤੇ ਇਸ ਕਾਲ ਦੇ ਵਿੱਚ ਨਾਟਕ ਆ ਜਿਹੜੇ ਉਹ ਵੀ ਖੇਡੇ ਜਾਣ ਲੱਗ ਪਏ ਸੀਗੇ ਉਤਰਵੈਦਿਕ ਕਾਲ ਵਿੱਚ ਵਿਅਕਤੀ ਨੂੰ ਕਿੰਨੇ ਸੰਸਕਾਰ ਕਰਨੇ ਪੈਂਦੇ ਸੀ ਉਤਰਵੈਦਿਕ ਕਾਲ ਵਿੱਚ ਹਰੇਕ ਵਿਅਕਤੀ ਜਿਹੜਾ ਹੁੰਦਾ ਸੀ ਉਹਨੂੰ 40 ਸੰਸਕਾਰ ਕਰਨੇ ਪੈਂਦੇ ਹੁੰਦੇ ਸੀਗੇ ਉਤਰਵੈਦਿਕ ਕਾਲ ਵਿੱਚ ਸਰਵੋਤਮ ਸਥਾਨ ਕਿਹੜੇ ਦੇਵਤੇ ਨੂੰ ਪ੍ਰਾਪਤ ਸੀਗਾ ਬ੍ਰਹਮਾ ਨੂੰ ਸੰਸਾਰ ਦਾ ਸਿਰਜਣਹਾਰ ਕਿਹੜੇ ਦੇਵਤੇ ਨੂੰ ਮੰਨਿਆ ਜਾਂਦਾ ਸੀ ਬ੍ਰਹਮਾ ਨੂੰ ਮੰਨਿਆ ਜਾਂਦਾ ਸੀਗਾ ਉਤਰਵੈਦਿਕ ਕਾਲ ਵਿੱਚ ਦੂਜਾ ਸਥਾਨ ਕਿਹੜੇ ਦੇਵਤੇ ਦਾ ਸੀਗਾ ਵਿਸ਼ਨੂੰ ਜਿਹੜਾ ਜਿਹੜਾ ਸੀਗਾ ਉਹਦਾ ਦੂਜਾ ਸਥਾਨ ਸੀਗਾ ਸੰਸਾਰ ਦਾ ਪਾਲਨਹਾਰ ਤੇ ਰਖਕ ਕਿਹੜੇ ਦੇਵਤੇ ਨੂੰ ਮੰਨਿਆ ਜਾਂਦਾ ਸੀ ਵਿਸ਼ਨੂੰ ਜਿਹੜਾ ਸੀਗਾ ਉਹਨੂੰ ਸੰਸਾਰ ਦਾ ਪਾਲਨਹਾਰ ਤੇ ਰਖਕ ਮੰਨਿਆ ਜਾਂਦਾ ਸੀਗਾ ਉੱਤਰਵਾਇਦਿਕ ਕਾਲ ਵਿੱਚ ਤੀਸਰਾ ਸਥਾਨ ਕਿਹੜੇ ਦੇਵਤੇ ਦਾ ਸੀਗਾ ਤੀਜਾ ਸਥਾਨ ਜਿਹੜਾ ਸੀਗਾ ਦੇਵਤੇ ਸ਼ਿਵ ਦਾ ਮੰਨਿਆ ਜਾਂਦਾ ਸੀਗਾ ਰਾਮ ਤੇ ਕ੍ਰਿਸ਼ਨ ਨੂੰ ਕਿਸ ਦਾ avatars ਮੰਨਿਆ ਜਾਣ ਲੱਗਿਆ ਵਿਸ਼ਨੂੰ ਦਾ ਸੰਸਾਰ ਦਾ ਨਾਸ਼ ਕਰਤਾ ਜਾਂ ਮੁਕਤੀ ਦਾ ਦੇਵਤਾ ਕਿਸ ਨੂੰ ਮੰਨਿਆ ਜਾਂਦਾ ਸੀਗਾ ਸ਼ਿਵ ਨੂੰ ਬ੍ਰਹਮਾ ਵਿਸ਼ਨੂ ਅਤੇ ਸ਼ਿਵ ਨੂੰ ਇਕੱਠੇ ਰੂਪ ਵਿੱਚ ਕੀ ਕਿਹਾ ਜਾਂਦਾ ਸੀ ਤ੍ਰਿਦੇਵ ਕਿਹਾ ਜਾਂਦਾ ਸੀਗਾ ਉੱਤਰਵੈਦਿਕ ਕਾਲ ਵਿੱਚ ਕਿਹੜੇ ਸਿੱਕੇ ਪ੍ਰਚਲਿਤ ਹੋਏ ਨਿਸਕ ਸਤਮਾਨ ਅਤੇ ਕ੍ਰਿਸ਼ਮਾਨ ਨਾਂ ਦੇ ਤਿੰਨ ਸਿੱਕੇ ਜਿਹੜੇ ਉੱਤਰਵੈਦਿਕ ਕਾਲ ਦੇ ਵਿੱਚ ਪ੍ਰਚਲਿਤ ਹੋਏ ਸੀਗੇ ਉੱਤਰਵੈਦਿਕ ਕਾਲ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜੀ ਸੀ ਦੇਖੋ ਇਸਤਰੀਆਂ ਦੀ ਕੰਡੀਸ਼ਨ ਜਿਹੜੀ ਸੀ ਕੁਸ਼ਕ ਆਪਾਂ ਜਿਵੇਂ ਕਹਦੇ ਹਾਂ ਨਾ ਹੀ ਜ਼ਿਆਦਾ ਮਾੜੀ ਸੀ ਤੇ ਨਾ ਹੀ ਜ਼ਿਆਦਾ ਚੰਗੀ ਸੀਗੀ ਲੜਕੀ ਦਾ ਜਨਮ ਲੈਣਾ ਜਿਹੜਾ ਦੁੱਖ ਦਾ ਕਾਰਨ ਸਮਝਿਆ ਜਾਣ ਲੱਗ ਪਿਆ ਸੀ ਪਿਤਾ ਦੀ ਜਾਇਦਾਦ ਦੇ ਅਧਿਕਾਰ ਤੋਂ ਉਸ ਨੂੰ ਬੰਦਿਆਂ ਕਰ ਦਿੱਤਾ ਗਿਆ ਸੀ ਠੀਕ ਹੈ ਤੇ ਰਾਜਨੀਤਿਕ ਮਾਮਲਿਆਂ ਵਿੱਚ ਹਿੱਸਾ ਨਹੀਂ ਲੈ ਸਕਦੀਆਂ ਸੀਗੀਆਂ ਇਸਤਰੀਆਂ ਉੱਤਰਵੈਦਿਕ ਕਾਲ ਵਿੱਚ ਇਹ ਤੋਂ ਬਿਨਾ ਕੀ ਸੀਗਾ ਕਿ ਬਾਲ ਵਿਆਹ ਦੀ ਪ੍ਰਥਾ ਜਿਹੜੀ ਸੀ ਪ੍ਰਚਲਿਤ ਹੋ ਗਈ ਸੀ ਰੱਜਾਂ ਵਿੱਚ ਹਿੱਸਾ ਲੈਣਾ ਜ਼ਰੂਰੀ ਨਹੀਂ ਰਿਹਾ ਸੀਗਾ ਬਹੁ ਵਿਆਹ ਪ੍ਰਥਾ ਵਾ ਜਿਹੜੀ ਉਹ ਪ੍ਰਚਲਿਤ ਹੋ ਗਈ ਸੀ ਤੇ ਇਸਤਰੀਆਂ ਵਾ ਜਿਹੜੀਆਂ ਉਹਨੂੰ ਜੂਏ ਵਿੱਚ ਵੀ ਲਗਾ ਦਿੱਤਾ ਜਾਂਦਾ ਸੀਗਾ ਅੱਗੇ ਹੈ ਉੱਤਰਵੈਦਿਕ ਕਾਲ ਵਿੱਚ ਲੋਕਾਂ ਦਾ ਮੁੱਖ ਕੀਤਾ ਕੀ ਹੁੰਦਾ ਸੀਗਾ ਖੇਤੀਬਾੜੀ ਜਿਹੜਾ ਸੀ ਉੱਤਰ ਮੈਦਿਕ ਕਾਲ ਵਿੱਚ ਲੋਕਾਂ ਦਾ ਮੁੱਖ ਕੀਤਾ ਹੁੰਦਾ ਸੀਗਾ ਠੀਕ ਹੈ ਉਹਨਾਂ ਦਾ ਆਰਥਿਕ ਦੀਵਨ ਖੇਤੀਬਾੜੀ ਦੇ ਲਈ ਕਰਕੇ ਖੁਸ਼ਹਾਲ ਵੀ ਹੋ ਗਿਆ ਸੀਗਾ ਤੇ ਇਸ ਕਾਲ ਵਿੱਚ ਕੀ ਸੀ ਖੇਤੀ ਦੇ ਧੰਦੇ ਨੇ ਕਾਫੀ ਉન્નਤੀ ਕਰ ਲਈ ਸੀਗੀ ਆ ਰਹੀ ਹੈ ਜਿਹੜੇ ਸੀ ਉਹਨਾਂ ਨੇ ਵੱਡੇ ਵੱਡੇ ਹਲਾਂ ਦੀ ਵਰਤੋਂ ਸ਼ੁਰੂ ਕਰਤੀ ਸੀਗੀ ਠੀਕ ਹੈ ਕਈ ਹਾਲ ਤਾਂ ਇੰਨੇ ਵੱਡੇ ਹੁੰਦੇ ਸੀ ਵੀ ਉਹਨਾਂ ਨੂੰ ਖਿੱਚਣ ਲਈ 24 ਬੈਲ ਜੋੜੇ ਜਾਂਦੇ ਹੁੰਦੇ ਸੀਗੇ ਵਧੇਰੇ ਪੈਦਾਵਾਰ ਲਈ ਕੀ ਹੈ ਖਾਦਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਣ ਲੱਗ ਪਈ ਸੀ ਚਿੱਟੇ ਵਜੋਂ ਜਦੋਂ ਖਾਦਾ ਨਹੀਂ ਜਿਆਦਾ ਵਰਤ ਹੁੰਦੀ ਸੀ ਤਾਂ ਫਸਲਾਂ ਦੀ ਪੈਦਾਵਾਰ ਵਿੱਚ ਵੀ ਕਾਫੀ ਵਾਧਾ ਹੋ ਗਿਆ ਸੀਗਾ ਕਣਕ ਜਿਉਂ ਤੇ ਚੌਲ ਜਿਹੜੀਆਂ ਸੀ ਇਹ ਉਹਨਾਂ ਦੀਆਂ ਉਸ ਟਾਈਮ ਦੀਆਂ ਮੁੱਖ ਫਸਲਾਂ ਹੋਗੀਆਂ ਸੀਗੀਆਂ ਅੱਗੇ ਦੇਖਦੇ ਹਾਂ ਉੱਤਰ ਵੈਦਿਕ ਕਾਲ ਵਿੱਚ ਹਲਾਂ ਨੂੰ ਖਿੱਚਣ ਲਈ ਕਿੰਨੇ ਬਲਦ ਜੋੜੇ ਜਾਂਦੇ ਸਨ 24 ਬਲਦ ਉੱਤਰ ਵੈਦਿਕ ਕਾਲ ਵਿੱਚ ਆਰੀਆ ਦਾ ਦੂਜਾ ਮੁੱਖ ਧੰਦਾ ਕੀ ਸੀਗਾ ਪਸ਼ੂ ਪਾਲਣਾ ਉੱਤਰ ਵੈਦਿਕ ਕਾਲ ਦੇ ਵਪਾਰਕ ਕੇਂਦਰ ਕਿਹੜੇ ਸਨ ਕਾਸ਼ੀ ਕੋਸ਼ੰਬੀ ਅਤੇ ਵਿਦੇ ਜਿਹੜੇ ਸੀਗੇ ਉਹਨਾਂ ਦੇ ਮੁੱਖ ਵਪਾਰਕ ਕੇਂਦਰ ਹੁੰਦੇ ਸੀਗੇ ਦੇਖੋ ਉੱਤਰਵੈਦਿਕ ਕਾਲ ਦੇ ਵਿੱਚ ਕੀ ਸੀਗਾ ਕਿ ਵਪਾਰ ਨੇ ਵੀ ਕਾਫੀ ਉਨਤੀ ਕਰ ਲਈ ਸੀਗੀ ਵਪਾਰੀਆਂ ਨੇ ਆਪਦੇ ਸੰਗ ਬਣਾ ਲਏ ਸੀਗੇ ਠੀਕ ਆ ਜਿਹਦੇ ਕਾਰਨ ਵਪਾਰ ਨੂੰ ਕਾਫੀ ਤਸ਼ਾਹ ਮਿਲਿਆ ਸੀਗਾ ਫਿਰ ਕਾਸ਼ੀ ਹੋ ਗਿਆ ਕਸਾਂਬੀ ਹੋ ਗਿਆ ਵਿਦੇਹ ਹੋ ਗਿਆ ਸਿੰਧਰ ਬਣ ਗਏ ਸੀਗੇ ਮਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣਾ ਕੀ ਸੀਗਾ ਮੁੱਖ ਤੌਰ ਤੇ ਵੈਲ ਗੱਡੀ ਦੀ ਵਰਤੋਂ ਕੀਤੀ ਜਾਂਦੀ ਸੀਗੀ ਇਹਦੇ ਲਈ ਕਰ ਕੀ ਸੀਗਾ ਕਿ ਇਸ ਕਾਲ ਵਿੱਚ ਮਾਲ ਲੈ ਕੇ ਜਾਣ ਲਈ ਕਿਸ਼ਤੀਆਂ ਤੇ ਛੋਟੇ ਜਹਾਜ਼ਾਂ ਦੀ ਵਰਤੋਂ ਜਿਹੜੀ ਆ ਉਹ ਵੀ ਸ਼ੁਰੂ ਹੋ ਗਈ ਸੀਗੀ ਠੀਕ ਹੈ ਉੱਤਰ ਵੈਦਿਕ ਕਾਲ ਵਿੱਚ ਨਿਸ਼ਕ ਤੋਲਾ ਵਸਤਮਾਨ ਤੇ ਕ੍ਰਿਸ਼ਮਾਨਾ ਦੇ ਸਿੱਕੇ ਜਿਹੜੇ ਉਹ ਵੀ ਪ੍ਰਚਲਿਤ ਹੋ ਗਏ ਸੀਗੇ ਤੇ ਸਿੱਕਿਆਂ ਦੇ ਪ੍ਰਸਾਰ ਦੇ ਕਾਰਨ ਹੀ ਕੀ ਆ ਵਪਾਰ ਵਿੱਚ ਜ਼ਿਆਦਾ ਵਾਧਾ ਹੋ ਗਿਆ ਸੀਗਾ ਆਰੀਆ ਦੀ ਅੱਜ ਦੇ ਰਾਜਨੀਤਿਕ ਜੀਵਨ ਨੂੰ ਕੀ ਦੇਣ ਹੈ ਹੁਣ ਦੇਖੋ ਅੱਗੇ ਹੈਗਾ ਕਿ ਆਰੀਆ ਨੇ ਆਪਣੇ ਅੱਜ ਦੇ ਜਿਹੜਾ ਜੀਵਨ ਹੈ ਇਹਨੂੰ ਕੀ ਕੀ ਚੀਜ਼ਾਂ ਦਿੱਤੀਆਂ ਨੇ ਜਿਵੇਂ ਲੋਕਾਂ ਦਾ ਰਾਜ ਦਾ ਜਿਹੜਾ ਇਹ ਵੀ ਕਿਹਨੇ ਦਿੱਤਾ ਵਾ ਆਰੀਆ ਨੇ ਦਿੱਤਾ ਫਿਰ ਸਵਾ ਤੇ ਸੰਭਤੀ ਫਿਰ ਗ੍ਰਾਮਣੀ ਫਿਰ ਯੁੱਧ ਤੇ ਕਲਾ ਦਾ ਆਦਰਸ਼ ਦੇਖੋ ਮੈਂ ਤੁਹਾਨੂੰ ਐਕਸਪਲੇਨ ਕਰਕੇ ਪੜਾਉਣੀ ਆ ਕਿ ਦੇਖੋ ਉਹਨਾਂ ਨੇ ਸਾਨੂੰ ਕੀ ਆ ਲੋਕ ਰਾਜੀ ਢੰਗ ਨਾਲ ਠੀਕ ਆ ਰਾਜ ਕਰਨਾ ਸਿਖਾਇਆ ਵਾ ਜਿਵੇਂ ਅੱਜ ਕੱਲ ਅਸੀਂ ਦੇਖਦੇ ਆ ਵੀ ਸੰਸਾਰ ਦੇ ਵਿੱਚ ਕੀ ਆ ਲੋਕ ਰਾਜ ਨੂੰ ਸਥਾਪਿਤ ਕਰਨ ਲਈ ਸਰਕਾਰ ਤੇ ਲੋਕਾਂ ਦੇ ਵਿਚਕਾਰ ਕੀ ਆ ਸੰਘਰਸ਼ ਚੱਲ ਰਿਹਾ ਵਾ ਤੇ ਲੋਕ ਰਾਜ ਤੋਂ ਆਰੀਆ ਵਾ ਜਿਹੜੇ ਆਪਣੇ ਤੋਂ ਹਜ਼ਾਰਾਂ ਬਰੇ ਪਹਿਲਾਂ ਹੀ ਚੰਗੀ ਤਰ੍ਹਾਂ ਜਾਣੂ ਸੀਗੇ ਫਿਰ ਰਾਜੇ ਦਾ ਮਕਸ਼ਦ ਕੀ ਆ ਪਰਜਾ ਦੀ ਭਲਾਈ ਕਰਨਾ ਸੀਗਾ ਉਸ ਟਾਈਮ ਦੇ ਵਿੱਚ ਉਹ ਆਪਣੀ ਪਰਜਾ ਦੀ ਕੀ ਸੀਗਾ ਪਿਤਾ ਵਾਂਗ ਦੇਖਭਾਲ ਕਰਦਾ ਹੁੰਦਾ ਸੀ ਠੀਕ ਆ ਜੇ ਕਿ ਰਾਜਾ ਜਨਮ ਸਿੱਧ ਹੋ ਜਾਂਦਾ ਸੀਗਾ ਤਾਂ ਸਭਾ ਤੇ ਸੰਮਤੀ ਨਾਂ ਦੀਆਂ ਸੰਸਥਾਵਾਂ ਹੁੰਦੀਆਂ ਸੀ ਜਿਹੜੀਆਂ ਇਹਨਾਂ ਨੂੰ ਗੱਦੀ ਤੋਂ ਉਤਾਰ ਦਿੰਦੀਆਂ ਸੀਗੀਆਂ ਇਹ ਦੋਵੇਂ ਸੰਸਥਾਵਾਂ ਕੀ ਆ ਆਪਣੇ ਪਾਰਲੀਮੈਂਟ ਦੇ ਵਾਂਗ ਕੰਮ ਕਰਦੀਆਂ ਨੇ ਜਿਵੇਂ ਲੋਕ ਸਭਾ ਤੇ ਰਾਜ ਸਭਾ ਕੰਮ ਕਰਦੀਆਂ ਨੇ ਕਿ ਆਰੀਆ ਦੇ ਜਿਹੜੇ ਰਾਜੇ ਨੇ ਸਾਰੀਆਂ ਸ਼ਕਤੀਆਂ ਕੀ ਆ ਉਹ ਆਪਣੇ ਹੱਥ ਵਿੱਚ ਨਹੀਂ ਰੱਖਦੇ ਸੀਗੇ ਠੀਕ ਆ ਉਹ ਸਥਾਨਿਕ ਸਸ਼ਾਸਨ ਪ੍ਰਬੰਧ ਦੀ ਕੀ ਸੀਗਾ ਸਤੰਤਰਤਾਵੈੱਚ ਯਕੀਨ ਨ ਰੱਖਦੇ ਸੀਗੇ ਪਿੰਡਾਂ ਵਿੱਚ ਗ੍ਰਾਮਨੀ ਸਤੰਤਰ ਰੂਪ ਵਿੱਚ ਕੰਮ ਕਰਦਾ ਸੀਗਾ ਇਸੇ ਤਰ੍ਹਾਂ ਜਿਵੇਂ ਹੁਣ ਆਪਣੇ ਪਿੰਡਾਂ ਵਿੱਚ ਗ੍ਰਾਮ ਪੰਚਾਇਤ ਕੰਮ ਕਰਦੀ ਆ ਠੀਕ ਹੈ ਇਹ ਤੋਂ ਬਿਨਾ ਕਿਸੇ ਵੀ ਆਰੀਆ ਵਾਂ ਸਾਨੂੰ ਜੁੱਧ ਕਰਾ ਦੇ ਆਦਰਸ਼ ਸਿਖਾਉਂਦੀ ਆ ਜੁੱਧ ਕਰਾ ਦੇ ਆਦਰਸ਼ ਕਿਹੜੇ ਕਿ ਸਾਨੂੰ ਕਿਸੇ ਨਹੀਂ ਹੱਥੇ ਤੇ ਸੁੱਤੇ ਹੋਏ ਵਿਅਕਤੀ ਤੇ ਠੀਕ ਹੈ ਸੁੱਤੇ ਹੋਏ ਦੁਸ਼ਮਣ ਤੇ ਇਸਤਰੀਆਂ ਤੇ ਜਾਂ ਬੱਚਿਆਂ ਤੇ ਹਮਲਾ ਨਹੀਂ ਕਰਨਾ ਚਾਹੀਦਾ ਇਹ ਰਾਜਨੀਤਿਕ ਚੀਜ਼ਾਂ ਆਪਾਂ ਆਰੀਆ ਤੋਂ ਸਿੱਖੀਆਂ ਨੇ ਅਗੇ ਹੈ ਆਰਿਆ ਸਭੇਤਾ ਦੀ ਆਜ ਦੇ ਸਮਾਜਿਕ ਜੀਵਨ ਨੂੰ ਕੀ ਦੇਣਾ ਇੱਕ ਤਾਂ ਪਿਤਾ ਪ੍ਰਧਾਨ ਪਰਿਵਾਰ ਆ ਜਿਹੜੇ ਠੀਕ ਆ ਦੇਖੋ ਸਮਾਜਿਕ ਦੇਣ ਦੇ ਵਿੱਚ ਜੇ ਗੱਲ ਹੁੰਦੀ ਹੈ ਤਾਂ ਪਿਤਾ ਪ੍ਰਧਾਨ ਪਰਿਵਾਰ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਫਿਰ ਬਜ਼ੁਰਗਾਂ ਦਾ ਆਦਰ ਕਰਨਾ ਸਾਂਝੀ ਪਰਿਵਾਰ ਪ੍ਰਣਾਲੀ ਫਿਰ ਇਸਤਰੀਆਂ ਦਾ ਮਾਣ ਕਰਨਾ ਪਰਿਵਾਰ ਦਾ ਬਜ਼ੁਰਗ ਆ ਜਿਹੜਾ ਆਦਮੀ ਠੀਕ ਆ ਬਜ਼ੁਰਗ ਆਦਮੀ ਜਿਹੜਾ ਆਰਿਆ ਦੇ ਟਾਈਮ ਦੇ ਵਿੱਚ ਪਰਿਵਾਰ ਦਾ ਮੁਖੀ ਹੁੰਦਾ ਸੀ ਹੁਣ ਦੇ ਟਾਈਮ ਦੇ ਵਿੱਚ ਵੀ ਜਿਹੜਾ ਬਜ਼ੁਰਗ ਵਿਅਕਤੀ ਉਹ ਹੀ ਪਰਿਵਾਰ ਦਾ ਮੁਖੀ ਹੁੰਦਾ ਵਾ ਉਹ ਕੀ ਕਰਦਾ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਕਰਦਾ ਸੀ ਪਰਿਵਾਰ ਦੇ ਸਾਰੇ ਮੈਂਬਰ ਉਹਦੀ ਆਗਿਆ ਦਾ ਪਾਲਣ ਕਰਦੇ ਸੀਗੇ ਠੀਕ ਆ ਤੇ ਆਰੀਆ ਨੇ ਸਾਨੂੰ ਕੀ ਸਿਖਾਇਆ ਵਾ ਬਜ਼ੁਰਗਾਂ ਦਾ ਆਦਰ ਕਰਨਾ ਸਿਖਾਇਆ ਵਾ ਠੀਕ ਆ ਤੇ ਉਹਨਾਂ ਨੇ ਸਾਨੂੰ ਕੀ ਆ ਮਿਲਜੁਲ ਕੇ ਸਾਂਝੇ ਤੌਰ ਤੇ ਪਰਿਵਾਰ ਵਿੱਚ ਰਹਿਣਾ ਸਿਖਾਇਆ ਵਾ ਤੇ ਸਾਂਝੀ ਪਰਿਵਾਰ ਪ੍ਰਣਾਲੀ ਹੈ ਜਿਹੜੀ ਕਹਿੰਦੇ ਹਲੇ ਤੱਕ ਵੀ ਭਾਰਤੀ ਸਮਾਜ ਵਿੱਚ ਪ੍ਰਚਲਿਤ ਆ ਤੇ ਉਹਨਾਂ ਨੇ ਸਾਨੂੰ ਇਸਤਰੀਆਂ ਦਾ ਮਾਣ ਕਰਨਾ ਸਿਖਾਇਆ ਵਾ ਉਹਨਾਂ ਤਾਂ ਸਾਨੂੰ ਇਹ ਦੱਸਿਆ ਵਾ ਕਿ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਸਮਝਣਾ ਚਾਹੀਦਾ ਵਾ ਇਸਤਰੀਆਂ ਕੀ ਆ ਈ ਉਹਨਾਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਆ ਠੀਕ ਆ ਅੱਜ ਕੱਲ੍ਹ ਦੀਆਂ ਸਮਾਜਿਕ ਬਰਾਈਆਂ ਜਿਵੇਂ ਬਾਲ ਵਿਆਹ ਹੋ ਗਿਆ ਸਤੀ ਪ੍ਰਥਾ ਹੋ ਗਿਆ ਪਰਦਾ ਪ੍ਰਥਾ ਹੋ ਗਿਆ ਇਹ ਵਿਸ਼ਵਾਸ ਆ ਜਿਹੜੇ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਸੀ ਕਿਉਂਕਿ ਉਸ ਟਾਈਮ ਦੇ ਵਿੱਚ ਇਹ ਪ੍ਰਚਲਿਤ ਨਹੀਂ ਸੀਗੇ ਉਹਨਾਂ ਨੇ ਮਹਿਮਾਨਾਂ ਦੀ ਵੱਧ ਤੋਂ ਵੱਧ ਇੱਜ਼ਤ ਕਰਨਾ ਵੀ ਸਿਖਾਇਆ ਵਾ ਹੁਣ ਅੱਗੇ ਆ ਗਿਆ ਆਰਿਆ ਸਮਾਜ ਦੀ ਅੱਜ ਦੇ ਧਾਰਮਿਕ ਜੀਵਨ ਨੂੰ ਕੀ ਦੇਣਾ ਦੇਖੋ ਸਾਦਗੀ ਤੇ ਪਵਿੱਤਰ ਧਾਰਮਿਕ ਜੀਵਨ ਬਤੀਤ ਕਰਨਾ ਇਹ ਵੀ ਆਪਾਂ ਕਿੱਥੋਂ ਸਿੱਖਿਆ ਆਰਿਆ ਤਾਂ ਸਿੱਖਿਆ ਦੇਵੀ ਦੇਵਤਿਆਂ ਨੂੰ ਪਰਮਾਤਮਾ ਦਾ ਸਰੂਪ ਮੰਨਦੇ ਸੀਗੇ ਉਹ ਪਰਮਾਤਮਾ ਦਾ ਸਰੂਪ ਮੰਨ ਕੇ ਹੀ ਉਹਨਾਂ ਦੀ ਪੂਜਾ ਕਰਦੇ ਸੀਗੇ ਫਿਰ ਜਿਹੜੇ ਆਰਿਆ ਲੋਕ ਸੀਗੇ ਉਹ ਯੱਗ ਕਰਦੇ ਸੀਗੇ ਤੇ ਇਸਤਰੀਆਂ ਦੀ ਕੀ ਆ ਯੱਗ ਦੇ ਵਿੱਚ ਭਾਗੀਦਾਰੀ ਆ ਜ਼ਰੂਰੀ ਹੁੰਦੀ ਸੀਗੀ ਇਹ ਤਾਂ ਬਿਨਾਂ ਧਰਮ ਸੰਬੰਧੀ ਵੀ ਉੱਚ ਯਾਤ ਰਸਾ ਜਿਹੜੇ ਉਹਨਾਂ ਨੇ ਦੱਸੇ ਨੇ ਫਿਰ ਕਿ ਮੁਕਤੀ ਤੇ ਕਰਮ ਸਿਧਾਂਤ ਵਿੱਚ ਵੀ ਉਹਨਾਂ ਦਾ ਵਿਸ਼ਵਾਸ ਹੁੰਦਾ ਸੀਗਾ ਅੱਗੇ ਆਗੇ ਕੀ ਆਰਿਆ ਸਮਾਜ ਦੀ ਅੱਗੇ ਸੰਸਕ੍ਰਿਤ ਜੀਵਨ ਨੂੰ ਕੀ ਦੇਣਾ ਸanskrit ਦੀ ਵੀੰਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਵੈਦਿਕ ਸਾਹਿਤਾ ਠੀਕ ਆ ਉਹ ਕਿਦੀ ਦੇਣ ਆ ਉਹ ਵੀ ਆਰੀਆ ਦੀ ਦੇਣ ਆ ਜੋ ਆਪਾਂ ਅੱਜ ਦੇ ਟਾਈਮ ਵਿੱਚ ਵੀ ਪੜ੍ਹਦੇ ਆਂ ਫੇਰ ਸੰਸਕ੍ਰਿਤ ਭਾਸ਼ਾ ਵਾ ਜਿਹੜੀ ਉਹ ਵੀ ਕਿੰਨਾ ਦੀ ਦੇਣ ਆ ਉਹ ਵੀ ਆਰੀਆ ਦੀ ਦੇਣ ਆ ਆਰੀਆ ਸਮਾਜ ਦੀ ਅੱਜ ਦੇ ਆਰਥਿਕ ਜੀਵਨ ਨੂੰ ਕੀ ਦੇਣਾ ਦੇਖੋ ਜਿਵੇਂ ਖੇਤੀਬਾੜੀ ਕਰਨਾ ਹੋ ਗਿਆ ਵਪਾਰ ਕਰਨਾ ਜ਼ਮੀਨ ਦੀ ਵੰਡ ਕਿਵੇਂ ਕਰਨੀ ਆ ਸ਼ਾਮਲਾੜ ਦੀ ਜ਼ਮੀਨ ਦੀ ਕਿਵੇਂ ਵਰਤੋਂ ਕਰਨੀ ਆ ਠੀਕ ਹੈ ਤੇ ਆਰੀਆ ਦੇ ਜਿਹੜੇ ਹੋਰ ਧੰਦੇ ਆ ਜੋ ਅੱਜ ਵੀ ਪ੍ਰਚਲਿਤ ਨੇ ਇਹ ਸਾਰੇ ਕੀ ਆ ਆਰੀਆ ਨੇ ਆਪਾਂ ਨੂੰ ਆਰਥਿਕ ਚੀਜ਼ਾਂ ਸिखਾਈਆਂ ਨੇ ਇਸ ਦੇ ਨਾਲ ਹੀ ਮੇਰੀ ਅੱਜ ਦੀ ਇਹ ਵੀਡੀਓ ਜਿਹੜੀ ਖਤਮ ਹੁੰਦੀ ਆ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਹੋਈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ ਚ